बोले सोनिहाल साहिब, श्री गुरु ग्रंथ साहिब सचे पातशाह महाराज जी दी पावन पवित्र हजूरी अंदर हफ्तावारी जो विशेष गुरमत दीवान सजदे ने, आप जी इस गुरमत दीवान दी हाजरी भर रहे हो। अमृत गुरबाणी दा कीर्तन आप जी ने श्रवण कीता है और शब्द कीर्तन भाई साहब जी पंचम सतगुरु श्री गुरु अर्जन देव जी महाराज उन्हां दी मुबारक रसना तो उच्चारण कीता होया गुरु हरगोबिंद साहिब जी दी अरोगता नाल संबंधित जिहड़ी साखी है उस वक्त गुरदेव ने इह शब्द उच्चारण कीता है। श्री गुरु ग्रंथ साहिब जी दी अमृत गुरबाणी विच वैसे तां नरोल रूहानियत है पर कुछ शब्द ऐसे ने जिहड़े उस वक्त दियां वापरदियां होईयां घटनावां दा जिक्र करदे आ पर वक्त लंघन तो बाद भी शब्द जिहड़ा ओह अपने मुकम्मल अर्थ अज भी रखदा है। मैं फतेह गजान तो पहला सिर्फ ये बेनती करनी है, देखो कुछ शब्द ने गुरु जोत दे, जिवें गुरु नानक साहब दे कई शब्द असीं पढ़ने हाँ उस वक्त दियां घटनावां नाल संबंधित ने, जिवें हजूर दा शब्द है जैसी मैं आवै खसम की बाणी तैसरा करी ज्ञान वे लालो, इसे तरह शब्द उसने से देखा जिन सिर सोहन पट्टियां खुरासान खसमाना किया हिंदुस्तान डराया। ये जिहड़े चार शब्द ने गुरदेव दे ये बाबर दे हमले तो पहला ते हमले ते नाल संबंधित ने जो हमला होया भावें एक धरातल ते वापरी हुई इतिहासिक घटना है पर इस इतिहासिक घटना दे वापरन दे बावजूद भी अज भी शब्द जिहड़ा रूहानियत पक्खों अपने अर्थ कायम रखी बैठा है। कई बार बंदा कहिंदा पुराने समय की गल, दूसरी गल बाबा जी की बाणी च एक होर भी बचन हुंदा मरना जापी मूलिया वारा ते वधीक, भाई मूले नाल संबंधित है, घटना इतिहासिक है, नाल करणा दोस्ती कूड़ी कूड़े पाए पर वह इतिहासिक पात्र होने के बावजूद अज भी वह शब्द पूरे अर्थ रख रहा है। इस तरह मैं बेनती करांगा एक गुरु रामदास जी का शब्द होंदा है तीर्थ उद्यम सतगुर किया सब लोग उदरन अर्था, वह शब्द गुरु अमरदास के गुरु बन तो बाद
ਤੀਰਥਾਂ ਤੇ ਜਾਣ ਦਾ ਜ਼ਿਕਰ ਹੈ। ਉਂਝ ਤੀਰਥ ਲਫ਼ਜ਼ ਸੁਣ ਕੇ ਕਦੀ ਵੀ ਮਨ ਚ ਫੁਰਨਾ ਇਹ ਨਹੀਂ ਬਣਾਉਣਾ ਵੀ ਲਫ਼ਜ਼ ਮਾੜਾ। ਅਸਲ ਚ ਤੀਰਥ ਦਾ ਲਫ਼ਜ਼ੀ ਅਰਥ ਹੈ ਪਵਿੱਤਰ ਕਰਨ ਵਾਲਾ। ਗੁਰਬਾਣੀ ਨੇ ਗੁਰੂ ਨੂੰ ਵੀ ਤੀਰਥ ਕਿਹਾ ਤੇ ਗੁਰਬਾਣੀ ਨੇ ਨਾਮ ਨੂੰ ਵੀ ਤੀਰਥ ਕਿਹਾ ਹੈ। ਗੁਰ ਸਮਾਨ ਤੀਰਥ ਨਹੀਂ ਕੋਏ, ਲਫ਼ਜ਼ ਮਾੜਾ ਨਹੀਂ। ਜਿਵੇਂ ਅਸੀਂ ਪਾਠ ਕਰਨੇ ਹਾਂ ਗੁਰਦੇਵ ਜੀ ਦੀ ਬਾਣੀ ਚ, ਤੀਰਥ ਨਾਵਨ ਜਉ ਤੀਰਥ ਨਾਮ ਹੈ। ਲਫ਼ਜ਼ ਤੀਰਥ ਮਾੜਾ ਨਹੀਂ, ਪਰ ਉਹ ਇਤਿਹਾਸਕ ਘਟਨਾ ਦਾ ਜ਼ਿਕਰ ਕਰਦਾ। ਤੇ ਦਾਸ ਨੇ ਉਸ ਸ਼ਬਦ ਬਾਰੇ ਮੰਜੀ ਸਾਹਿਬ ਕਿਹਾ ਸੀ ਵੀ ਇਹ ਸ਼ਬਦ ਦੱਸ ਰਿਹਾ ਹੈ ਕਿ ਗੁਰੂ ਰਾਮਦਾਸ ਨਾਲ ਸਨ, ਕੁਰਕਸ਼ੇਤਰ ਵੀ ਗਏ ਨੇ ਤੇ ਗੁਰੂ ਰਾਮਦਾਸ ਨਾਲ ਹਰਿਦੁਆਰ ਵੀ ਗਏ। ਪਰ ਉੱਥੇ ਨਾਲ ਉਹਨਾਂ ਕਿਹਾ ਵੀ ਤੀਰਥ ਤੇ ਤਾਂ ਗਏ ਕਿ ਤੀਰਥ ਤੇ ਬੈਠੇ ਹੋਏ ਲੋਕਾਂ ਦਾ ਉਧਾਰ ਹੋ ਸਕੇ ਇਤਿਹਾਸਕ ਪੱਖ ਵਿੱਚ। ਇਸੇ ਤਰ੍ਹਾਂ ਇੱਕ ਸ਼ਬਦ ਜਿਹੜਾ ਸੁਲਹੀ ਤੇ ਨਾਰਾਇਣ ਰਾਖ ਇਤਿਹਾਸਕ ਹੈ, ਸੁਲਹੀ ਚੜ੍ਹ ਕੇ ਆਉਂਦਾ। ਪਰ ਉਹ ਸੱਚ ਇਹ ਵੇ ਕਿ ਘਟਨਾ ਵਾਪਰਨ ਦੇ ਬਾਅਦ ਵੀ ਉਹ ਸੁਲਹੀ ਵਾਲਾ ਸ਼ਬਦ ਅੱਜ ਵੀ ਰੂਹਾਨੀ ਅਰਥ ਰੱਖ ਰਿਹਾ ਕਿ ਜਿਹੜਾ ਧੱਕਾ ਕਰਕੇ ਆਉਂਦਾ ਹੈ। ਸੱਚ ਇਹ ਵੇ ਪਰਮਾਤਮਾ ਆਪਣੇ ਸੇਵਕ ਦੀ ਕਿਵੇਂ ਰੱਖਦਾ। ਇਸੇ ਤਰ੍ਹਾਂ ਜਿਹੜੇ ਕੋਈ ਸ਼ਬਦ ਨੇ ਜੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਨੇ। ਮੈਂ ਫਤਿਹ ਨਹੀਂ ਗਜਾਈ ਇਸ ਕਰਕੇ ਕਿਉਂਕਿ ਜੋ ਭਾਈ ਸਾਹਿਬ ਨੇ ਪੜ੍ਹਿਆ ਪਹਿਲਾ ਸ਼ਬਦ ਤਾਂ ਅਸੀਂ ਪੜ੍ਹਨੇ ਸਤਿਗੁਰ ਸੱਚ ਹੈ ਦੀਆ ਭੇਜ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦੇ ਸ਼ੁਕਰਾਨੇ ਦਾ ਹੈ। ਚਿਰ ਜੀਵਨ ਉਪਜਿਆ ਸੰਯੋਗ ਉਧਰੈ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਪਰ ਉੱਥੇ ਗੁਰੂ ਹਰਗੋਬਿੰਦ ਸਾਹਿਬ ਨਹੀਂ ਕਿਹਾ, ਇਹਦਾ ਮਤਲਬ ਇਹ ਸ਼ਬਦ ਗੁਰਦੇਵ ਨੇ ਬਾਬਾ ਜੀ ਸਤਿਗੁਰੂ ਦੇ ਆਪਣੇ ਬੇਟੇ ਦੇ ਜਨਮ ਵੇਲੇ ਉਚਾਰਨ ਕੀਤਾ, ਨਾਮ ਬਾਅਦ ਵਿੱਚ ਰੱਖਿਆ ਗਿਆ। ਉਸ ਵਿੱਚ ਇੱਕੋ ਹੀ ਜੰਮਿਆ ਪੂਤ ਭਗਤ ਗੋਬਿੰਦ ਕਾ। ਉਸ ਤੋਂ ਬਾਅਦ ਜਿਹਨਾਂ ਨੂੰ ਗੁਰਮੁਖ ਪੜ੍ਹ ਰਹੇ ਸਨ, ਵੱਡੀ ਆਰ ਜਾ ਹਰ ਗੋਬਿੰਦ ਕੀ, ਉੱਥੇ ਮਹਾਰਾਜ ਨੇ ਸ਼ਬਦ ਉਚਾਰਿਆ। ਤਾਪ ਤੋਂ ਬਾਅਦ ਇੱਕ ਸ਼ਬਦ ਹੁੰਦਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ। ਇਹ ਸ਼ਬਦ ਉਦੋਂ ਉਚਾਰਨ ਕੀਤਾ ਜਦੋਂ ਚੇਚਕ ਤੋਂ ਹਜ਼ੂਰ ਅਰੋਗ ਹੁੰਦੇ ਆ ਗੁਰੂ ਹਰਗੋਬਿੰਦ ਸਾਹਿਬ ਇਤਿਹਾਸਕ ਪੱਖ। ਇੱਕ ਸ਼ਬਦ ਹੁੰਦਾ ਮਹਾਰਾਜ ਦਾ ਕਿ ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬਾਹਮਣ ਮੁਵਾ ਹੋਏ ਕਹਿ ਸੂਲ। ਇਹ ਵੀ ਇਤਿਹਾਸਕ ਪੱਖ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਿਤ ਹੈ ਕਿ ਜਿਸ ਵਕਤ ਉਹ ਜ਼ਹਿਰ ਦੇਣ ਲੱਗਾ ਤੇ ਉਹ ਸੂਲ ਨਾਲ ਮਰ ਗਿਆ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵਾਲ ਵੀ ਨਿੰਗਾ ਨਹੀਂ ਹੋਇਆ। ਮੈਂ ਬੇਨਤੀ ਕਰਾਂਗਾ, ਬੜੇ ਸ਼ਬਦ ਐਸੇ ਨੇ ਜੀ ਜਿਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਹੈ। ਇਹ ਸ਼ਬਦ ਪੜ੍ਹ ਰਹੇ ਸਨ ਗੁਰਮੁਖ ਪਿਆਰੇ, ਆਓ ਮੈਂ ਸਮੇਂ ਵਿੱਚ ਰਹਿ ਕੇ, ਕਿਉਂਕਿ 10:00 ਵਜੇ ਫਲਾਈਟ ਵੀ ਹੈ ਓਕਲੈਂਡ ਤੋਂ, ਤੇ ਇਸ ਫੇਰੀ ਦਾ ਇਸ ਅਸਥਾਨ ਤੇ ਇਹ ਆਖਰੀ ਦੀਵਾਨ ਹੈ। ਮੇਰੇ ਮਨ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ 550 ਸਾਲਾ ਆਗਮਨ ਗੁਰਪੁਰਬ ਆ ਰਿਹਾ ਹੈ। ਉਂਝ ਤਾਂ ਸਿੱਖ ਕੋਈ ਦਿਨ ਐਸਾ ਨਹੀਂ ਜਿੱਦਣ ਆਪਣੇ ਬਾਬੇ ਨੂੰ ਯਾਦ ਨਹੀਂ ਕਰਦਾ। ਜਪਜੀ ਪੜ੍ਹਦਾ ਬਾਬਾ ਜੀ ਨੂੰ ਯਾਦ ਕਰਦਾ, ਕੋਈ ਬਾਣੀ ਪੜ੍ਹਦਾ ਨਾਨਕ ਸ਼ਬਦ ਬੋਲਦਾ ਤੇ ਬਾਬਾ ਜੀ ਦੇ ਜ਼ਿਹਨ 'ਚ ਆਉਂਦੇ ਨੇ ਸਤਿਗੁਰੂ। ਪਰ ਜਿੰਨੀ ਕੁ ਸਮਝ ਪਈ ਗੁਰੂ ਜੀ ਦੀ ਬਾਣੀ ਵਿੱਚੋਂ, 4 ਉਹ ਬਚਨ ਨੇ ਜਿਹਨੂੰ ਮਹਾਰਾਜ ਜੀ ਨੇ ਹਰ ਥਾਂ ਤੇ ਕੋਈ ਬੰਦਾ ਵੀ ਮਿਲਿਆ ਉਹ 4 ਗੱਲਾਂ ਸਭ ਨੂੰ ਕਿਹਾ ਵੀ ਆਹ ਕਮਾਨ ਦੇ ਨਾਲ ਧਰਮੀ ਬਣੀਦਾ। ਉਹ ਮੈਂ 4 ਬਚਨ ਅੱਜ ਦੀ ਇਸ ਵਿਆਖਿਆ ਵਿੱਚ ਯਤਨ ਕਰਾਂਗਾ।
ਆਪ ਅਸੀਸ ਬਖਸ਼ੋ। ਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ, ਆਪ ਵਿੱਚ ਵਰਤ ਕੇ ਸਤਿਗੁਰੂ ਜੀ ਸਾਡੇ ਕਥਨ ਔਰ ਸਰੋਤ ਨੂੰ ਇਕਾਗਰਤਾ, ਟਿਕਾ ਔਰ ਭਾਵਨਾ ਦੀ ਦਾਤ ਬਖਸ਼ ਕੇ ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਸੰਨ 1469 ਨੂੰ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦਾ ਆਗਮਨ ਰਾਏ ਭੋਏ ਦੀ ਤਲਵੰਡੀ 'ਚ ਹੋਇਆ ਹੈ। ਅਸਲ 'ਚ ਤਲਵੰਡੀ ਸੀ, ਰਾਏ ਭੋਏ ਦੀ ਤਲਵੰਡੀ ਇਹ ਸ਼ਬਦ ਵਰਤਿਆ ਜਾਂਦਾ ਸੀ। ਸਨਮਾਨਯੋਗ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਾਲੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਾਦਾ ਦਾ ਨਾਮ ਬਾਬਾ ਸ਼ਿਵਰਾਮ ਜੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਦਾਦੀ ਦਾ ਨਾਮ ਮਾਤਾ ਬਨਾਰਸੀ ਦੇਵੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਪੜਦਾਦੇ ਦਾ ਨਾਮ ਬਾਬਾ ਰਾਮ ਨਾਰਾਇਣ ਜੀ ਬੇਦੀ ਹੈ। ਇਹ ਇੰਨੇ ਕੁ ਸ਼ਬਦ ਤੇ ਸਾਨੂੰ ਯਾਦ ਰੱਖਣੇ ਚਾਹੀਦੇ ਨੇ, ਪੜਦਾਦਾ ਬਾਬਾ ਰਾਮ ਨਾਰਾਇਣ ਜੀ ਬੇਦੀ, ਦਾਦਾ ਬਾਬਾ ਸ਼ਿਵਰਾਮ ਜੀ, ਦਾਦੀ ਮਾਤਾ ਬਨਾਰਸੀ ਦੇਵੀ ਜੀ, ਪਿਤਾ ਸਨਮਾਨਯੋਗ ਬਾਬਾ ਕਾਲੂ ਜੀ ਤੇ ਚਾਚਾ ਸਨਮਾਨਯੋਗ ਬਾਬਾ ਲਾਲੂ ਜੀ ਨੇ। ਦਾਸ ਇੱਕ ਵਾਰ ਅਰਜ਼ ਕੀਤੀ ਸੀ, ਅਸੀਂ ਭਾਵੇਂ ਸ਼ਬਦ ਕਹਿ ਦਿੰਦੇ ਹਾਂ ਮਹਿਤਾ ਕਲਿਆਣ ਦਾਸ, ਪਰ ਸੱਚ ਇਹ ਵੀ ਜਦੋਂ ਨਾਵਾਂ ਨੂੰ ਅਸੀਂ ਪੜ੍ਹੀਏ ਤੇ ਜੇ ਛੋਟੇ ਭਰਾ ਦਾ ਨਾਮ ਲਾਲੂ ਹੈ ਤੇ ਨਾ ਫਿਰ ਪਿਤਾ ਜੀ ਦਾ ਬਾਬਾ ਕਾਲੂ ਹੈ। ਮੈਂ ਬਾਬਾ ਸ਼ਬਦ ਅਦਬ ਸਤਿਕਾਰ ਲਈ ਵਰਤ ਰਿਹਾ ਹਾਂ। ਉਸ ਦਾ ਇੱਕ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਮਹਾਰਾਜ ਬਚਨ ਕਰਦੇ ਆ ਕਿ ਜਦੋਂ ਗੁਰੂ ਦਾ ਜ਼ਿਕਰ ਕਰੇ ਸਨਮਾਨਯੋਗ ਪਿਤਾ ਜੀ ਨੂੰ ਸਤਿਕਾਰ ਨਾਲ ਤੇ ਧੰਤਾ ਨਾਲ ਬੁਲਾਉਣਾ ਹੈ। ਜਿਵੇਂ ਅਸੀਂ ਪਾਠ ਕਰਨੇ ਆ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਧਰਤੀ ਪਹਿਲਾਂ ਗਿਆ, ਇਹ ਪਾਠ ਧਰਤੀ ਆਉਂਦਾ, ਪਰ ਜਿਹੜਾ ਦਾਸ ਪਾਠ ਕਰ ਰਿਹਾ ਧਰਤੀ ਹੈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਇੱਕ ਧਰਤੀ ਫਿਰ ਜੰਤ, ਯਾਦ ਰੱਖਿਓ ਇੱਥੇ ਸ਼ਬਦ ਜੰਤ ਵਰਤਿਆ ਹੈ, ਮਨੁੱਖ ਵੀ ਨੇ ਦੂਜੇ ਵੀ ਜੀਵ ਨੇ। ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਕੁੱਲ ਦਾ ਸ਼ਬਦ ਜ਼ਿਕਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਦੀ ਵਿਆਖਿਆ ਕੀਤੀ, ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਉਹਨਾਂ ਨੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਨਾਨਕ ਰਾਏ। ਮੈਂ ਬੇਨਤੀ ਕਰਾਂਗਾ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਇੱਕ ਧਰਤੀ, ਦੂਸਰੇ ਜੰਤ, ਤੀਸਰੀ ਮੈਂ ਬੇਨਤੀ ਆਪ ਜੀ ਦੇ ਸਾਹਮਣੋਂ ਕੀਤੀ ਹੈ ਜੀ, ਕਿ ਪਿਤਾ ਜੀ, ਕੁੱਲ ਤੇ ਮਾਤਾ ਜੀ। ਉਸ ਤੋਂ ਅੱਗੇ ਫਿਰ ਬਾਬਾ ਸਤਿਗੁਰੂ ਜੀ ਕਹਿੰਦੇ ਨੇ, ਧੰਨ ਧੰਨ ਗੁਰੂ, ਜਿਨੀ ਨਾਮ ਆਰਾਧਿਆ ਆਪ ਤਰਿਆ, ਜਿਨੀ ਡਿੱਠਾ ਤਿਨਾ ਲੈ ਛਡਾਏ। ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਪਰਸੋਂ ਵੀ ਸ਼ਾਇਦ ਕਿਹਾ ਸੀ, ਅਸਲ 'ਚ ਗੁਰਦੇਵ ਦਾ ਜਿਹੜਾ ਪਿਛੋਕੜ ਪਿੰਡ ਹੈ,
ਉਹ ਮਾਝੇ ਵਿੱਚ ਇੱਕ ਪਿੰਡ ਹੈ ਪੱਠੇ ਵਿੰਡ, ਅੱਜ ਕੱਲ ਉਹਨੂੰ ਡੇਰਾ ਸਾਹਿਬ ਕਿਹਾ ਜਾਂਦਾ ਹੈ, ਬਾਬਾ ਕਾਲੂ ਸਾਹਿਬ ਜੀ ਤਰਨ ਤਾਰਨ ਦੇ ਨਜ਼ਦੀਕ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ, ਸਨਮਾਨਯੋਗ ਪਿਤਾ ਜੀ ਬਾਬਾ ਕਾਲੂ ਸਾਹਿਬ ਜੀ ਉਹਨਾਂ ਦਾ ਵਿਆਹ, ਚਲੋ ਸ਼ਬਦ ਵਰਤਾ, ਲਾਹੌਰ ਦੇ ਨਜ਼ਦੀਕ ਇੱਕ ਪਿੰਡ ਚਾਹਲ ਉੱਥੇ ਵਿਆਹ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮਾਨਯੋਗ ਜਿਹੜੇ ਨਾਨਾ ਜੀ ਨੇ ਉਹਨਾਂ ਦਾ ਨਾਮ ਸੀ ਜੀ ਬਾਬਾ ਰਾਮਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਮਾਮਾ ਜੀ ਦਾ ਨਾਮ ਸੀ ਬਾਬਾ ਕ੍ਰਿਸ਼ਨਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਗਮਨ ਰਾਏ ਭੋਏ ਦੀ ਤਲਵੰਡੀ ਹੁੰਦਾ ਹੈ। ਮੈਨੂੰ ਪਤਾ ਇਹ ਸ਼ਬਦ ਭਾਵੇਂ ਆਪਾਂ ਕਹਾਂਗੇ ਵੀ ਸਾਨੂੰ ਸਭ ਨੂੰ ਪਤਾ ਨਹੀਂ, ਕੋਈ ਸ਼ੱਕ ਨਹੀਂ, ਪਰ ਦਾਸ ਇੱਕ ਬੇਨਤੀ ਕਰਦਾ ਹੈ ਕਿ ਹਰ ਸਾਖੀਕਾਰ ਨੇ, ਹਰ ਜਨਮ ਸਾਖੀ ਵਾਲੇ ਨੇ ਇਹ ਸ਼ਬਦ ਕਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵੇਲੇ ਸਭ ਤੋਂ ਪਹਿਲਾਂ ਜਿਸ ਔਰਤ ਨੂੰ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਮਿਲੀ ਉਸ ਦਾ ਨਾਮ ਦੌਲਤਾਂ ਦਾਈ ਸੀ, ਉਹ ਮੁਸਲਮਾਨ ਔਰਤ ਸੀ। ਸ਼ਾਇਦ ਆਪ ਨੂੰ ਪਤਾ ਹੋਣਾ ਕਿ ਗੁਰੂ ਨਾਨਕ ਸਾਹਿਬ ਦੇ ਪਹਿਲੇ ਦੀਦਾਰ ਉਹਨੇ ਕੀਤੇ ਤੇ ਉਸ ਅਸਲ 'ਚ ਉਹਦਾ ਕਿੱਤਾ ਸੀ ਦਾਈ ਪੁਣਾ। ਕਿਸੇ ਦੇ ਘਰ ਬੱਚਾ ਬੱਚੀ ਜਨਮ ਲੈਂਦਾ ਸੀ ਤੇ ਉਹ ਵਿਚਾਰੀ ਪਹਿਲਾਂ ਕੁਝ ਸਮਾਂ ਜਾ ਕੇ ਘੁੱਟਣਾ ਨੱਪਣਾ ਉਹ ਸੇਵਾ ਕਰਦੀ ਸੀ, ਪਰ ਜਿਸ ਵਕਤ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਉਹ ਘਰ 'ਚ ਹਜ਼ੂਰ ਦੇ ਆਗਮਨ ਤੋਂ ਪਹਿਲਾਂ ਉਹਨੇ ਸਨਮਾਨਯੋਗ ਬਾਬਾ ਕਾਲੂ ਸਾਹਿਬ ਜੀ ਨੂੰ ਕਿਹਾ ਸੀ ਕਿ ਅੱਲਾ ਰੱਬ ਖੁਦਾ ਤੈਨੂੰ ਪੁੱਤਰ ਦੀ ਦਾਤ ਦੇ ਤੇ ਕਿਰਪਾ ਕਰੀ ਮੈਨੂੰ ਦਾਣੇ ਬਸਤਰ। ਤੇ ਮੈਂ ਇੱਕ ਵਾਰ ਕਿਹਾ ਉਸਨੇ ਪਹਿਲੇ ਦੀਦਾਰ ਕੀਤੇ ਪਰ ਜਦੋਂ ਬਾਹਰ ਆਈ ਸੀ ਉਹਦੀਆਂ ਅੱਖਾਂ 'ਚ ਪਾਣੀ ਸੀ। ਉਹਨੇ ਮਹਾਰਾਜ ਜੀ ਦੇ ਪਿਤਾ ਜੀ ਨੂੰ ਇੱਕੋ ਗੱਲ ਕਹੀ ਕਿ ਬਾਬਾ ਕਾਲੂ ਸਾਹਿਬ ਨੂੰ ਆਪ ਨੂੰ ਵਧਾਈ ਹੋਵੇ। ਤੇ ਬਾਬਾ ਕਾਲੂ ਸਾਹਿਬ ਜੀ ਨੇ ਉਸ ਵਕਤ ਕੁਝ ਮਾਇਆ ਪਲੇਟ 'ਚ ਪਾ ਕੇ ਉਹਨੂੰ ਦੇਣ ਲੱਗੇ ਤੇ ਉਸ ਬੈਰਾਗ 'ਚ ਭਿੱਜੀ ਹੋਈ ਨੇ ਹੱਥ ਨਾਲ ਉਸ ਭਾਂਡੇ ਨੂੰ ਇੱਕ ਪਾਸੇ ਕਰ ਦਿੱਤਾ ਤੇ ਨਾਲ ਸ਼ਬਦ ਕਿਹਾ ਸੀ ਰਹਿਣ ਦੇਵੇ ਮਹਿਤਿਆ ਮੈਂ ਤਾਂ ਬਹੁਤ ਰੱਜੀ। ਇਹ ਸ਼ਬਦ ਸਨ, ਮੈਂ ਤਾਂ ਬਹੁਤ ਰੱਜੀ। ਪਰ ਪਿਤਾ ਜੀ ਦੇ ਮਨ 'ਚ ਸ਼ਾਇਦ ਇਹਦੇ ਮਨ 'ਚ ਕ੍ਰੋਧ ਆ ਗਿਆ ਵੀ ਇਹਨੂੰ ਮਾਇਆ ਘੱਟ ਲੱਗ ਰਹੀ ਹੈ। ਅਗਲੇ ਸ਼ਬਦ ਕਹੇ ਸਨ ਇਹ ਤੂੰ ਵਧਾਈ ਲੈ, ਤੈਨੂੰ ਬਸਤਰ ਵੀ, ਅਨਾਜ ਵੀ, ਪੈਸੇ ਵੀ, ਮੱਝਾਂ ਗਾਵਾਂ ਵੀ ਦਿਆਂਗਾ। ਉਹਨੇ ਅੱਗੋਂ ਕਿਹਾ ਸੀ ਮੈਂ ਬਹੁਤ ਰੱਜੀ, ਇਸ ਕਰਕੇ ਨਹੀਂ ਕਿਹਾ ਕਿ ਮੇਰੇ ਲਈ ਘੱਟ ਨੇ। ਸੱਚ ਤੈਨੂੰ ਦੱਸਾਂ ਮੇਰੇ ਹੱਥ 'ਚ ਅਨੇਕਾਂ ਬੱਚਿਆਂ ਦਾ ਜਨਮ ਹੋਇਆ ਪਰ ਮੇਰੀ ਭੁੱਖ ਕਿਸੇ ਨਹੀਂ ਮਿਟਾਈ, ਤੇਰੇ ਪੁੱਤਰ ਦੀ ਪਹਿਲੇ ਦੀਦਾਰ ਤੇ ਪਹਿਲੀ ਛੂਹ ਨੇ ਮੇਰੇ ਜਨਮਾਂ ਜਨਮਾਂ ਦੀ ਭੁੱਖ ਮਿਟਾ ਦਿੱਤੀ। ਮੇਰਾ ਚਿੱਤ ਨਹੀਂ ਕਰਦਾ ਮੈਂ ਮੰਗਾਂ, ਪਤਾ ਨਹੀਂ ਮੇਰੇ ਅੰਦਰ ਨੂੰ ਟਿਕਾ ਜਿਹਾ ਆ ਗਿਆ, ਸੰਤੋਖ ਆ ਗਿਆ। ਸੱਚ ਇਹ ਵੀ ਪਹਿਲੀ ਕਿਰਪਾ ਉਸ ਔਰਤ 'ਤੇ ਹੋਈ। ਅਗਲੀ ਜਿਹੜੀ ਬੇਨਤੀ ਮੈਂ ਆਪ ਨੂੰ ਕਰਨੀ ਚਾਹੁੰਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਗੁਰੂ ਜੋਤ ਨੇ ਵੀ ਬਚਨ ਉਚਾਰਨ ਕੀਤੇ ਨੇ, ਗੁਰੂ ਜੋਤ ਨੇ। ਅਤੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਗੁਰਸਿੱਖਾਂ ਨੇ ਬਾਬਾ ਸੁੰਦਰ ਜੀ ਨੇ, ਰਬਾਬੀ ਬਾਬਾ ਸੱਤਾ ਬਲਵੰਡ ਜੀ ਨੇ ਅਤੇ ਭੱਟ ਸਾਹਿਬਾਨ ਨੇ ਜ਼ਿਕਰ ਕੀਤਾ ਹੈ। ਅਤੇ ਹੈਰਾਨਗੀ ਦੀ ਗੱਲ ਭੱਟਾਂ ਨੇ ਪੰਜਵੇਂ ਪਾਤਸ਼ਾਹ ਤੱਕ ਸਵਈਏ ਅਤੇ ਹਰ ਪਾਤਸ਼ਾਹ ਦੀ ਸਿਫਤ ਵਿੱਚ ਗੁਰੂ ਨਾਨਕ ਸਾਹਿਬ ਦੀ ਸਿਫਤ ਪਹਿਲਾਂ ਕੀਤੀ ਗਈ। ਹਾਲਾਂਕਿ ਗੁਰੂ ਨਾਨਕ ਸਾਹਿਬ ਦੇ ਸਵਈਏ ਵੱਖਰੇ ਨੇ, ਗੁਰੂ ਅਰਜਨ ਦੇਵ ਦੇ ਮੁੱਖ ਵਾਕ ਸਵਈਏ, ਇੱਕ ਮੁੱਖ ਵਾਕ ਸਵਈਏ ਨੇ, ਇੱਕ ਭੱਟ ਸਾਹਿਬਾਨ ਜੀ ਦੇ ਸਵਈਏ। ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਬਾਣੀ ਪੜ੍ਹਦਿਆਂ
ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਰਹਿਮਤ, ਵੈਸੇ ਤਾਂ ਅਨੇਕਾਂ ਤਰੀਕੇ ਸਨ ਮਹਾਰਾਜ ਦੀ ਕਿਰਪਾ ਕਰਨ ਦੇ, ਗੁਰੂ ਦੀ ਸਿਫਤ ਕੀਤੀ ਤੇ ਮਨ ਚ ਜ਼ਰੂਰ ਆਵੇਗਾ ਵੀ ਗੁਰੂ ਨਾਨਕ ਸਾਹਿਬ ਦੀ ਸਿਫਤ ਦੇ ਇਹ ਬਚਨ ਕਿਉਂ। ਦਾਸ ਨੇ ਇੱਕ ਵਾਰ ਇਸ ਇਲਾਕੇ ਚ ਵਿਚਾਰ ਕਰਦਿਆਂ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜਿਸ ਬੰਦੇ ਨੇ ਆਪਣੇ ਅੰਦਰੋਂ ਬੁਰਿਆਈਆਂ ਦੀ ਬਦੀ ਦੀ ਜੜ ਪਟਣੀ, ਮਨ ਕਹਿੰਦਾ ਵੀ ਮੇਰੇ ਅੰਦਰ ਦੀ ਬੁਰਿਆਈਆਂ ਖਤਮ ਹੋ ਜਾਣ, ਬਸ ਬਾਕੀ ਕੁਛ ਨਾ ਕਰ, ਤੂੰ ਭਿੱਜ ਕੇ ਆਪਣੇ ਗੁਰੂ ਦੀ ਇੰਨੀ ਕੁ ਵਡਿਆਈ ਕਰ, ਜਿੰਨੀਆਂ ਵਡਿਆਈਆਂ ਕਰੇਗਾ ਬੋਡੀ ਵਿੱਚੋਂ ਬੁਰਿਆਈਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਸੱਚ ਇਹ ਬੁਰਿਆਈ ਨੂੰ ਵਡਿਆਈ ਖਤਮ ਕਰੇਗੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਅੰਮ੍ਰਿਤ ਵਚਨ ਹੈ, ਸਤਿਗੁਰ ਵੱਡਾ ਕਰ ਸ਼ਾਲਾ ਹੀ ਹੈ, ਕਿ ਆਪਣੇ ਸਤਿਗੁਰੂ ਨੂੰ ਵੱਡਾ ਜਾਣ ਕੇ ਉਹਦੀ ਸਲੋਤਾ ਕਰ। ਤੇ ਨਾਲ ਮਹਾਰਾਜ ਸ਼ਬਦ ਵਰਤਦੇ ਆ ਕਿ ਜਿਸ ਵਿੱਚ ਵੱਡੀਆਂ ਵਡਿਆਈਆਂ, ਉਸ ਵਿੱਚ ਵਡਿਆਈਆਂ ਬੜੀਆਂ ਨੇ, ਐਵੇਂ ਨਹੀਂ ਬਟਰੀ ਐਵੇਂ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਨਹੀਂ, ਸੱਚਮੁੱਚ ਗੁਰੂ ਵਿੱਚ ਵਡਿਆਈਆਂ ਨੇ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਿੱਧੀ ਗੱਲ ਜੀ, ਇਹਦਾ ਕਾਰਨ ਹੈ ਬੁਰਿਆਈ ਤਾਂ ਪਨਪਦੀ ਹੈ ਜਦੋਂ ਬੁਰਿਆਈ ਨੂੰ ਅੰਦਰ ਥਾਂ ਦਿੰਦੇ ਹਾਂ, ਤੇ ਜਦੋਂ ਵਡਿਆਈ ਇੰਨੀ ਕੁ ਥਾਂ ਲੈ ਗਈ, ਚੇਤੇ ਰੱਖਿਓ ਉਦੋਂ ਬੁਰਿਆਈ ਦਾ ਫੁਰਨਾ ਵੀ ਨਹੀਂ ਉੱਠਣਾ, ਕਿਉਂਕਿ ਜਿੱਥੇ ਵਡਿਆਈ ਹੋਵੇਗੀ ਉੱਥੇ ਬੁਰਿਆਈ ਨਹੀਂ। ਮਹਾਰਾਜ ਕਹਿੰਦੇ ਆ ਦੂਜੀ ਗੱਲ, ਇੱਕ ਤਾਂ ਵਡਿਆਈ, ਦੂਜਾ ਗੁਰੂ ਜਦੋਂ ਮਸਤਕ ਤੇ ਬੇਰ ਭਰਿਆ ਹੱਥ ਰੱਖਦੇ ਨੇ ਨਾ, ਸੱਚ ਇਹ ਉਹਦਾ ਹੱਥ ਬੰਦੇ ਦੀਆਂ ਸਾਰੀਆਂ ਬੁਰਿਆਈਆਂ ਨੂੰ ਖਿੱਚ ਲੈਂਦਾ। ਆਪ ਜੀ ਦੇ ਸਨਮੁਖ ਬੇਨਤੀ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਤਿੰਨ ਕੁ ਬਚਨ ਖਾਸ ਕਰਕੇ। ਉਂਜ ਤਾਂ ਵੈਸੇ ਗੁਰੂ ਜੋਤ ਦੀ ਕਿਰਪਾ ਕਰਨ ਦੇ ਕਈ ਤਰੀਕੇ ਨੇ, ਇੱਕ ਨਹੀਂ ਅੱਜ ਵੀ ਕਈ ਤਰੀਕੇ ਨੇ। ਕਈ ਸੱਜਣ ਐਸੇ ਨੇ ਜੀ ਜਿਹੜੇ ਗੁਰਦੁਆਰੇ ਆਏ, ਕੀਰਤਨ ਬੜਾ ਸੋਹਣਾ ਹੋ ਰਿਹਾ, ਪਹਿਲੇ ਦਿਨ ਹੀ ਸੁਣਿਆ, ਬਸ ਸ਼ਬਦ ਸੁਣਦਿਆਂ ਸਾਰੀ ਜ਼ਿੰਦਗੀ ਪਲਟ ਗਈ, ਕਿਰਪਾ। ਕਈ ਸੱਜਣ ਐਸੇ ਨੇ ਵੀ ਉਹ ਆਏ, ਮਨ ਚ ਆਇਆ ਮੈਂ ਦੋ ਚਾਰ ਦਿਨ ਹੱਥੀ ਸੇਵਾ ਕਰ ਲਾਂ, ਸੇਵਾ ਕਰਦਿਆਂ ਕਰਦਿਆਂ ਇਹੋ ਜਿਹੀ ਸ਼ੋਅ ਮਿਲੀ, ਜੀਵਨ ਪਲਟ ਗਿਆ। ਕਈ ਸੱਜਣ ਜੋੜੇ ਝਾੜਦਿਆਂ, ਗੁਰੂ ਅਰਜਨ ਦੇਵ ਜੀ ਦਾ ਇੱਕ ਪਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਿਸ ਕਿਸ ਜੁਗਤ ਨਾਲ ਹੁੰਦੀ, ਉਹ ਬਚਨ ਹੈ ਸਫਲ ਦਰਸ਼ਨ ਪੇਖਤ ਪੁਨੀਤ ਸੁਖਮਨੀ ਸਾਹਿਬ। ਇੱਕ ਇੱਕ ਤੁਕ ਧਿਆਨ ਨਾਲ ਸੁਣਿਓ, ਗੁਰੂ ਜੀ ਦਾ ਦਰਸ਼ਨ ਵੀ ਸਫਲ ਹੈ, ਤੇ ਸੱਚ ਇਵੇਂ ਪਤਿਤ ਬੰਦਾ ਵੀ ਗੁਰੂ ਦੇ ਦੀਦਾਰ ਕਰੇ, ਗੁਰੂ ਉਹਦੇ ਅੰਦਰ ਨੂੰ ਪਵਿੱਤਰਤਾ ਬਖਸ਼ ਦੇ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਗਤ ਦਰ ਤੇ ਅਵਸਥਾ, ਰੀਤ ਦਰ ਤੇ ਮਰਿਆਦਾ, ਜਦੋਂ ਉਹ ਗੁਰੂ ਦੇ ਚਰਨ ਸਪਰਸ਼ ਕਰੇ, ਸੱਚ ਇਵੇਂ ਦਰਸ਼ਨ ਨਾਲ ਵੀ ਕਿਰਪਾ ਹੁੰਦੀ ਹੈ, ਤੇ ਸਪਰਸ਼ਤਾ ਨਾਲ ਅੰਦਰ ਬਿਲਕੁਲ ਪਵਿੱਤਰ ਹੋ ਜਾਂਦਾ ਹੈ। ਤੇ ਇਸ ਇੱਕ ਇੱਕ ਤੁਕ ਨੂੰ ਆਪ ਜੀ ਦੇਖੋਗੇ ਪਦੇ ਚ, ਇਹ ਮਹਾਰਾਜ ਦੀ ਬਖਸ਼ਿਸ਼ ਦੇ ਤਰੀਕੇ ਕਹੇ ਆ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਜਦੋਂ ਕੋਈ ਭੇਟਦਾ ਸੰਗਤ ਕਰਦਾ ਉਹਦੇ ਉੱਤਰ ਵੀ ਬਖਸ਼ਿਸ਼ ਹੋ ਜਾਂਦੀ। ਪਾਰ ਬ੍ਰਹਮ ਕੀ ਦਰਗਾਹ ਗਵੇ, ਅਗਲੀ ਬਖਸ਼ਿਸ਼ ਹੁੰਦੀ ਹੈ ਸੁਣ ਕਰ ਬਚਨ ਕਰਨ ਆਗਾਨੇ। ਕਈ ਵਾਰੀ ਸ਼ਬਦ ਸੁਣ ਕੇ ਅੰਦਰ ਟਿਕ ਜਾਂਦਾ, ਮਨ ਸੰਤੋਖ ਆਤਮ ਪਤਿਆਨੇ, ਤੇ ਮਹਾਰਾਜ ਕਹਿੰਦੇ ਅਗਲੀ ਬਖਸ਼ਿਸ਼ ਹੁੰਦੀ ਹੈ ਪੂਰਾ ਗੁਰ ਆਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਗੁਰੂ ਸੱਚ ਇਹ ਮੰਤਰ ਦੇ ਕੇ, ਸ਼ਬਦ ਦੇ ਕੇ, ਗੁਰਮੰਤਰ ਦੇ ਕੇ
ਤੇ ਰਹਿਮਤ ਭਰੀ ਦ੍ਰਿਸ਼ਟੀ ਦੇ ਨਾਲ ਬੰਦੇ ਨੂੰ ਅੰਦਰੋਂ ਪਵਿੱਤਰ ਕਰ ਦਿੰਦਾ। ਮੈਂ ਆਪ ਨੂੰ ਬੇਨਤੀ ਕਰਾਂ ਬੜੇ ਤਰੀਕੇ, ਉਂਝ ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਸ਼ਬਦ ਵਰਤੇ ਆ ਗੁਰਮਖੋ, ਉਹ ਤਿੰਨ ਸ਼ਬਦ ਵਰਤੇ ਨੇ। ਉਸ ਵਿੱਚ ਇੱਕ ਸ਼ਬਦ ਵਰਤਿਆ ਗੁਰੂ ਜੀ ਦੇ ਦਰਸ਼ਨ ਕਰਨੇ, ਦੂਜਾ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਦੇ ਬਚਨ ਸੁਣਨੇ, ਤੀਸਰਾ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਨੂੰ ਸਪਰਸ਼ ਕਰ ਲੈਣਾ। ਬਖਸ਼ਾਂ ਤੇ ਬਹੁਤ ਨੇ ਪਰ ਗੁਰੂ ਨਾਨਕ ਸਾਹਿਬ ਲਈ ਤਿੰਨ ਸ਼ਬਦ ਵਰਤੇ ਨੇ, ਦਰਸ਼ਨ ਕਰਨਾ, ਸਪਰਸ਼ ਕਰਨਾ, ਗੁਰੂ ਨਾਨਕ ਸਾਹਿਬ ਦੇ ਬਚਨ ਸੁਣਨੇ। ਮੈਂ ਦੋ ਤੁਕਾਂ ਪੜ੍ਹ ਦਿਆਂਗਾ, ਆਉਣਾ ਮੈਂ ਚਾਰ ਕੁ ਬਚਨਾਂ ਵਿੱਚ। ਉਹ ਪਹਿਲਾ ਬਚਨ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਇਹ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਹੈ। ਕੋਟ ਪਰਾਧੀ, ਇੱਥੇ ਪਾਠ ਅਪਰਾਧੀ ਨਹੀਂ ਪਰਾਧੀ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਦੋ ਸ਼ਬਦ ਬਾਬਾ ਜੀ ਨੇ ਵਰਤੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਗੁਰਮੁਖੋ ਇੱਕ ਸੁਣਿਆ ਤੇ ਦੂਜਾ ਪੇਖਿਆ, ਦੀਦਾਰ ਕੀਤਾ। ਮੈਨੂੰ ਪਤਾ ਹੈ ਇਹ ਮਨ ਚ ਆਵੇਗਾ, ਤੁਸੀਂ ਦਰਸ਼ਨ ਕਹਿ ਰਹੇ ਹੋ, ਜਿਨ੍ਹਾਂ ਨੇ ਕੁਰਾਈਆ ਕਿਹਾ ਉਹਨਾਂ ਵੀ ਤੇ ਦਰਸ਼ਨ ਕੀਤੇ, ਖੰਡਨ ਕਰ ਲਏ। ਪਿਆਰੇ ਉਹ ਚੇਤੇ ਰੱਖਿਓ, ਜਦੋਂ ਭਾਵਨਾ ਸੰਯੁਗਤ ਕੋਈ ਗੁਰੂ ਦੇ ਦੀਦਾਰ ਕਰਦਾ, ਸੱਚ ਇਹ ਵੀ ਦੀਦਾਰ ਵੀ ਉਹਦਾ ਪਾਰ ਉਤਾਰਾ ਕਰ ਦਿੰਦਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਦੀਦਾਰ ਬਖਸ਼ਿਸ਼ ਕਰਾਂਦਾ। ਹਜ਼ੂਰ ਨੇ ਬਖਸ਼ਿਸ਼ ਕੀਤੀ, ਫਿਰ ਸੁਣੋ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਜਿਹਨੇ ਸੁਣਿਆ, ਜਿਹਨੇ ਦਰਸ਼ਨ ਕੀਤੇ, ਤੇ ਮਾਂ ਕਿਹਨਾਂ ਨੂੰ ਗਰਭ ਜੂਨ ਵਿੱਚ ਨਹੀਂ ਪਿਆ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਅਗਲੀ ਬੇਨਤੀ ਇੱਕ ਹੋਰ ਸੁਣੋ, ਇੱਥੇ ਦੋ ਸ਼ਬਦ ਆ ਗਏ, ਪੇਖਿਆ ਤੇ ਸੁਣਿਆ। ਮੇਰਾ ਖਿਆਲ ਮੈਂ ਕਰਮ ਨੇ ਇੱਕ ਬੇਨਤੀ ਕੀਤੀ ਸੀ ਉਦਣ ਕਿ ਗੁਰੂ ਸਾਹਿਬ ਦੀ ਸਪਰਸ਼ਤਾ ਦੇ ਬੜੇ ਤਰੀਕੇ ਆ। ਉਦਣ ਆਪਾਂ ਚਾਰਾਂ ਦਾ ਜ਼ਿਕਰ ਕੀਤਾ ਸੀ, ਅੱਖਾਂ ਨਾਲ ਵੀ ਸਪਰਸ਼ਤਾ ਮਿਲਦੀ ਹੈ। ਜਿਹੜਾ ਬੰਦਾ ਕਹਿੰਦਾ ਨੇ ਜੀ ਇਹ ਨੇਫਲਕ ਹੈ, ਦਾਸ ਤਾਂ ਬੇਨਤੀ ਕਰਦਾ ਗੁਰਮੁਖੋ ਸੱਚ ਇਹ ਵੇ, ਇਹਨਾਂ ਅੱਖਾਂ ਨੇ ਬਹੁਤ ਕੋਈ ਦੁਨੀਆਂ ਦਾ ਦੇਖਿਆ, ਇਹਦੀ ਤਾਂ ਸਪਰਸ਼ਤਾ ਇੰਨੀ ਜ਼ਬਰਦਸਤ ਹੈ ਕਿ ਆਪਣੇ ਤੋਂ ਅੱਜ ਤੋਂ 20 ਸਾਲ ਪਹਿਲਾਂ ਜੋ ਕੋਈ ਦੇਖਿਆ ਉਹ ਅੰਦਰ ਨੂੰ ਮਨ ਨੂੰ ਅੱਜ ਵੀ ਪ੍ਰਭਾਵਿਤ ਕਰ ਰਿਹਾ। ਅੱਖਾਂ ਦੀ ਸਪਰਸ਼ਤਾ ਹੈ, ਬਾਣੀ ਦੀ ਬਖਸ਼ਿਸ਼ ਹੈ ਇਸੇ ਤਰ੍ਹਾਂ। ਉਸ ਦਿਨ ਮੈਂ ਕਿਹਾ ਸੀ ਇੱਕ ਅੱਖਾਂ ਦੀ ਸਪਰਸ਼ਤਾ, ਦੂਜਾ ਕੰਨਾਂ ਦਾ, ਤੀਸਰਾ ਜ਼ਬਾਨ ਦਾ, ਚੌਥਾ ਸਕਿਨ ਦਾ, ਅਸੀਂ ਡਿਟੇਲ ਨਾਲ ਵਾਚਿਆ ਸੀ ਉਦੋਂ। ਪਰ ਮੈਂ ਇੱਥੇ ਬੇਨਤੀ ਕਰਾਂਗਾ, ਇੱਕ ਪੇਖਿਆ ਇੱਕ ਸੁਣਿਆ। ਇੱਕ ਬਚਨ ਗੁਰੂ ਅਰਜਨ ਦੇਵ ਜੀ ਨੇ ਹੋਰ ਵਰਤਿਆ ਕਿ ਜੇ ਕਾਟੀ ਸਿਲਕ ਦਿਆਲ ਪ੍ਰਭ, ਸਿਲਕ ਦਾ ਅਰਥ ਰੱਸੀ, ਵਾਸ਼ਨਾ ਦੇ ਫੰਦੇ ਜਿਨ੍ਹਾਂ ਦੀ ਰੱਬ ਨੇ ਕਿਰਪਾ ਕਰਕੇ ਫੰਦੇ ਕੱਟ ਦਿੱਤੇ, ਜੇ ਕਾਟੀ ਸਿਲਕ ਦਿਆਲ ਪ੍ਰਭ, ਸੇ ਜਨ ਲੱਗੇ ਭਗਤੇ, ਹਰ ਗੁਰੂ ਨਾਨਕ ਜਿਨ ਪਰਸਿਆ ਤੇ ਇਤ ਉਤ ਸਦਾ ਮੁਕਤੇ। ਬਾਣੀ ਚ ਇੱਕ ਸ਼ਬਦ ਹੁੰਦਾ ਪਰਸਿਆ ਤੇ ਇੱਕ ਆਉਂਦਾ ਪਰਸਿਓ ਗੁਰੂ ਨਾਨਕ ਸਾਹਿਬ ਲਈ। ਇਹਦਾ ਮਤਲਬ ਤਿੰਨ ਬਚਨ ਹੋ ਗਏ, ਇੱਕ ਪੇਖਣਾ, ਦੂਜਾ ਸੁਣਨਾ ਤੇ ਤੀਸਰਾ ਗੁਰੂ ਨਾਨਕ ਸਾਹਿਬ ਨੂੰ ਸਪਰਸ਼ ਕਰਨਾ। ਸੱਚ ਇਹ ਵੀ ਕਿ ਆਪ ਗੁਰੂ ਸਾਹਿਬ ਦੀ ਸਾਰੀ ਹਿਸਟਰੀ ਨੂੰ, ਇਤਿਹਾਸ ਨੂੰ ਦੇਖੋਗੇ, ਇਹਨਾਂ ਤਿੰਨਾਂ ਬਖਸ਼ਾਂ ਉੱਤੇ ਨਿਰਭਰ ਕਰ ਰਿਹਾ ਹੈ। ਵੇਖ ਲੈਣਾ, ਸੁਣ ਲੈਣਾ ਤੇ ਪਿਆਰਿਓ ਸਪਰਸ਼ ਕਰਨਾ। ਅਗਲੀ ਬੇਨਤੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਰ ਉਦਾਸੀਆਂ ਸੀ ਸ਼ਬਦ ਵਰਤਨੇ,
ਚਾਰ ਉਦਾਸੀਆਂ ਕੀਤੇ, ਚੌਥੀ ਨੂੰ ਵੈਸੇ ਸੀ ਪੰਜਾਬ ਫੇਰੀ ਕੇ ਨਿਆਮ ਤੌਰ ਤੇ। ਮੈਂ ਆਪ ਨੂੰ ਬੇਨਤੀ ਕਰਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਨਾਲ ਜਿਸ ਸਾਥੀ ਨੇ ਬਹੁਤ ਸਾਥ ਦਿੱਤਾ ਉਹ ਸਨਮਾਨਯੋਗ ਭਾਈ ਮਰਦਾਨਾ ਜੀ ਸਨ। ਗੁਰਮੁਖੋ, ਇਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਤਕਰੀਬਨ 54 ਸਾਲ ਭਾਈ ਮਰਦਾਨੇ ਨੇ ਸੰਗਤ ਕੀਤੀ ਹੈ ਮਹਾਰਾਜ ਨਾਲ। ਦਾਸ ਨੇ ਅਰਜ਼ ਕੀਤੀ ਸੀ ਕਿ 1480 ਨੂੰ ਬਾਬਾ ਜੀ ਦਾ ਮਿੱਤਰ ਬਣਦਾ, ਨਾਲ ਚੱਲ ਨਾਲ ਰਹਿੰਦਾ, ਅਜੇ ਉਦਾਸੀ ਨਹੀਂ, ਤੇ 1534 ਨੂੰ ਭਾਈ ਸਾਹਿਬ ਨੇ ਸਰੀਰ ਤਿਆਗਿਆ। 1480 1534 54 ਸਾਲ ਉਸ ਮਹਾਂਪੁਰਖ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੇਵਾ ਕੀਤੀ ਹੈ। ਉਹ ਮਿੱਤਰ ਵੀ ਬਣੇ ਹੈ, ਉਹ ਭਾਈ ਵੀ ਬਣੇ ਹੈ, ਤੇ ਸਾਡੀਆਂ ਸਾਖੀਆਂ ਇਹ ਸ਼ਬਦ ਕਹਿੰਦੀਆਂ ਹਨ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕੀਰਤਨ ਕਰਦੇ ਆ ਤੇ ਭਾਈ ਸਾਹਿਬ ਰਬਾਬ ਜਾਂਦੇ ਨੇ, ਉਹਨਾਂ ਦਾ ਗੋਡਾ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਗੋਡੇ ਨਾਲ ਛੂੰਹਦਾ, ਤੇ ਜਦੋਂ ਮਹਾਰਾਜ ਸ਼ਬਦ ਦੇ ਰਸ ਚ ਮਗਨ ਹੋ ਜਾਂਦੇ ਆ ਤੇ ਥੋੜੀ ਜਿਹੀ ਦੂਰ ਖਲੋ ਕੇ ਗੁਰੂ ਨਾਨਕ ਸਾਹਿਬ ਦਾ ਸੇਵਾਦਾਰ ਬਣ ਕੇ ਪਹਿਰਾ ਦੇਈ ਜਾਂਦਾ। ਮਹਾਰਾਜ ਕਰਾਂਗਾ 54 ਸਾਲ ਉਸ ਮਹਾਂਪੁਰਖ ਨੇ, ਮਹਾਂਪੁਰਖ ਕਹੋ ਗੁਰਮੁਖ ਕਹੋ, ਮੈਂ ਤਾਂ ਇੱਕ ਵਾਰ ਕਿਹਾ ਸੀ ਪਿਆਰਿਓ ਥੋੜਾ ਜਿਹਾ ਇਸ ਗੱਲ ਨੂੰ ਸਮਝਿਓ, ਉਸ ਦਾ ਕਦੀ ਮਜ਼ਾਕ ਨਾ ਉਡਾਈਏ। ਜਨਮ ਸਾਖੀਆਂ 'ਚ ਉਹਨਾਂ ਸੰਬੰਧੀ ਕੁਝ ਕੌਤਕ ਨੇ, ਪਰ ਅਸੀਂ ਉਹਦਾ ਇਸ ਕਰਕੇ ਮਜ਼ਾਕ ਨਾ ਉਡਾਈਏ, ਉਹ ਭੁੱਖਾ ਹੈ। ਸ਼ਾਇਦ ਉੱਥੇ ਵੀ ਉਸ ਦਿਨ ਕਿਹਾ ਸੀ, ਪਹਿਲੀ ਗੱਲ ਤੇ ਮਿਰਾਸ ਸ਼ਬਦ ਤੋਂ ਸ਼ਬਦ ਬਣਿਆ ਮਿਰਾਸੀ, ਮਿਰਾਸ ਅਰਬੀ ਦਾ ਸ਼ਬਦ, ਇਹਦਾ ਲਫ਼ਜ਼ੀ ਅਰਥ ਹੁੰਦਾ ਸੰਭਾਲਣਾ, ਸਾਂਭ ਕੇ ਰੱਖਣਾ। ਅਸਲ 'ਚ ਕੀ ਹੈ ਕਿ ਜਿਹੜਾ ਚੀਜ਼ ਨੂੰ ਸੰਭਾਲ ਕੇ ਰੱਖੇ, ਮਿਰਾਸ ਸੰਭਾਲਣਾ, ਤੇ ਇਹ ਮਿਰਾਸੀ ਤਾਂ ਸ਼ਬਦ ਬਣਿਆ, ਇਹ ਛੱਛੇ ਨਾਲ ਨਹੀਂ, ਮਿਰਾਸ ਤੋਂ ਮਿਰਾਸੀ ਹੈ ਕਿ ਜਿਹੜਾ ਜ਼ਬਾਨੀ ਸਾਡੇ ਤੁਹਾਡੇ ਪਰਿਵਾਰ ਦੀਆਂ ਕਈ ਪੁਸ਼ਤਾਂ ਆਪਣੇ ਦਿਮਾਗ ਵੀ ਸਾਂਭ ਕੇ ਰੱਖੇ, ਉਹਨੂੰ ਮਿਰਾਸੀ ਕਹਿੰਦੇ ਆ। ਮਿਰਾਸ ਦਾ ਸੰਭਾਲਣਾ, ਹੁਣ ਮਿਰਾਸੀ ਕਿਸੇ ਚੀਜ਼ ਨੂੰ ਸੰਭਾਲਣ ਵਾਲਾ ਹੋ ਸਕਦਾ, ਪਰ ਇਹਨਾਂ ਦਾ ਕੀ ਸੀ ਜੀ, ਇਹ ਕਈ ਪੁਸ਼ਤਾਂ ਦਾ ਜਿਹੜਾ ਹਿਸਟਰੀ ਸੀ ਉਹਨੂੰ ਸਾਂਭਦੇ ਸਨ। ਮੁਸਲਮਾਨਾਂ ਵਿੱਚ ਮਿਰਾਸੀ ਹੁੰਦੇ ਸਨ, ਇਹ ਹਿੰਦੂਆਂ ਨੂੰ ਵੀ ਜਜਮਾਨ ਬਣਾਉਂਦੇ ਸਨ, ਪਰ ਅਕਸਰ ਜਿਹੜੇ ਕੱਟੜ ਹਿੰਦੂ ਸਨ ਉਹਨਾਂ ਦੇ ਘਰਾਂ ਵਿੱਚ ਬ੍ਰਾਹਮਣ ਭੱਟ ਹੁੰਦੇ ਸਨ, ਇੱਕ ਭੱਟ ਤੇ ਇੱਕ ਮਿਰਾਸੀ। ਬੇਨਤੀ ਹੈ ਜੀ, ਗੁਰੂ ਨਾਨਕ ਸਾਹਿਬ ਦੀ 54 ਸਾਲ ਉਹਨੇ ਸੰਗਤ ਕੀਤੀ, ਉਸ ਮਹਾਂਪੁਰਖ ਨੇ ਜਿੰਨੇ ਕੌਤਕ ਕੀਤੇ, ਯਾਦ ਰੱਖਿਓ ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਹਰ ਕੌਤਕ ਨੇ ਕਿਸੇ ਨਵੇਂ ਇਤਿਹਾਸ ਨੂੰ ਸਿਰਜਿਆ। ਮੈਂ 3 ਕੁ ਬੇਨਤੀਆਂ ਕਰਾਂਗਾ। ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਹੈ, ਇਹ ਸਾਰੇ ਜਾਣਦੇ, ਜੇ ਭੁੱਖ ਨਾ ਲੱਗਦੀ ਤੇ ਕਦੀ ਬੰਦਿਆਂ ਨੂੰ ਮਾਰਨ ਵਾਲਾ ਰਾਕਸ਼ ਬਿਰਤੀ ਵਾਲਾ ਕੌਡਾ ਰਾਕਸ਼ ਭਾਈ ਕੌਡਾ ਨਾ ਬਣਦਾ, ਕਿਉਂਕਿ ਇਸ ਕੌਤਕ ਵਿੱਚ ਵੀ ਗੁਰੂ ਨੇ ਖੇਡ ਵਰਤਾਈ ਹੈ। ਪਿਆਸ ਲਵਾ ਦੇਣੀ ਤੇ ਵਲੀ ਕੰਧਾਰੀ ਵਰਗਾ ਬੰਦਾ ਥੱਲੇ ਉਤਰ ਆਉਂਦਾ, ਜੇ ਭਾਈ ਸਾਹਿਬ ਨੂੰ ਪਿਆਸ ਨਾ ਲੱਗਦੀ ਉਹ ਬੰਦਾ ਕਿਵੇਂ ਹੰਕਾਰ ਉੱਠਦਾ ਉਹਦਾ, ਜੇ ਭਾਈ ਸਾਹਿਬ ਨੂੰ ਭੁੱਖ ਨਾ ਲੱਗਦੀ ਤੇ ਸਾਲਸਰਾਏ ਜੋਰੀ ਦਾ ਪਾਰ ਉਤਾਰਾ ਕਿਵੇਂ ਹੁੰਦਾ। ਉਹਨਾਂ ਨੂੰ ਭੁੱਖ ਲੱਗੀ, ਸਾਲਸਰਾਏ ਝੁਕਿਆ, ਸਾਲਸਰਾਏ ਨੂੰ ਬਚਨ ਕੀਤਾ, ਮੈਂ 10ਵੇਂ ਜਾਮੇ ਕਈ ਸਾਲ ਤੇਰੇ ਘਰ ਰਹਿ ਕੇ ਜਾਵਾਂਗਾ, ਜਿਹੜਾ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਹੈ, ਅਸਲ 'ਚ ਇਹ ਭਾਈ ਸਾਲਸਰਾਏ ਦੀ ਹਵੇਲੀ ਸੀ। ਇਹ ਮਹਾਰਾਜ ਦੇ ਕੌਤਕ ਨੇ, ਨੂਰ ਸ਼ਾਹ ਜਾਦੂਗਰ ਨੇ। ਮੈਂ ਖੈਰ ਜਿਹੜੀ ਬੇਨਤੀ ਕਰਨੀ ਚਾਹੁੰਦਾ ਥੋੜ੍ਹੀ ਜਿਹੀ ਇਸ ਕਰਕੇ ਵੀ ਉਸ ਗੁਰਮੁਖ ਨੂੰ ਜ਼ਰੂਰ ਚੇਤੇ ਰੱਖੀਏ,
ਭਾਈ ਸਾਹਿਬ ਨੇ ਲਿਖਿਆ ਭਲਾ ਰਬਾਬ ਵਜਾਏ ਦਾ ਮਜਲਿਸ ਮਿਰਦਾਨਾ ਮੇਰਾ ਸੀ। ਬਹੁਤ ਸੋਹਣੀ ਰਬਾਬ ਵਜਾਉਂਦਾ ਹੈ ਤੇ 34 ਸਾਲ ਨਾ ਮਾਂ ਸੁਲੱਖਣੀ ਇੰਨਾ ਸਮਾਂ ਨੇੜੇ ਰਹੀ, ਨਾ ਮਾਂ ਤ੍ਰਿਪਤਾ, ਨਾ ਮੈਂ ਕਹਿੰਦਾ ਕੋਈ ਖੂਨ ਦਾ ਰਿਸ਼ਤਾ ਤੇ ਕੋਈ ਗੁਰੂ ਨਾਨਕ ਸਾਹਿਬ ਦੇ ਇੰਨੇ ਨੇੜੇ ਨਹੀਂ ਰਿਹਾ ਜਿੰਨਾ ਸਮਾਂ ਭਾਈ ਮਰਦਾਨਾ ਜੀ ਰਹੇ। ਮਹਾਰਾਜ ਉਹਨਾਂ ਨੇ ਬਖਸ਼ਾ ਕੀਤੀ, ਮੈਂ ਥੋੜੀ ਹਿਸਟਰੀ ਅਜੇ ਕਹਿ ਰਹੇ। ਉਸ ਤੋਂ ਬਾਅਦ ਅਸੀਂ ਸਾਰੇ ਸ਼ਬਦ ਵਰਤਨੇ ਆ ਨਨਕਾਣਾ ਸਾਹਿਬ, ਸਾਰੇ ਨਨਕਾਣਾ ਕਹਿੰਦੇ। ਉਂਝ ਵੈਸੇ ਇਹ ਜਿਹੜਾ ਲਫ਼ਜ਼ ਹੁਣ ਨਨਕਾਣਾ ਬਣ ਗਿਆ ਹੈ ਨਾ, ਇਹ ਇਹੀ ਰਹਿਣਾ। ਇਹ ਕਦੋਂ ਬਣਿਆ ਨਨਕਾਣਾ? ਰਾਏ ਭੋਏ ਦੀ ਤਲਵੰਡੀ ਹੈ, ਸ਼ਬਦ ਵਰਤੇ ਦਾਸ ਨੇ। ਇਹ ਅਸਲ 'ਚ ਰਾਏ ਬੁਲਾਰ, ਆਪ ਸਭ ਨੂੰ ਪਤਾ ਕਿੰਨੇ ਮੁਰੱਬੇ ਜ਼ਮੀਨ ਉਹਨੇ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ, ਜਿਹਦਾ ਕੇਸ ਵੀ ਚੱਲਿਆ। ਇਹ ਮੈਂ ਇੱਧਰ ਨਹੀਂ ਤੁਰਨਾ, ਇੱਕ ਪੂਰਾ ਆਰਟੀਕਲ ਡਾਕਟਰ ਹਰਪਾਲ ਸਿੰਘ ਪੰਨੂ ਦਾ ਜੀ, ਕਮਾਲ ਦਾ ਪੜ੍ਹਨ ਵਾਲਾ, ਕਿ ਉਹਨਾਂ ਕੇਸ ਲੜਿਆ ਭੱਟੀਆਂ ਨੇ, ਸੁਪਰੀਮ ਕੋਰਟ ਨੇ ਆਖਰੀ ਜੱਜ ਨੇ ਕਮਾਲ ਕਰ ਦਿੱਤੀ। ਉਹਨੇ ਬੁਲਾ ਕੇ ਆਪਣੇ ਚੈਂਬਰ 'ਚ ਕਿਹਾ ਕਿ ਦੇਖੋ ਆਪਣੇ ਬਜ਼ੁਰਗ ਦੀ ਘਾਲਣਾ ਨੂੰ ਮਿੱਟੀ 'ਚ ਨਾ ਰੋਲੋ, ਜ਼ਮੀਨ ਤੁਸੀਂ ਵਰਤਣੀ ਹੈ, ਕਿੰਨਾ ਕੁ ਤੁਸੀਂ ਮਾਮਲਾ ਦਿੰਦੇ ਹੋ। ਚੇਤੇ ਰੱਖਿਓ ਉਸਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਮੁਰਸ਼ਦ ਮੰਨਿਆ। ਅਗਲੀ ਗੱਲ ਕਿ ਜੇ ਤੁਸੀਂ ਕੇਸ ਵਾਪਸ ਲਓ ਸਲਾਹ ਕਰ ਲਓ, ਨਹੀਂ ਤੇ ਮੈਂ ਸ਼ਾਮ ਨੂੰ ਫੈਸਲਾ ਸੁਣਾਵਾਂਗਾ। ਉਹਨਾਂ ਨੂੰ ਉਦੋਂ ਹੀ ਸਮਝ ਪੈ ਗਈ ਫੈਸਲਾ ਸਾਡੇ ਉਲਟ ਹੋਣਾ ਹੈ, ਭੱਟੀਆਂ ਨੇ ਕੇਸ ਵਾਪਸ ਲੈ ਲਏ। ਮੈਂ ਆਪ ਨੂੰ ਬੇਨਤੀ ਜਿਹੜੀ ਕਰਨ ਲੱਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਤੋਂ ਪ੍ਰਭਾਵਿਤ ਸੰਗਰਾਏ ਬੁਲਾਰ ਬਹੁਤ ਜ਼ਿਆਦਾ। ਮੈਂ ਉਸ ਦਿਨ ਇੱਕ ਸ਼ਬਦ ਵਰਤਿਆ ਸੀ, ਦੋ ਕੁ ਮੈਂ ਬੇਨਤੀਆਂ ਆਪ ਨੂੰ ਕਰ ਦਿੰਦਾ। ਬਾਬਾ ਕਾਲੂ ਸਾਹਿਬ ਜੀ ਨੂੰ ਘਰ ਬੁਲਾ ਕੇ ਇੱਕ ਸ਼ਬਦ ਕਿਹਾ ਸੀ ਕਿ ਕਾਲੂ ਦੇਖੀ ਨਾਨਕ ਨੂੰ ਫਿੱਟ ਮਾਰ ਨਾ ਕਹੀ। ਦੇਖੋ ਦੀ ਸ਼ਰਤ ਆ, ਕਾਲੂ ਨਾਨਕ ਨੂੰ ਫਿੱਟ ਮਾਰ ਨਾ ਕਹੀ। ਅਗਲੇ ਸ਼ਬਦ ਕਹਿ ਇਹ ਮਹਾਂਪੁਰਖ ਹੈ, ਇਹ ਮਹਾਂਪੁਰਖ ਹੈ, ਨਾਲ ਕਿਹਾ ਇਹਦੇ ਕਰਕੇ ਮੇਰੀ ਤਲਵੰਡੀ ਵਸਦੀ, ਇਹਦੇ ਕਰਕੇ ਮੇਰਾ ਸ਼ਹਿਰ ਵਸਦਾ। ਦੇਖੀ ਫਿੱਟ ਮਾਰ ਨਾ ਕਹੀ। ਬਾਬਾ ਕਾਲੂ ਜੀ ਨਹੀਂ ਸਮਝੇ ਤੇ ਇੱਕੋ ਦਮ ਕਹਿ ਦਿੱਤਾ, ਰਾਏ ਜੀ ਖੁਦਾਏ ਦੀਆਂ ਖੁਦਾਏ ਜਾਣੇ। ਜਿਸ ਵਕਤ ਸਤਿਗੁਰੂ ਸੱਚਾ ਸੌਦਾ ਕਰਕੇ ਆਏ, ਰਾਏ ਬੁਲਾਰ ਦੁਖੀ ਹੋਇਆ। ਉਹਨੇ ਫਿਰ ਕੀ ਕੀਤਾ, ਇਸ ਸ਼ਹਿਰ ਦਾ ਨਾਂ ਰਾਏ ਭੋਏ ਦੀ ਤਲਵੰਡੀ ਤੋਂ ਬਦਲ ਕੇ ਰੱਖ ਦਿੱਤਾ ਸੀ ਨਨਕਾਇਣਾ। ਚਲੋ ਆਪਾਂ ਸਾਰੇ ਸ਼ਬਦ ਵਰਤਨੇ ਆ ਨਨਕਾਣਾ, ਅਸਲ 'ਚ ਇਸ ਸ਼ਹਿਰ ਦਾ ਨਾਮ ਜੀ ਜੋ ਹਿਸਟਰੀ 'ਚ ਹੈ, ਕਿਉਂਕਿ ਉਹਨੂੰ ਬੋਲਣ 'ਚ ਇਸ ਤਰ੍ਹਾਂ ਚੱਲ ਪਏ, ਇਸ ਸ਼ਹਿਰ ਦਾ ਨਾਮ ਹੈ ਨਨਕਾਇਣਾ। ਇਹ ਦੋ ਸ਼ਬਦਾਂ ਨਾਲ ਬਣਿਆ, ਨਾਨਕ ਆਇਣ ਤਾਂ ਬਣਿਆ ਨਨਕਾਇਣਾ। ਨਾਨਕ ਦਾ ਲਫ਼ਜ਼ੀ ਅਰਥ ਹੋ ਗਿਆ ਸਤਿਗੁਰੂ, ਤੇ ਆਇਣ ਦਾ ਲਫ਼ਜ਼ੀ ਅਰਥ ਹੁੰਦਾ ਘਰ। ਨਨਕਾਇਣਾ ਦਾ ਅਰਥ ਹੈ ਇਹ ਰਾਏ ਭੋਏ ਦਾ ਸ਼ਹਿਰ ਨਹੀਂ, ਇਹ ਮੇਰੇ ਮੁਰਸ਼ਦ ਗੁਰੂ ਨਾਨਕ ਸਾਹਿਬ ਦਾ ਘਰ ਹੈ। ਉਹਨਾਂ ਨੇ ਫਿਰ ਇਹ ਸ਼ਹਿਰ ਦਾ ਨਾਮ ਨਨਕਾਇਣਾ ਰੱਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਕਿਰਪਾ ਕੀਤੀ, ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 19 ਰਾਗਾਂ ਵਿੱਚ ਦਰਜ ਹੈ, ਜਿਹੜੀ ਮੈਂ ਆਪ ਜੀ ਨੂੰ ਬੇਨਤੀ ਕਰਕੇ ਜਾਣੀ ਹੈ। ਸਾਰੀ ਬਾਣੀ ਬਾਬਾ ਜੀ ਦੀ ਪੜ੍ਹਦੇ ਆ ਨਾ ਜੀ, ਵੈਸੇ ਤਾਂ ਬੇਅੰਤ ਗੁਣ ਨੇ, 4 ਗੱਲਾਂ 4 ਬਚਨ ਮਹਾਰਾਜ ਹਰ ਇੱਕ ਨਾਲ ਇੱਕੋ ਜਿਹੇ ਕਰਦੇ, ਧਰਮ ਕਮਾਉਣ ਲਈ, ਜੀਵਨ ਸਫਲ ਕਰਨ ਲਈ। ਉਹ 4 ਬਚਨ ਜਿਹੜੇ ਵਰਤੇ ਆ ਉਹ ਮੈਂ ਤੁਹਾਡੇ ਨਾਲ ਥੋੜ੍ਹੇ ਜਿਹੇ ਸਾਂਝੇ ਕਰਨੇ ਆ। ਉਸ ਵਿੱਚ ਗੁਰੂ ਕਹਿੰਦਾ ਇਹ ਪਰਲੋਕ ਵਿੱਚ ਵੀ ਮਦਦਗਾਰ ਨੇ, ਉਸ ਵਿੱਚ ਗੁਰੂ ਜੀ ਕਹਿੰਦੇ ਆ ਇਹ ਰੱਬ ਦੇ ਘਰ 'ਚ ਥਾਂ ਵੀ ਦਵਾਉਂਦੇ ਆ,
ਭਾਵੇਂ ਪੰਡਿਤ ਮਿਲਿਆ, ਬ੍ਰਾਹਮਣ ਮਿਲਿਆ, ਭਾਵੇਂ ਮੁਸਲਮਾਨ ਕਾਜ਼ੀ ਮਿਲਿਆ, ਭਾਵੇਂ ਗੁਰਦੇਵ ਜੀ ਨੂੰ ਨਾਥ ਮਿਲੇ, ਸਿੱਧ ਮਿਲੇ, ਜੋਗੀ ਮਿਲੇ, ਆਪ ਹੈਰਾਨ ਹੋ ਗਏ। ਬਚਨ ਤੇ ਬੜੇ ਕੀਤੇ ਪਰ ਚਾਰ ਬਚਨ ਸਭ ਨੂੰ ਇੱਕੋ ਜਿਹੇ ਕੀਤੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ, ਧਰਮ ਕਮਾਉਣ ਲਈ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਵਰਤਿਆ ਹੈ ਉਹ ਹੈ ਸਾਡੇ ਅੰਦਰ ਦਾ ਤਰਸ, ਸਾਡੇ ਅੰਦਰ ਦਾ ਰਹਿਮ, ਸਾਡੇ ਅੰਦਰ ਦੀ ਦਇਆ। ਇਹਨੂੰ ਸੁਣਿਓ, ਚਾਰ ਸ਼ਬਦ ਮੈਂ ਕਹਿੰਦੇ, ਇੱਕ ਵਾਰੀ ਦੀ ਵਿਚਾਰ ਕੀਤੀ ਵੀ ਸੀ। ਚਾਰ ਸ਼ਬਦਾਂ ਵਿੱਚ ਸਭ ਤੋਂ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਕਹਿੰਦੇ ਆ, ਉਹ ਹੀ ਧਰਮ ਹੈ, ਉਹ ਹੀ ਧਰਮੀ ਹੈ ਜਿਸ ਅੰਦਰ ਤਰਸ ਦਇਆ ਰਹਿਮ ਹੈ। ਸੱਚ ਇਹ ਵੀ ਜਿਹਦੇ ਅੰਦਰ ਤਰਸ ਕੋਈ ਨਹੀਂ, ਜਿੰਨਾ ਮਰਜ਼ੀ ਉਹ ਸ਼ਬਦ ਬਾਹਰ ਦੇ ਵਰਤਿਓ, ਬੰਦਾ ਧਰਮੀ ਨਹੀਂ ਹੋ ਸਕਦਾ। ਪਹਿਲਾ ਸ਼ਬਦ ਇੱਕ ਇੱਕ ਅਸੀਂ ਦੇਖਾਂਗੇ। ਪਹਿਲਾ ਸ਼ਬਦ ਦਇਆ, ਦੂਜਾ ਸਤਿਗੁਰੂ ਨੇ ਸ਼ਬਦ ਵਰਤਿਆ ਸਬਰ। ਇਹ ਬੜੀ ਵੱਡੀ ਗੱਲ ਹੈ। ਸੰਤੋਖ ਜਿਹਨੂੰ ਆਪਾਂ ਕਹਿੰਦੇ ਹਾਂ, ਗੁਰੂ ਸਾਹਿਬ ਨੂੰ ਸਿਦਕ ਵੀ ਸ਼ਬਦ ਵਰਤੇ। ਪਹਿਲਾ ਗੁਣ ਦਇਆ, ਦੂਜਾ ਗੁਣ ਸਬਰ ਸੰਤੋਖ, ਤੀਜਾ ਗੁਣ ਇੰਦਰੀਆਂ ਦਾ ਸੰਜਮ, ਮੇਰੀ ਬੇਨਤੀ ਸੰਜਮ, ਚੌਥਾ ਗੁਣ ਸੱਚ ਨਾਮ। ਮਹਾਰਾਜ ਕਹਿੰਦੇ ਆ, ਜਿਸ ਬੰਦੇ ਦੇ ਕੋਲ ਇਹ ਚਾਰ ਦੈਵੀ ਗੁਣ ਨੇ, ਸੱਚ ਇਹ ਵੇ ਚਾਰ ਗੁਣਾਂ ਵਾਲਿਆਂ ਨੂੰ ਰੱਬ ਦੀ ਦਰਗਾਹ ਵਿੱਚ ਥਾਂ ਹੈ। ਮੈਂ ਤਿੰਨ ਪ੍ਰਮਾਣ ਦੇਣੇ ਨੇ, ਕਿਉਂਕਿ ਉਸ ਵਕਤ ਜਿੰਨਾ ਬਾਬਾ ਜੀ ਦਾ ਵਾਹ ਪਿਆ ਨਾ ਜੀ, ਅੱਜ ਮੈਂ ਤਾਂ ਇੱਥੇ ਇਸ ਇਲਾਕੇ 'ਚ ਵਿਚਾਰ ਆਖਰੀ ਸੀ, ਤਾਂ ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਾਰ ਬਚਨ ਸਾਰੀ ਬਾਣੀ 'ਚ ਉਂਝ ਮਰਜ਼ ਕੀਤੀ, ਬੇਅੰਤ ਸ਼ਬਦ ਨੇ ਗੁਰਦੇਵ ਜੀ ਦੇ। ਮਹਾਰਾਜ ਜੀ ਨੇ ਸਭ ਤੋਂ ਪਹਿਲਾ ਸ਼ਬਦ ਵਰਤਿਆ ਬ੍ਰਾਹਮਣ ਨੂੰ, ਅਤੇ ਉਸ ਵਕਤ ਤਿੰਨ ਮੈਂ ਕਿਹਾ ਸੀ, ਇੱਕ ਬ੍ਰਾਹਮਣ, ਇੱਕ ਆਪਣਾ ਨਾਥ ਜੋਗੀ ਕਹਿ ਲਓ, ਤੀਸਰਾ ਮੁਸਲਮਾਨ। ਗੁਰੂ ਸਾਹਿਬ ਨੇ ਕਿਹਾ, ਉੱਥੇ ਵੀ ਕਿਹਾ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਹ ਜਾੜੇ ਕਾ ਬੰਦ। ਸੁਣੋ, ਅਸੀਂ ਸਾਰੇ ਗੱਲ ਪੜ੍ਹਨੇ ਕਿ ਮਹਾਰਾਜ ਜੀ ਨੂੰ ਜਨੇਊ ਪਾਉਣ ਲੱਗੇ, ਪੰਡਿਤ ਹਰਦਿਆਲ ਜੀ ਆਏ। ਜਦੋਂ ਮਹਾਰਾਜ ਨੂੰ ਜਨੇਊ ਪਾਉਣ ਲੱਗੇ ਆ, ਅਸੀਂ ਇਤਿਹਾਸ ਦੀ ਬਜਾਏ ਉਹ ਚਾਰ ਗੁਣ ਸਭ ਤੋਂ ਪਹਿਲਾਂ ਮਹਾਰਾਜ ਦੇ ਉੱਥੋਂ ਲਈਏ, ਕਿਉਂਕਿ ਉਦੋਂ ਬਾਅਦ ਕਾਜੀ ਅਤੇ ਜੋਗੀ ਉਦੋਂ ਬਾਅਦ ਮਿਲਦੇ। ਸਭ ਤੋਂ ਪਹਿਲਾਂ ਪੰਡਿਤ ਹਰਦਿਆਲ ਜੀ, ਉੱਥੇ ਮਹਾਰਾਜ ਜੀ ਜਿਹੜਾ ਸਲੋਕ ਉਚਾਰਨ ਕਰਦੇ ਆ, ਪੰਦਰਵੀਂ ਪੌੜੀ ਆਸਾਂ ਕੀ ਵਾਰ ਦੀ, ਉਸ ਵਿੱਚ ਗੁਰਦੇਵ ਕਹਿੰਦੇ ਆ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਇਹ ਜਨੇਊ ਜੀ ਕਾ ਕਿਹਾ, ਇਹਦਾ ਮਤਲਬ ਸਰੀਰ ਅਸਾਂ ਸਾਰਿਆਂ ਛੱਡਣਾ, ਜੀ ਸਾਡਾ ਅੱਗੇ ਤੁਰਨਾ, ਉਸ ਜੀ ਨਾਲ ਕੀ ਜਾਏਗਾ। ਫਿਰ ਇਸ ਬੇਨਤੀ ਨੂੰ ਸੁਣਿਓ, ਦਇਆ ਕਪਾਹ ਸੰਤੋਖ। ਹੁਣ ਇਹਨੂੰ ਇਕੱਲੇ ਜਨੇਊ ਨਾਲ ਨਹੀਂ ਲੈ ਜਾਣਾ, ਉੱਥੇ ਲੋੜ ਸੀ ਮਹਾਰਾਜ ਨੇ ਉਹ ਚਿੰਨ੍ਹ ਵਰਤੇ ਜਿਨ੍ਹਾਂ ਨਾਲ ਜਨੇਊ ਬਣਦਾ ਹੈ। ਅਤੇ ਯਾਦ ਰੱਖਿਓ, ਜਿੱਥੇ ਜੋਗੀ ਦੀ ਗੱਲ ਚੱਲੇਗੀ ਉੱਥੇ ਮੁੰਦਰਾਂ ਦੀ, ਖਫਣੀ ਦੀ, ਉਹਦੇ ਡੰਡੇ ਦੀ, ਉਹਦੇ ਉਹਦੇ ਖੱਪਰ ਦੀ ਗੱਲ। ਮਹਾਰਾਜ ਚਿੰਨ੍ਹ ਵਰਤ ਲੈਣਗੇ ਪਰ ਗੁਣ ਇੱਕੋ ਹੀ ਰਹਿਣ ਦੇਣਗੇ, ਇਹ ਨਹੀਂ ਕਿ ਜੋਗੀ ਵਾਲੇ ਵਰਤ, ਮੁਸਲਮਾਨ ਦੇ ਚਿੰਨ੍ਹ ਹੋਰ। ਇਸੇ ਕਰਕੇ ਦਾਸ ਨੇ ਇੱਕ ਵਾਰੀ ਕਿਹਾ ਕਿ ਮਹਾਰਾਜ ਨਾ, ਜਿਹੜੇ ਚਿੰਨ੍ਹ ਲੋਕ ਵਰਤਦੇ ਨੇ ਉਹ ਸਾਰੇ ਵਰਤ। ਹੁਣ ਇੱਕ ਜ਼ਿਮੀਂਦਾਰ ਦੇ ਚਿੰਨ੍ਹ ਵੱਖਰੇ ਨੇ, ਹੱਟੀ ਕਰਨ ਵਾਲੇ ਬਾਣੀਏ ਦੇ ਵੱਖਰੇ ਸਨ, ਵਪਾਰ ਕਰਨ ਵਾਲੇ ਦੇ ਵੱਖਰੇ ਸਨ, ਨੌਕਰੀ ਕਰਨ ਵਾਲੇ ਦੇ ਵੱਖਰੇ ਸਨ। ਬਾਬਾ ਜੀ ਨੇ ਚਿੰਨ੍ਹ ਸਾਰਿਆਂ ਦੇ ਵਰਤੇ, ਪਰ ਯਾਦ ਰੱਖਿਓ ਗੁਣ ਸਾਰਿਆਂ ਲਈ ਇੱਕੋ ਰੱਖਿਆ। ਇਹ ਨਹੀਂ ਕਿ ਬ੍ਰਾਹਮਣ ਨੂੰ ਜਿਹੜਾ ਗੁਣ ਕਿਹਾ ਉਹ ਮੁਸਲਮਾਨ ਤੋਂ ਵੱਖਰਾ, ਜਿਵੇਂ ਆਪ ਇੱਕ ਪਾਠ ਕਰਦੇ ਹੋ ਮਹਾਰਾਜ ਦਾ
ਇਹ ਹਜ਼ੂਰ ਨੇ ਜਿਹਦੇ ਵਿੱਚ ਆਹ ਸਾਰਾ ਜ਼ਿਕਰ ਕੀਤਾ ਜੀ, ਮਨ ਖਾਲੀ, ਕਿਰਸਾਨੀ ਕਰਨੀ, ਸ਼ਰਮ ਪਾਣੀ ਤਨਖੇਤ, ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ, ਇਹ ਜ਼ਿਮੀਦਾਰਾਂ ਨਾਲ ਸੰਬੰਧਿਤ ਉਸ ਵਕਤ ਦੇ ਸੰਦ ਸਨ। ਮਨ ਖਾਲੀ, ਆਪ ਸਭ ਨੂੰ ਪਤਾ ਹੈ ਖਾਲੀ ਦਾ ਅਰਥ ਹੈ ਹੱਲ ਨੂੰ ਜੋੜਨ ਵਾਲਾ, ਹਾਲੀ ਹੱਲ ਨੂੰ ਜੋੜਨ ਵਾਲਾ। ਕਿਰਸਾਨੀ ਕਰਨੀ, ਇਹ ਕਰਨੀ ਦਾ ਅਰਥ ਹੈ, ਕਿਰਸਾਨੀ ਦਾ ਅਰਥ ਜਿਹੜੇ ਸੰਦ ਅਸੀਂ ਵਰਤਨੇ ਉੱਥੇ ਮਹਾਰਾਜ ਨੇ ਦੇਖੋ ਸ਼ਬਦ ਹੀ ਵਰਤੇ, ਮਨ ਖਾਲੀ, ਕਿਰਸਾਨੀ ਕਰਨੀ, ਸ਼ਰਮ ਪਾਣੀ, ਤਨ ਖੇਤ, ਨਾਮ ਬੀਜ, ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਹੁਣ ਚਿਹਨੋ ਵਰਤੇ, ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਇਹ ਜਿਹੜੇ ਚਾਰ ਸ਼ਬਦ ਵਰਤੇ ਨਾ, ਕਪਾਹ ਵਰਤਿਆ, ਸੂਤ ਵਰਤਿਆ, ਗੰਢਾਂ ਵਰਤੀਆਂ, ਗੁਰਮੁਖੀ ਨੂੰ ਚੇਤੇ ਰੱਖਿਓ, ਇਹਦਾ ਮਤਲਬ ਇਹ ਨਹੀਂ ਕਿ ਇਹ ਸਿਰਫ ਕਪਾਹ ਵਾਲੇ ਲਈ ਉਪਦੇਸ਼ ਹੈ, ਇਹ ਦੈਵੀ ਗੁਣ ਹਰ ਇੱਕ ਲਈ ਬਾਬਾ ਜੀ ਨੇ ਕਿਹਾ। ਪਹਿਲੀ ਮੈਂ ਬੇਨਤੀ ਕਰਾਂਗਾ, ਤਿੰਨ ਕੁ ਮੈਂ ਪ੍ਰਮਾਣ ਦੇਣੇ ਨੇ, ਫਿਰ ਅਸੀਂ ਇਹਦੇ ਥੋੜ੍ਹੇ ਜਿਹੇ ਅਰਥ ਕਰ ਲਾਂਗੇ। ਗੁਰੂ ਸਾਹਿਬ ਕਹਿੰਦੇ ਆ ਦਇਆ ਕਪਾਹ, ਦਇਆ ਦੀ ਕਪਾਹ ਹੋਵੇ। ਚਲੋ ਕਪਾਹ ਅਸੀਂ ਯਾਦ ਰੱਖਾਂਗੇ, ਉਹਨੂੰ ਸਮਝਾ ਰਹੇ ਆ ਜਨੇਊ ਬਣਦਾ ਉਹਦੇ ਨਾਲ। ਸੰਤੋਖ ਸੂਤ, ਕਪਾਹ ਨੂੰ ਕੱਤ ਕੇ ਸੂਤਰ ਬਣਾਇਆ ਜਾਂਦਾ ਵੇਲ ਕੇ। ਜੱਤ ਗੰਢੀ, ਫਿਰ ਉਹਨੂੰ ਗੰਢਾਂ ਦਿੱਤੀਆਂ ਜਾਂਦੀਆਂ ਨੇ, ਫਿਰ ਵੱਟ ਚਾੜਿਆ ਜਾਂਦਾ। ਮੈਂ ਇੱਕ ਬੇਨਤੀ ਕਰਾਂ, ਕਪਾਹ, ਸੂਤ, ਗੰਢ ਤੇ ਵੱਟ, ਇਹ ਉਸ ਵਕਤ ਦੀ ਉਹ ਉੱਥੇ ਲੋੜ ਸੀ। ਪਰ ਜਿਹੜੇ ਚਾਰ ਬਚਨ ਕਹਿ ਗੁਰਮੁਖੋ, ਉਹ ਇਕੱਲੇ ਕਪਾਹ ਦੀ ਵਿਆਖਿਆ ਨਹੀਂ ਕਰਦੇ, ਉਹ ਸਾਡੀ ਆਤਮਾ ਦੇ ਦੈਵੀ ਗੁਣ ਨੇ। ਜੇ ਕਪਾਹ ਹਟਾ ਵੀ ਦਿਓ ਤੇ ਦਇਆ ਤੇ ਆਪਣੇ ਆਪ ਵਿੱਚ ਬੜਾ ਵੱਡਾ ਗੁਣ ਹੈ। ਗੁਰੂ ਜੀ ਨੇ ਚਾਰ ਬਚਨ ਕਹਿ, ਕਹਿੰਦੇ ਪੰਡਿਤ ਜੀ, ਇੱਕ ਦਇਆ, ਦੂਜਾ ਸੰਤੋਖ, ਤੀਜਾ ਜੱਤ ਤੇ ਚੌਥਾ ਸੱਤ। ਜਿਹਦੇ ਕੋਲ ਚਾਰ ਨੇ ਰੱਬ ਦੀ ਦਰਗਾਹ ਵਿੱਚ ਉਹਦੀ ਜਿੰਦ ਨਾਲ ਗੁਣ ਜਾਣਗੇ। ਇਸ ਤੋਂ ਬਾਅਦ ਇਹ ਚਾਰ ਇਹਨੂੰ ਕਹਿ, ਜੇ ਵਿਆਖਿਆ ਨਹੀਂ ਮੈਂ ਕਰ ਰਿਹਾ। ਉਸ ਤੋਂ ਬਾਅਦ ਗੱਲ ਚੱਲਦੀ ਹੈ ਸੁਲਤਾਨਪੁਰ ਮਸਜਿਦ ਵਿੱਚ, ਮਹਾਰਾਜ ਜਾਂਦੇ ਆ ਉਦਾਸੀਆਂ ਤੋਂ ਪਹਿਲਾਂ ਗੁਰਦੇਵ ਮਸੀਤ ਤੇ ਸਾਰੇ ਸਾਖੀ ਪੜ੍ਹਨੇ, ਉੱਥੇ ਮਹਾਰਾਜ ਉਪਦੇਸ਼ ਦਿੰਦੇ ਆ ਤੇ ਜਿਹੜੇ ਸ਼ਬਦ ਉੱਥੇ ਵਰਤੇ ਲਫ਼ਜ਼ ਇਸਲਾਮੀ ਨੇ। ਪਰ ਗੁਣ ਸਾਰਿਆਂ ਦਾ ਯਾਦ ਰੱਖੋ, ਜਿਹੜੇ ਰੂਹਾਨੀ ਸ਼ਬਦ ਨੇ ਨਾ, ਇਹ ਵੱਖ ਵੱਖ ਭਾਸ਼ਾ ਦੇ ਹੋ ਸਕਦੇ ਨੇ ਪਰ ਤਸੀਰ ਵੱਖ ਵੱਖ ਨਹੀਂ ਹੁੰਦੀ। ਹੁਣ ਦਇਆ ਨੂੰ ਤੁਸੀਂ ਤਰਸ ਕਹਿ ਦਿਓ ਤੇ ਤਰਸ ਕਹਿਣ ਨਾਲ ਦਇਆ ਦਾ ਗੁਣ ਮੁੱਕ ਜੂਗਾ? ਸਿੱਧੀ ਇੱਕ ਉਦਾਹਰਨ ਦਿਆਂ ਜੀ, ਮੈਨੂੰ ਪਿਆਸ ਲੱਗੀ, ਮੈਂ ਕਹਾਂ ਜੀ ਮੈਨੂੰ ਪਾਣੀ ਦਿਓ, ਜਿਹਨੂੰ ਪਾਣੀ ਨਹੀਂ ਕਹਿਣਾ ਆਉਂਦਾ ਉਹ ਕਹਿ ਮੈਨੂੰ ਆਪ ਦਿਓ, ਤੇ ਜਿਹਨੂੰ ਆਪ ਨਹੀਂ ਕਹਿਣਾ ਆਉਂਦਾ ਉਹ ਕਹਿ ਜੀ ਮੈਨੂੰ ਵਾਟਰ ਦੇ ਦਿਓ, ਚੌਥਾ ਆ ਕੇ ਕਹਿ ਜੀ ਮੈਨੂੰ ਨੀਰ ਦੇ ਦਿਓ, ਪੰਜਵਾਂ ਕਹਿ ਜੀ ਮੈਨੂੰ ਜਲ ਦੇ ਦਿਓ। ਲਫ਼ਜ਼ ਭਾਸ਼ਾ ਦੇ ਬਦਲ ਸਕਦੇ ਆ ਪਰ ਪਾਣੀ ਨੇ ਥੋੜ੍ਹਾ ਕਹਿਣਾ, ਹੁਣ ਮੈਨੂੰ ਜਲ ਕਹਿ ਤਾਂ ਮੈਂ ਆਪਣੀ ਤਸੀਰ ਬਦਲ ਦੇਣੀ। ਸੱਚ ਇਹ ਜਿਹੜਾ ਪਰਮ ਸੱਚ ਹੈ ਉਹਦੇ ਲਈ ਲਫ਼ਜ਼ ਬੜੇ ਵਰਤੇ ਗਏ, ਪਰ ਗੁਰੂ ਨੇ ਕਿਹਾ ਲੋਕੋ ਲਫ਼ਜ਼ਾਂ ਪਿੱਛੇ ਲੜੋ ਨਾ, ਲਫ਼ਜ਼ ਵੱਖਰੇ ਵੱਖਰੇ ਹੋ ਸਕਦੇ ਆ ਪਰ ਜਿਹਨੂੰ ਬੋਲਾਉਂਦੇ ਪਏ ਉਹ ਕੇਵਲ ਇੱਕ ਓਂਕਾਰ। ਇਹੀ ਕਾਰਨ ਦਾਸ ਕਈ ਵਾਰੀ ਬੇਨਤੀ ਕਰਦਾ ਕਿ ਅਸੀਂ ਕੱਟੜ ਵਾਹਿਗੁਰੂ ਥੋੜ੍ਹਾ ਜਿਹਾ ਸੰਕੀਰਨਤਾ ਤੋਂ ਉੱਪਰ ਉੱਠੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਗ੍ਰੰਥ ਸਿੰਘ ਨਾ ਬਣਾ ਦਿਓ ਇਹਨੂੰ। ਮੈਂ ਤਾਂ ਸ਼ਬਦ ਵਰਤਿਆ ਜੀ, ਕਈ ਵਾਰੀ ਸਿੰਘ ਕਈ ਵਾਰੀ ਗੁੱਸਾ ਕਰ ਜਾਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਜਿੰਨੇ ਸ਼ਬਦ ਉਸ ਵਕਤ ਵਰਤੇ ਜਾਂਦੇ ਸਨ ਪੂਰਬ ਦੇ ਪੱਛਮ ਦੇ, ਗੁਰੂ ਨੇ ਹਰ ਸ਼ਬਦ ਰੱਬ ਲਈ ਵਰਤਿਆ। ਉਹਨਾਂ ਬਿਲਕੁਲ ਨਹੀਂ ਕਿਹਾ ਇਹ ਸ਼ਬਦ ਵਰਤਿਆ ਤੇ ਦੂਜੇ ਧਰਮ ਦਾ ਸ਼ਬਦ ਆ ਗਿਆ। ਹਾਂ ਇੱਕ ਗੱਲ ਜ਼ਰੂਰ ਕਹੀ ਬਾਬਾ ਜੀ ਨੇ ਕਿ ਆਪਣੀ ਬੋਲੀ ਨਾ ਛੱਡਿਓ। ਮੈਂ ਸ਼ਾਇਦ ਪਿਛਲੇ ਸਾਲਾਂ 'ਚ ਇੱਥੇ ਆਇਆ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂ। ਮੈਨੂੰ ਪਤਾ ਗੁਰਦੁਆਰਿਆਂ 'ਚ ਕਹਿੰਦੇ ਅੱਜ ਕੱਲ੍ਹ ਵੀ ਅੰਗਰੇਜ਼ੀ 'ਚ ਕਥਾ ਹੋਵੇ, ਸਭ ਕੁਝ ਹੋਵੇ,
ਕਈ ਸੁਣੋ ਮੈਂ ਉਹ ਸਾਨੂੰ ਤੇ ਆਉਂਦੀ ਕੋਈ ਨਹੀਂ ਤੇ ਆਪਾਂ ਕਿੰਨਾ ਖੁਸ਼ਹਾਲ ਮਾਰਨੀ ਕੋਈ 5-7 ਸਾਲ ਜੀ ਜ਼ਿੰਦਗੀ ਦੀ ਤਾਂ ਚੱਲਾਂਗੇ। ਪਰ ਇਹ ਗੱਲ ਯਾਦ ਰੱਖਿਓ ਜਿਹੜਾ ਸਵਾਦ ਪੰਜਾਬੀ ਵਿੱਚ ਆਉਣਾ ਉਹ ਅੰਗਰੇਜ਼ੀ 'ਚ ਕੋਈ ਨਹੀਂ ਆਉਣਾ। ਜਿੰਨੇ ਭਾਵੁਕਤਾ ਅਤੇ ਇਮੋਸ਼ਨਲ ਸ਼ਬਦ ਪੰਜਾਬੀ 'ਚ ਨੇ, ਹੁਣ ਮੈਂ ਇੱਕ ਬੇਨਤੀ ਕਰਾਂ, ਮੈਂ ਉਦਾਹਰਣ ਇੱਕ ਦੇਣ ਲੱਗਾ। ਇੱਕ ਸ਼ਬਦ ਹੈ ਸਾਜਨ ਡਾ, ਮੇਰਾ ਸਾਜਨ ਡਾ, ਇਹਨੂੰ ਅੰਗਰੇਜ਼ੀ 'ਚ ਕੀ ਬਣਾਵਾਂਗੇ? ਅਡਾੜਾ ਅਰਥ ਬੜੇ ਗਹਿਰੇ ਰੱਖਦਾ। ਸਾਡੇ ਇੱਕ ਬਹੁਤ ਗੁਰਮੁਖ ਪਿਆਰੇ ਸਨ, ਉਂਝ ਵੈਸੇ ਅਡਾੜਾ ਅੱਖਰ ਜਿਹੜਾ ਜ਼ਿਆਦਾ ਇਹ ਪੋਠਵਾਰੀ ਦਾ, ਗਿਆਨੀ ਮਾਨ ਸਿੰਘ ਚੌਰ ਤੁਸੀਂ ਹੁਣ ਸੁਣਿਆ ਹੁਣ, ਉਹ ਉਸ ਵਕਤ ਸਰੋਤੇ ਵੀ ਜ਼ਬਰਦਸਤ ਸਨ ਸੁਣਨ ਵਾਲੇ ਅਤੇ ਕਹਿਣ ਵਾਲੇ ਵੀ ਖੁੱਲ੍ਹੇ ਚੱਲਦੇ, ਤਾਂ ਬਾਹਰ ਪਰਨਾ ਪਾ ਲੈਣਾ ਗੱਲ 'ਚ, ਸਾਰੇ ਤਾਂ ਜੱਜ ਨੇ। ਉਹਨੇ ਇੱਕ ਵਾਰੀ ਇਹ ਅਰਥ ਕੀਤੇ ਸਾਜਨ ਡਾ, ਮੇਰਾ ਸਾਜਨ ਡਾ, ਨਿਕਟ ਖਲੋਏੜਾ ਮੇਰਾ ਸਾਜਨ ਡਾ। ਹਮੇ ਅਰਜ਼ ਕੀਤੀ ਭਾਵੇਂ ਇਹ ਸ਼ਬਦ ਇਹ ਪੋਠਵਾਰੀ 'ਚ ਬੜੇ ਵਰਤੇ ਜਾਂਦੇ ਆ, ਉਹ ਕਹਿੰਦੇ ਸਨ ਜਿੱਥੇ ਰਾੜਾ ਸ਼ਬਦ ਆ ਜਾਵੇ ਵਿਆਕਰਨ ਤੌਰ 'ਤੇ ਨਹੀਂ ਸਿੱਧ ਹੋਵੇਗਾ, ਪਰ ਉਹ ਕਹਿੰਦੇ ਜਿੱਥੇ ਰਾੜਾ ਹੁੰਦਾ ਹੈ ਨਾ ਉਹ ਸ਼ਬਦ ਲਾੜ ਨਾਲ ਭਰ ਜਾਂਦਾ। ਉਹਨਾਂ ਇੱਕ ਉਦਾਹਰਨ ਦਿੱਤੀ, ਮੈਂ ਉਸ ਗੁਰਮੁਖ ਦਾ ਨਾਂ ਤਾਂ ਲਿਆ, ਕਹਿੰਦੇ ਨਿਆਣਾ ਸਵੇਰੇ ਉੱਠੇ, ਮਾਈ ਆਵਾਜ਼ ਦਿੰਦੀ ਉੱਠੇ ਪੁੱਤਰ ਮੂੰਹ ਧੋ ਲੈ, ਪਹਿਲਾਂ ਹੀ ਸੀ ਮੂੰਹ ਧੋਂਦਾ, ਉਹ ਰੀਰੀ ਕਰਦਾ, ਉਹ ਫਿਰ ਆਵਾਜ਼ ਦਿੰਦੀ ਮੁੰਡਿਆ ਉੱਠਵੇ ਪੁੱਤਰ ਟਾਈਮ ਹੋ ਗਿਆ, ਉੱਠਦਾ ਮੂੰਹ ਧੋ ਦਿਆ। ਜਦੋਂ ਨਹੀਂ ਮੰਨਦਾ ਨਾ ਕਹਿੰਦਾ ਬਾਹੂ ਪਕੜ ਕੇ ਇਹ ਪਾਣੀ ਵਾਲੇ ਛੰਨੇ ਕੋਲ ਲਿਆ ਕੇ, ਛੰਨਿਆਂ 'ਚ ਪਾਣੀ ਹੁੰਦਾ ਸੀ, ਨਾਲੇ ਮੂੰਹ 'ਤੇ ਮਾਰਦੀ ਕਹਿੰਦੇ ਖਲੋਇਆ ਤੇਰਾ ਬੂਥਾ ਧੋਣਾ। ਉਹ ਕਹਿੰਦਾ ਸ਼ਬਦ ਦੇ ਉੱਤੇ ਰੱਖਿਓ, ਬਿਰਤੀ ਨਾ ਬਦਲ ਗਏ, ਹੁਣ ਬੂਥਾ ਕਹਿਣ ਲੱਗ ਪਈ। ਜਦੋਂ ਰੋ ਰੂ ਕੇ ਚੰਗੀ ਤਰ੍ਹਾਂ ਚੁੱਪ ਕਰ ਗਿਆ ਅਤੇ ਮੂੰਹ ਸਾਫ਼ ਕਰਕੇ ਮੱਥਾ ਚੁੰਮ ਕੇ, ਕਹਿੰਦੀ ਮੇਰੇ ਪੁੱਤਰ ਦਾ ਮੁਖੜਾ ਕਿੰਨਾ ਸੋਹਣਾ ਲੱਗਦਾ। ਕਹਿੰਦਾ ਸ਼ਬਦ ਉਹੀ ਹੈ। ਮੈਂ ਤਾਂ ਬੇਨਤੀ ਕੀਤੀ, ਗੁਰੂ ਸਾਹਿਬ ਨੇ ਇੱਕ ਜਗ੍ਹਾ ਜ਼ਰੂਰ ਕਿਹਾ, ਮੈਨੂੰ ਇਹ ਪਤਾ ਵੀ ਵੱਧ ਤੋਂ ਵੱਧ ਇੱਕ ਪੀੜ੍ਹੀ ਹੋਰ ਚੱਲੇਗੀ, ਛਾਲ ਮਾਰਾਂਗੇ, ਰੱਬ ਕਰੇ ਕਾਲ ਨਾ ਪਏ, ਦੋ ਘੋਰ ਕੱਢ ਲਾਂਗੇ, ਉਹ ਪੰਜਾਬ ਦੇ ਸ਼ਬਦ ਮਰ ਜਾਣਗੇ ਜਿਹੜੇ ਪੇਂਡੂ ਸੱਥਾਂ ਵਿੱਚ ਬੋਲੇ ਜਾਂਦੇ ਸੀ, ਨਹੀਂ ਰਹਿਣੇ, ਉਹਨਾਂ ਤੋਂ ਬਿਨਾਂ ਫਿਰ ਖੁਸ਼ਕੀ ਆਏਗੀ। ਸ਼ਬਦ ਬੜੇ, ਮੈਂ ਤਾਂ ਕਿਹਾ ਸੀ ਉਸ ਦਿਨ ਵੀ, ਮੈਂ ਕਿਹਾ ਕਿ ਗੁਰਬਾਣੀ ਦੇ ਅਰਥ ਹੁਣ ਸ਼ਬਦ ਹੈ ਕਿਰਪਾ, ਕਿਰਪਾ, ਕਿਰਿਆ, ਕਿਰਿਆ। ਹੁਣ ਜਿੱਥੇ ਪੈਰ 'ਚ ਰਾਰਾ ਪਾਇਆ, ਅੰਗਰੇਜ਼ੀ ਕੋਲ ਪੈਰ ਦਾ ਅੱਖਰ ਹੀ ਕੋਈ ਨਹੀਂ, 26 ਅੱਖਰਾਂ 'ਚ ਕੋਈ ਪੈਰ ਵਾਲਾ ਅੱਖਰ ਹੈ, ਹਲੰਤ ਹੈਗਾ ਉੱਥੇ, ਉੱਥੇ ਅੱਜ ਪੂਰਾ ਹੀ ਲੱਗੂਗਾ, ਉਹਨਾਂ ਕੋਲ ਔਂਕੜ ਥੋੜ੍ਹੀ, ਯੂ ਪੂਰੀ ਠੋਕਣਗੇ। ਮੈਂ ਇਸ ਕਰਕੇ ਬੇਨਤੀ ਕੀਤੀ ਵੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਮੈਂ ਤਾਂ ਨਹੀਂ ਕਹਿ ਰਿਹਾ, ਮੈਂ ਬੇਨਤੀ ਕਰਾਂਗਾ, ਗੁਰੂ ਨਾਨਕ ਸਾਹਿਬ ਨੇ ਜਦੋਂ ਮੁਗਲ ਆਇਆ ਨਾ ਜੀ, ਅਤੇ ਮਨੁੱਖ ਦੇ ਹਿਸਟਰੀ ਕਹਿੰਦੀ ਹੈ ਇਹ ਤਾਕਤ ਵਾਲਿਆਂ ਨੂੰ ਵੇਖ ਕੇ ਉਹਨਾਂ ਦੀਆਂ ਰਸਮੋ ਰਿਵਾਜ਼ ਅਪਣਾ ਲੈਂਦਾ ਹੈ, ਤਾਕਤ ਵਾਲਿਆਂ ਨੂੰ ਦੇਖਦਾ। ਹੁਣ ਕੀ ਆਪਾਂ ਇੱਥੇ ਅਪਣਾ ਨਹੀਂ ਰਹੇ? ਉੱਥੇ ਵਿਪਰਦੀ ਰੀਤ ਨਹੀਂ, ਵਿਪਰਦੀ ਰੇਤ ਇੱਥੇ ਵੀ, ਇੱਥੇ ਵੀ ਸਾਲ 'ਚ ਇੱਕ ਦਿਨ ਕਹਿੰਦੇ ਅੱਜ ਫਾਦਰ ਡੇ ਹੈ, ਮਨਾ ਲਿਆ, ਮੰਨ ਲਿਆ ਨਾ, ਮਦਰ ਡੇ ਕਹਿੰਦੇ, ਇਹ ਸਾਰੇ ਸ਼ਬਦ ਵਰਤੀਂਦੇ ਪਏ ਅੱਜ। ਗੁਰਮੁਖੋ, ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ ਉਹ ਖੱਤਰੀਓ, ਖੱਤ ਕਰਕੇ ਕਹਿੰਦੇ ਤੁਹਾਡੇ ਹੱਥ 'ਚ ਮੁਕਾਬਲਾ ਕਰਨ ਦੀ ਤਾਕਤ, ਤੁਸੀਂ ਇੰਨੇ ਕੁ ਪ੍ਰਭਾਵਿਤ ਅਤੇ ਗੁਲਾਮੀ ਮੰਨ ਲਈ, ਤੁਸੀਂ ਉਹਦੇ ਸ਼ਬਦਾਂ ਨੂੰ ਵੀ ਆਪਣੇ ਚੌਂਕੇ 'ਚ ਲੈ ਆਉਂਦਾ ਜਿਹਨੇ ਤੁਹਾਡੀ ਬੇਇੱਜ਼ਤੀ ਕੀਤੀ। ਉਹ ਸ਼ਬਦ ਹੈ ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਈ। ਇਹ ਕਿਉਂ ਗਈ? ਉੱਥੇ ਮਹਾਰਾਜ ਕਹਿੰਦੇ ਪਹਿਲਾਂ ਪਤਨੀ ਸੀ, ਵਰ ਅਤੇ ਵਧੂ ਸੀ, ਹਿੰਦੀ 'ਚ ਇਹੀ ਸੀ ਨਾ ਜੀ, ਵਰ ਅਤੇ ਵਧੂ, ਪੰਜਾਬੀ ਸ਼ਬਦ ਸੀ ਵਹੁਟੀ, ਇਹ ਸ਼ਬਦ ਵਰਤੇ ਸਨ, ਅਤੇ ਵਰ ਅਤੇ ਵਹੁਟੀ ਇਹ ਵਰਤਿਆ ਮਹਾਰਾਜ ਨੇ, ਜਿੰਦ ਵਹੁਟੀ ਮਰਨ ਵਾਰ, ਵਹੁਟੀ ਸ਼ਬਦ ਵਰਤਿਆ ਬਾਬੇ ਫਰੀਦ ਨੇ ਪੰਜਾਬੀ ਦਾ।
ਜਿੰਦ ਵਹੁਟੀ ਮਰਨ ਵਰ ਲੈ ਜਾ ਸੀ ਪਰਨਾਏ। ਹੁਣ ਵਹੁਟੀ ਨੂੰ ਵਰ ਜਿਹੜਾ ਉਹ ਸ਼ਬਦ ਕਹਿ ਰਿਹਾ ਬੇਗਮ ਸਾਹਿਬਾਂ, ਉਹ ਬੇਗਮ ਕਹਿਣ ਲੱਗ ਪਿਆ ਤੇ ਬੇਗਮ ਕਹਿਣ ਲੱਗ ਪਈ ਮੀਆਂ ਸਾਹਿਬਾਂ, ਮੀਆਂ ਮੀਆਂ ਜੀ। ਤੇ ਮਹਾਰਾਜ ਕਹਿੰਦੇ ਉਹ ਕਿੰਨਾ ਗਰਗ ਹੈ, ਤੁਸੀਂ ਤਾਂ ਪਤੀ ਪਤਨੀ ਸ਼ਬਦ ਹੀ ਭੁਲਾ ਗਏ। ਮਹਾਰਾਜ ਜੀ ਦਾ ਇੱਕ ਬਚਨ ਹੁੰਦਾ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਇਹਦਾ ਮਤਲਬ ਕਿ ਗੁਰੂ ਨਾਨਕ ਸਾਹਿਬ ਮਾਦਰੀ ਬੋਲੀ ਨੂੰ, ਮਾਂ ਬੋਲੀ ਨੂੰ ਬਹੁਤ ਵੱਡਾ ਥਾਂ ਦਿੰਦੇ ਆ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਇੱਥੇ ਸੁਣਿਓ ਵੀ ਚਾਰ ਸ਼ਬਦ ਅਸੀਂ ਲਏ ਨੇ ਤੇ ਸਾਰੀ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਚੇਤੇ ਰੱਖਿਓ, ਚਾਰ ਗੁਣਾਂ ਦੀ ਵਾਰ ਵਾਰ ਗੁਰੂ ਜੀ ਵਿਆਖਿਆ ਕਰਨੀ। ਇੱਥੇ ਸ਼ਬਦ ਦਇਆ, ਸੰਤੋਖ, ਜਤ ਤੇ ਸਤ, ਮੈਂ ਲਫ਼ਜ਼ ਲੈ ਲਾਂ ਬਸ। ਉੱਧਰ ਮੁਸਲਮਾਨ ਨੂੰ ਜਦੋਂ ਮਿਲਦੇ ਆ ਉਹਦੇ ਲਈ ਸ਼ਬਦ ਵਰਤਿਆ ਮਿਹਰ ਮਸੀਤ। ਕੋਸ਼ ਨੂੰ ਪੜ੍ਹੋ, ਦਇਆ ਤੇ ਮਿਹਰ ਦੇ ਅਰਥ ਇੱਕੋ ਹੀ ਹੁੰਦੇ ਆ। ਜਿਹਨੂੰ ਤਰਸ ਕਹਿੰਦੇ ਆ ਉਹਨੂੰ ਦਇਆ ਕਹਿੰਦੇ ਆ, ਕਰੁਣਾ ਕਹਿੰਦੇ। ਮਿਹਰ ਮਸੀਤ ਉਹਨੂੰ ਕਹਿੰਦੇ ਆ ਤੂੰ ਜਨੇਊ ਪਾਨਾ ਪਏ, ਦਇਆ ਦੀ ਕਪਾਹ ਹੋਵੇ। ਇੱਥੇ ਕਹਿੰਦੇ ਆ ਇੱਟਾਂ ਦੀ ਮਸੀਤ ਨਹੀਂ, ਜੇ ਅੰਦਰ ਮਸਜਿਦ ਬਣਾਉਣੀ ਹੈ ਤੇ ਸਭ ਤੋਂ ਪਹਿਲਾਂ ਤੇਰੇ ਅੰਦਰ ਤਰਸ ਹੋਣਾ ਚਾਹੀਦਾ, ਮਿਹਰ ਹੋਣੀ ਚਾਹੀਦੀ, ਮਿਹਰ ਮਸੀਤ। ਅਗਲਾ ਬਚਨ ਕਹਿ ਸਿਦਕ ਮੁਸੱਲਾ। ਸਿਦਕ ਦਾ ਲਫ਼ਜ਼ੀ ਅਰਥ ਹੁੰਦਾ ਸਬਰ। ਅਸੀਂ ਕਹਿੰਦੇ ਬੰਦਿਆ ਸਿਦਕ ਕਰ, ਜਿਹਨੂੰ ਗੁਰੂ ਜੀ ਨੇ ਕਿਹਾ ਸੰਤੋਖ ਸੂਤ, ਉੱਥੇ ਕਹਿ ਰਿਹਾ ਸਿਦਕ ਮੁਸੱਲਾ। ਹਾਲਾਂਕਿ ਮੁਸੱਲਾ ਉਹ ਬਸਤਰ ਜਿਹਦੇ ਤੇ ਬੈਠ ਕੇ ਨਮਾਜ਼ ਅਦਾ ਕੀਤੀ ਜਾਂਦੀ। ਮਿਹਰ ਦੀ ਮਸੀਤ ਬਣਾ, ਸਿਦਕ ਦਾ ਮੁਸੱਲਾ ਬਣਾ। ਅੱਗੇ ਗੁਰੂ ਜੀ ਨੇ ਕਿਹਾ ਹੱਕ ਹਲਾਲ, ਜਿਹਨੂੰ ਕਿਹਾ ਸਤ ਸਤ ਵੱਟ। ਇੱਥੇ ਸ਼ਬਦ ਹੱਕ, ਹੱਕ ਨੂੰ ਫਾਰਸੀ ਵਿੱਚ ਸੱਚ ਕਹਾਂਗੇ ਅੱਜ ਅਰਥ ਕਰਦੇ ਹਾਂ, ਤੇ ਸਤ ਕਹਿ ਲਓ। ਲਫ਼ਜ਼ ਉਹਨਾਂ ਨੇ ਵਰਤੇ ਆ ਪਰ ਗੁਰਮੁਖੋ ਗੁਣ ਉਹੀ ਰਹਿਣ ਦਿੱਤੇ ਆ। ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ, ਤਿੰਨ ਹੋ ਗਏ ਨਾ ਜੀ, ਮਿਹਰ ਸਿਦਕ ਤੇ ਹੱਕ। ਹੁਣ ਚੌਥਾ ਸ਼ਬਦ ਹੈ ਸ਼ਰਮ ਸੁਨਤ, ਜਿਹਨੂੰ ਗੁਰੂ ਜੀ ਨੇ ਕਿਹਾ ਜਤ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਤ। ਸ਼ਰਮ ਸੁਨਤ, ਤੂੰ ਇੰਦਰੀ ਤਰਾਸ਼ ਕੇ ਇਹ ਕਹਿ ਰਿਹਾ ਮੈਂ ਸੁਨਤ ਕਰ ਲਈ। ਮਹਾਰਾਜ ਕਹਿੰਦੇ ਆ ਇੱਕ ਕੰਮ ਕਰ, ਆਪਣੀਆਂ ਇੰਦਰੀਆਂ ਨੂੰ ਸੰਯਮ 'ਚ ਰੱਖਣਾ ਸ਼ੁਰੂ ਕਰ ਦੇ, ਸੱਚ ਇਹ ਵੀ ਤੇਰੇ ਵਾਸਤੇ ਇਹ ਹੀ ਸੁਨਤ ਬਣ ਜਾਏਗੀ। ਗੁਣ ਉਹੀ ਚਾਰ ਨੇ। ਥੋੜ੍ਹਾ ਜਿਹਾ ਆਓ ਅੱਗੇ, ਜੋਗੀ ਮਿਲਦਾ ਪਰ ਚਿੰਨ ਉਹਦੇ ਵਰਤ ਲੈ ਨਾ। ਫਿਰ ਸੁਣਿਓ ਵੀ ਚਿੰਨ ਸ਼ਬਦ ਆਪਾਂ ਸਮਝਦੇ ਹਾਂ ਨਾ, ਜਿਵੇਂ ਕਪਾਹ ਸੂਤ ਗੰਢ ਤੇ ਵੱਟ, ਸ਼ਬਦ ਜਨੇਊ ਦੇ ਨੇ ਪਰ ਅਰਥ ਬਾਬਾ ਜੀ ਨੇ ਆਪਣੇ। ਹੁਣ ਇੱਥੇ ਮਸੀਤ ਮੁਸੱਲਾ ਕੁਰਾਨ ਇਹ ਸਾਰੇ ਸੁਨਤ ਸ਼ਬਦ ਇਸਲਾਮਿਕ ਨੇ ਪਰ ਗੁਣ ਆਪਣੇ। ਹੁਣ ਜੋਗੀ ਦੇ ਵੀ ਚਿੰਨ ਵਰਤੇ, ਮੁੰਦਾ ਸੰਤੋਖ, ਯਾਦ ਰੱਖਿਓ ਉੱਥੇ ਸੀ ਦਇਆ ਕਪਾਹ ਸੰਤੋਖ ਸੂਤ, ਇੱਥੇ ਮੁੰਦਰਾਂ ਨਾਲ ਸੰਤੋਖ ਆ ਗਿਆ। ਮੈਂ ਤਾਂ ਬੇਨਤੀ ਕੀਤੀ ਬਰੀਕੀ ਨਾਲ ਬਾਣੀ ਪੜ੍ਹੋ, ਗੁਰੂ ਸਾਹਿਬ ਚਿੰਨ ਸਾਰਿਆਂ ਦੇ ਉਹੀ ਵਰਤਣਗੇ ਜਿਹੜੇ ਉਹ ਪਾਈ ਬੈਠਣ, ਸਮਝ ਸੌਖੇ ਜਾਣਗੇ ਨਾ। ਹੁਣ ਜਿਹੜਾ ਮੁਸਲਮਾਨ ਨੂੰ ਕਿਹਾ ਮੇਰ ਮਸੀਤ ਨੂੰ ਥੋੜ੍ਹਾ ਕਿਹਾ ਦਇਆ ਕਪਾਹ, ਕਿਉਂਕਿ ਉਹ ਜਨੇਊ ਪਾਉਂਦਾ ਹੀ ਨਹੀਂ। ਜਿਸ ਸ਼ਰਾ ਨੂੰ ਮੰਨ ਰਿਹਾ, ਜਿਸ ਚੀਜ਼ 'ਤੇ ਉਹਦਾ ਅਕੀਦਾ ਹੈ, ਉਹਦੇ ਅਕੀਦੇ ਵਾਲੀਆਂ ਹੀ ਉਦਾਹਰਨਾਂ ਲੈ ਕੇ ਬਾਬਾ ਜੀ ਨੇ ਕਿਹਾ ਆ ਮੈਂ ਤੈਨੂੰ ਦੱਸਾਂ ਦੈਵੀ ਗੁਣ ਕੀ। ਹੁਣ ਇੱਥੇ ਸ਼ਬਦ ਮੁੰਦਾ ਸੰਤੋਖ, ਸੰਤੋਖ ਦੀਆਂ ਮੁੰਦਰਾਂ, ਸ਼ਰਮ ਪੱਤ ਝੋਲੀ, ਸ਼ਰਮ ਪੱਤ ਝੋਲੀ। ਮੈਨੂੰ ਪਤਾ ਪ੍ਰੋਫੈਸਰ ਸਾਹਿਬ ਸੋਹਣਾ ਨੇ ਇਸ ਨੂੰ ਸੰਸਕ੍ਰਿਤ ਦੇ ਪ੍ਰੇਸ਼ਰਮ ਸ਼ਬਦ ਨਾਲ ਜੋੜਿਆ ਪਰ
ਆਮ ਗੁਰੂ ਮੈਂ ਕਹਿੰਦੇ ਆ ਸ਼ਰਮ ਦਾ ਅਰਥ ਹੈ ਜੱਤ ਲੱਜਿਆ, ਸ਼ਰਮ ਪਤ ਝੋਲੀ। ਹੁਣ ਇਹਨਾਂ ਚ ਇੱਕ ਬਚਨ ਆਉਂਦਾ ਕਿ ਭੁਗਤ ਗਿਆਨ ਦਇਆ ਭੰਡਾਰਨ, ਕਿਉਂਕਿ ਦਇਆ ਤੋਂ ਬਿਨਾਂ ਵੰਡਿਆ ਨਹੀਂ ਜਾਂਦਾ, ਤਰਸ ਵਾਲਾ ਕਰਨਾ ਵਾਲਾ ਵੰਡਦਾ ਹੁੰਦਾ। ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੇ ਨਾਦ। ਹੁਣ ਆਪਾਂ ਕਹਾਂਗੇ ਜੀ ਜਿਹੜਾ ਸਤਿਕ ਹੈ ਉਹਨੂੰ ਬਾਬਾ ਜੀ ਨੇ ਕਿਹਾ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਇੱਕੋ ਵੇਸ, ਉਹ ਸਤ ਹੈ। ਇਹਦਾ ਮਤਲਬ ਚਾਰ ਗੱਲਾਂ ਤੇ ਗੁਰੂ ਜੀ ਜ਼ੋਰ ਦੇ ਰਹੇ ਆ, ਇੱਕ ਦਇਆ, ਦੂਜਾ ਸੰਤੋਖ, ਤੀਸਰਾ ਜਤ ਤੇ ਚੌਥਾ ਸ਼ਬਦ ਦਾਸ ਨੇ ਵਰਤਿਆ ਹੈ ਸਤ। ਦਇਆ, ਸੰਤੋਖ, ਜਤ ਤੇ ਸਤ, ਥੋੜਾ ਜਿਹਾ ਇਹਨਾਂ ਚਾਰਾਂ ਨੂੰ ਅਸੀਂ ਬਾਬਾ ਜੀ ਦੀ ਬਾਣੀ ਚੋਂ ਦੇਖੀਏ। ਪਹਿਲੀ ਗੱਲ ਦਇਆ ਚ ਹਰ ਇੱਕ ਧਰਮ ਨੇ ਆਪਣੀ ਆਪਣੀ ਪਰਿਭਾਸ਼ਾ ਦਿੱਤੀ। ਗੁਰਮਤਿ ਨੇ ਦਇਆ ਨੂੰ ਬੜੀ ਵੱਡੀ ਥਾਂ ਦਿੱਤੀ, ਪਰ ਭਾਈ ਕਾਨ ਸਿੰਘ ਨਾਭਾ ਨੇ ਦਇਆ ਦੀ ਵਿਆਖਿਆ ਕਰਦਿਆਂ ਕਿਹਾ ਵੀ ਖਟਮਲ, ਜੂਆ, ਕੀੜੇ, ਜ਼ਹਿਰੀਲੇ ਸੱਪ। ਹੁਣ ਆਪਾਂ ਤੁਸੀਂ ਖੇਤੀ ਕਰਨ ਵਾਲੇ ਬੈਠੇ, ਜਦੋਂ ਸਪਰੇ ਕਰਦੇ ਹੋ ਕਿੱਥੇ ਦਇਆ ਜਾਂਦੀ? ਸੁੰਡੀ ਸਾਂਡੀ ਸਾਰੀ ਭੜਕਾਉਂਦੇ ਹੋ ਨਾ, ਮੇਰੀ ਬੇਨਤੀ ਹੈ ਸੁਣਿਓ। ਉਹ ਕਹਿੰਦੇ ਨੇ ਆਹ ਦਇਆ ਨਹੀਂ, ਸੁੰਡੀ ਨਹੀਂ ਮਾਰਨੀ, ਕੀੜੀ ਨਹੀਂ ਮਾਰਨੀ, ਪਾਣੀ ਧੋ ਕੇ ਪੁਣ ਕੇ ਪੀਣਾ, ਉਹ ਜ਼ਹਿਰੀਲੇ ਜਾਨਵਰਾਂ ਨੂੰ ਜਿਹਨੇ ਨੁਕਸਾਨ ਕਰਨਾ ਉਹਨੂੰ ਨਹੀਂ। ਸੱਚੀ ਮੁੱਚੀ ਬੰਦਿਆਂ ਦਾ ਖੂਨ ਪਈ ਜਾਣਾ, ਨਾਲੇ ਕਹੀ ਜੀ ਸੀ ਦਇਆਲੂ ਬਣੇ। ਮੈਂ ਇੱਕ ਬੇਨਤੀ ਕਰਾਂਗਾ, ਥੋੜ੍ਹਾ ਜਿਹਾ ਇਸ ਨੁਕਤੇ ਨੂੰ ਸਮਝਿਓ ਕਿ ਦਇਆ ਦਾ ਪਹਿਲੀ ਗੱਲ ਕਿ ਦਇਆ ਤਾਂ ਉਦੋਂ ਸੀ ਜਦੋਂ ਬੰਦਾ ਪੈਦਾ ਵੀ ਨਹੀਂ ਹੋਇਆ। ਮੈਂ ਬਾਣੀ ਚੋਂ ਅਰਜ਼ ਕਰਾਂਗਾ, ਤੁਸੀਂ ਸਮਝਿਓ ਇਸ ਨੁਕਤੇ ਨੂੰ। ਦਇਆ ਅਸਲ 'ਚ ਰੱਬ ਦਾ ਆਪਣਾ ਆਪੇ ਦਾ ਉਹ ਗੁਣ ਹੈ। ਜਿੰਨੇ ਵੀ ਧਰਮ ਨੇ ਯਾਦ ਰੱਖਿਓ ਰੱਬ ਦੀ ਕਰਨਾ 'ਚੋਂ ਨਿਕਲੇ ਆ। ਜੇ ਦਇਆ ਨਾ ਹੁੰਦੀ ਤੇ ਧਰਮ ਕਦੀ ਹੋ ਹੀ ਨਹੀਂ ਸੀ ਸਕਣਾ, ਜੇ ਧਰਮ ਨਾ ਹੁੰਦਾ ਤੇ ਸੰਸਾਰ ਦਾ ਸਿਸਟਮ ਚੱਲ ਹੀ ਨਹੀਂ ਸੀ ਸਕਦਾ। ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਪੰਚਾਂ ਪੰਚੈ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੇ ਵਿਚਾਰ, ਧਵਲੇ ਉੱਪਰ ਕੀਤਾ ਪਾਰ। ਤੇ ਇਹ ਉਸ ਮਨੋਤ ਨੂੰ ਵੀ ਧੌਲ ਬਲਦ ਨੇ ਜ਼ਮੀਨ ਟਿਕਾਈ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਮੈਂ ਬੇਨਤੀ ਕਰਾਂ ਇਹ 'ਚ ਥੋੜ੍ਹਾ ਜਿਹਾ ਕਿ ਬਲਦ ਕਿੰਨੇ ਕੁ ਖਲੇ ਕਰੋਗੇ, ਧਰਤੀ ਥੱਲੇ ਕੌਣ? ਉੱਥੇ ਫਿਰ ਗੁਰੂ ਸਾਹਿਬ ਨੇ ਜਿਹੜਾ ਦੈਵੀ ਰੱਬ ਦਾ ਅਦ੍ਰਿਸ਼ਟ ਨਿਜ਼ਾਮ ਵਰਤਦਾ, ਮੈਂ ਅਦ੍ਰਿਸ਼ਟ ਵਰਤਿਆ, ਮੈਨੂੰ ਵੀ ਪਤਾ ਨਹੀਂ, ਆਪ ਜੀ ਨੂੰ ਪਤਾ ਨਹੀਂ, ਉਹ ਦੈਵੀ ਨਿਜ਼ਾਮ ਵਿੱਚ ਗੁਰੂ ਕਹਿੰਦੇ ਨੇ ਅਸਲ 'ਚ ਇਹ ਕਿਸੇ ਚਾਰ ਲੱਤਾਂ ਵਾਲੇ ਬਲਦ ਨੇ ਆਪਣੇ ਸਿੰਘਾਂ ਤੇ ਜ਼ਮੀਨ ਨਹੀਂ ਚੁੱਕੀ, ਇਹ ਦਰਅਸਲ ਧਰਮ ਦੇ ਸਹਾਰੇ ਖਲੋਤੀ ਹੈ ਤੇ ਧਰਮ ਤਰਸ ਵਿੱਚੋਂ ਪੈਦਾ ਹੋਇਆ ਹੈ। ਇਸ ਤੁਕ ਨੂੰ ਧੌਲ ਧਰਮ ਦਇਆ ਕਾ ਪੂਤ ਗੁਰੂ ਸਾਹਿਬ ਸਭ ਤੋਂ ਵੱਧ ਜ਼ੋਰ ਦਿੰਦੇ ਆ, ਦਇਆ ਤੇ ਤਰਸ ਤੇ। ਧੌਲ ਧਰਮ ਦਇਆ ਕਾ ਪੂਤ, ਦੋ ਆ ਗਏ, ਦਇਆ ਆ ਗਈ, ਧਰਮ ਆ ਗਿਆ ਜਿਹੜਾ ਸੰਤੋਖ ਗਿਆ, ਇਹ ਵੀ ਅਦ੍ਰਿਸ਼ਟ ਇੱਕ ਗੁਣ ਹੈ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਚ, ਜੇ ਕੋ ਬੁੱਝਾ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ। ਪਲੀਜ਼ ਬੇਨਤੀ ਸੁਣਿਓ, ਇਹ ਮੈਂ ਬੇਨਤੀ ਫਤਿਹਗੜ੍ਹ ਸਾਹਿਬ ਕਹੀ ਸੀ ਸਾਹਿਬਜ਼ਾਦੇ ਸ਼ਹੀਦੀ ਵਾਲੇ ਦਿਨ। ਮੈਂ ਕਿਹਾ ਧਰਮ ਦੇ ਸ਼ਬਦ ਨੂੰ ਸਮਝੀਏ। ਸਾਹਿਬਜ਼ਾਦੇ ਕਹਿੰਦੇ ਆ ਸਿਰ ਦੇ ਦਿਆਂਗੇ ਪਰ ਧਰਮ ਨਹੀਂ ਜਾਣ ਦੇਣਾ,
ਤੇ ਕਾਜੀ ਧਰਮ ਦੀ ਕਿਤਾਬ ਪਕੜ ਕੇ ਕਹਿੰਦਾ ਅੱਲਾਹ ਤਾਂ ਖੁਸ਼ ਹੋਵੇਗਾ ਜਿਹਨੂੰ ਨੀਹਾਂ 'ਚ ਚਿਣ ਦਿੱਤਾ ਜਾਏ। ਉਹ ਵੀ ਧਰਮ ਦੀ ਪੁਸਤਕ ਲੈ ਕੇ ਫਤਵਾ ਦੇ ਰਿਹਾ ਨਾ। ਸਭ ਤੋਂ ਪਹਿਲਾਂ ਦਇਆ ਕੀ ਹੈ? ਦਇਆ ਅਸਲ 'ਚ ਰੱਬ ਦੇ ਆਪਣੇ ਆਪੇ 'ਚੋਂ ਨਿਕਲਿਆ ਹੋਇਆ ਇੱਕ ਗੁਣ ਹੈ। ਇਹ ਸ੍ਰਿਸ਼ਟੀ ਬਣੀ ਤਾਂ ਜੇ ਉਸਦੀ ਦਇਆ ਹੋਈ। ਸੱਚ ਇਹ ਵੇ ਦਇਆ ਵਿੱਚੋਂ ਧਰਮ ਨਿਕਲਦਾ ਹੈ। ਇਹਨੂੰ ਫਿਰ ਗੁਰਮੁਖੋ ਆਪ ਧਿਆਨ ਨਾਲ ਬੇਨਤੀ ਸੁਣਿਓ, ਅਸੀਂ ਧਰਮ ਦੇ ਅਰਥ ਕਰਾਂਗੇ, ਸਿੱਖ ਧਰਮ, ਹਿੰਦੂ ਧਰਮ, ਇਸਲਾਮ ਧਰਮ ਇਹ ਕਰਾਂਗੇ ਨਾ। ਇਹਨੂੰ ਖੁੱਲ੍ਹ ਦਿਲੀ ਨਾਲ ਸੁਣੋ। ਇਹ ਸਭ ਸੰਪਰਦਾਵਾਂ ਨੇ, ਧਰਮ ਉਦੋਂ ਵੀ ਸੀ ਜਦੋਂ ਕੋਈ ਸੰਪਰਦਾ ਬਣੀ ਵੀ ਨਹੀਂ ਸੀ, ਧਰਮ ਉਦੋਂ ਵੀ ਸੀ ਜਦੋਂ ਮਾਨਵ ਵੀ ਨਹੀਂ ਬਣਿਆ। ਫਿਰ ਬੇਨਤੀ ਹੈ, ਧਰਮ ਜਿਹੜਾ ਉਹਨੇ ਸੀ ਧਰਮ ਨਹੀਂ ਮੰਨਦੇ। ਧਰਮ ਦੇ ਬਹੁਤ ਅਰਥ ਨੇ ਜੀ, ਧਰਮ ਦਾ ਅਰਥ ਇਕੱਲਾ ਰਿਲੀਜ਼ਨ ਨਹੀਂ ਹੈਗਾ, ਬਹੁਤ ਧਰਮ ਦੇ ਅਰਥ। ਜੇ ਸੱਚ ਇਹ ਵੇ ਸਾਡੀ ਬੋਡੀ ਵੀ ਧਰਮ ਕਰਕੇ ਚੱਲਦੀ ਪਈ ਹੈ, ਜੇ ਧਰਮ ਨਾ ਹੁੰਦਾ ਬੋਡੀ ਨਹੀਂ ਸੀ ਚੱਲਣੀ, ਜੇ ਧਰਮ ਨਾ ਹੁੰਦਾ ਤੇ ਪਲੈਨਟ ਨਹੀਂ ਸੀ ਟਿਕਣਾ। ਧਰਮ ਅਸਲ 'ਚ ਰੱਬ ਦੀ ਉਹ ਅਦ੍ਰਿਸ਼ਟ ਸ਼ਕਤੀ ਹੈ ਜਿਹੜੀ ਸਾਰੇ ਸਿਸਟਮ ਨੂੰ ਬੰਨ ਕੇ ਬੈਠੀ ਹੋਈ ਹੈ। ਫਿਰ ਇਹਨੂੰ ਸੁਣਿਓ, ਮੈਂ ਅਰਜ਼ ਕਰਾਂਗਾ, ਧਰਮ ਜੇ ਧਰਮ ਨਹੀਂ, ਸੱਚ ਇਹ ਸੰਤੋਖ ਦੇ ਸੂਤਰ ਨਾਲ ਨਹੀਂ ਸੀ ਬਚ ਸਕਦੀ। ਧਰਮ ਅਸਲ 'ਚ ਪਰਮਾਤਮਾ ਦਾ ਉਹ ਨੇਮ ਹੈ ਜਿਹੜਾ ਸਭ ਨੂੰ ਚਲਾਉਂਦਾ ਪਿਆ, ਪਰ ਉਸ ਨੇਮ ਨੂੰ ਪਰਮ ਸੱਤ ਤੋਂ ਵਾਹ ਕਰਕੇ ਅਰਥ ਨਹੀਂ ਕਰਾਂਗੇ। ਜੇ ਧਰਮ ਨਹੀਂ ਤੇ ਆਹ ਮੇਰੀ ਤੁਹਾਡੀ ਬੋਡੀ ਧਰਮ ਕਰਕੇ ਚੱਲਦੀ, ਆਪਾਂ ਕਹਾਂਗੇ ਜੀ ਸਿੱਖ ਧਰਮ ਕਰਕੇ। ਫਿਰ ਸੁਣਿਓ, ਇੱਕ ਐਸਾ ਸਿਸਟਮ ਹੈ, ਅਸੀਂ ਬੈਠੇ ਹਾਂ ਜੀ, ਜਿਹੜਾ ਬੰਦਾ ਤੰਦਰੁਸਤ ਹੈ, ਸਾਡੀ ਕਿਡਨੀ ਬੈਠਿਆਂ ਖੂਨ ਸਾਫ ਕਰ ਰਹੀ ਹੈ, ਇਹ ਕੌਣ ਕਰਾਉਂਦਾ ਪਿਆ? ਸਾਡਾ ਤੁਹਾਡਾ ਬਲੱਡ ਪ੍ਰੈਸ਼ਰ ਬਿਲਕੁਲ ਸਹੀ ਚੱਲਦਾ ਪਿਆ, ਕੌਣ ਚਲਾ ਰਿਹਾ? ਅਸੀਂ ਸੁੱਤੇ ਹੋਇਆ ਤੇ ਹਾਰਟ ਬੀਟ ਚੱਲਦੀ ਪਈ ਹੈ, ਖੂਨ ਪੰਪ ਕਰ ਰਿਹਾ ਸਾਡਾ ਹਾਰਟ, ਇਹ ਕੌਣ ਚਲਾ ਰਿਹਾ? ਗੁਰੂ ਕਹਿੰਦਾ ਧਰਮ ਚਲਾ ਰਿਹਾ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਇਹ ਸਾਰੀ ਬੋਡੀ ਦੇ ਅਦ੍ਰਿਸ਼ ਸਿਸਟਮ ਨੂੰ ਜਿਹੜਾ ਚਲਾ ਰਿਹਾ ਉਹ ਧਰਮ ਹੈ। ਇਸੇ ਕਰਕੇ ਉੱਥੇ ਸ਼ਬਦ ਵਰਤਿਆ ਕਿ ਧਰਮ ਤੋਂ ਬਿਨਾਂ ਕੁਛ ਨਹੀਂ। ਮੈਂ ਫਿਰ ਬੇਨਤੀ ਕਰਾਂ, ਜਦੋਂ ਫਿਰ ਮੌਕਾ ਮਿਲਿਆ ਆਪਾਂ ਖੁੱਲ੍ਹ ਕੇ ਦੀ ਗੱਲ ਕਰਾਂਗੇ। ਇਸੇ ਧਰਮ ਨੂੰ ਗੁਰੂ ਨੇ ਧਰਮ ਖੰਡ 'ਚ ਇਹਦੀ ਵਿਆਖਿਆ ਕੀਤੀ, ਧੌਲ ਧਰਮ ਦਇਆ ਕਾ ਪੂਤ, ਇਹਦੀ ਵਿਆਖਿਆ ਕੀਤੀ ਕਿ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਾਰ ਧਰਤੀ ਥਾਪ ਰੱਖੀ, ਧਰਮਸਾਲ ਥਾਪੀ ਹੈ, ਕੋਈ ਚੀਜ਼ ਉਹਦੇ ਧਰਮ ਤੋਂ ਬਿਨਾਂ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂਗਾ, ਸਭ ਤੋਂ ਪਹਿਲਾ ਸ਼ਬਦ ਹੈ ਦਇਆ, ਕਰੁਣਾ, ਤਰਸ। ਗੁਰੂ ਨਾਨਕ ਸਾਹਿਬ ਨੇ ਪਿਆਰਿਓ ਇੱਥੋਂ ਤੱਕ ਆਪਣੀ ਆਸਾਂ ਕੀ ਵਾਰ ਵਿੱਚ ਪਹਿਲਾ ਬਚਨ ਕਿਹਾ, ਕਹਿੰਦੇ ਨੇ ਰੱਬ ਕਰਤਾ ਬਾਅਦ ਵਿੱਚ ਏ ਪਰ ਦਿਆਲੂ ਪਹਿਲਾਂ ਹੈ, ਕ੍ਰੀਏਟਰ ਬਾਅਦ ਵਿੱਚ, ਬਣਾਉਂਦਾ ਬਾਅਦ ਵਿੱਚ ਹੈ। ਸਭ ਤੋਂ ਪਹਿਲਾਂ ਉਹਦੇ ਅੰਦਰ ਦਇਆ ਪੈਦਾ ਹੋਈ, ਜਿਹਨੂੰ ਪੈਦਾ ਕਰਨਾ ਇਹਦੇ ਜੀਣ ਵਾਸਤੇ ਰੋਜੀ ਚਾਹੀਦੀ ਹੈ। ਇਸੇ ਕਰਕੇ ਸ਼ਬਦ ਵਰਤਿਆ ਦਾਤਾ ਕਰਤਾ ਆਪ ਤੂੰ, ਕਰਤਾ ਬਾਅਦ ਵਿੱਚ, ਪਹਿਲਾਂ ਦਾਤਾ ਹੈ, ਪਹਿਲਾ ਸ਼ਬਦ ਗੁਰਮੁਖੋ ਦਇਆ ਹੈ, ਜਿਹੜਾ ਉਸ ਸਪਿਰਚੁਅਲ ਦਇਆ ਨਾਲ, ਆਪਣੀ ਤੁਹਾਡੀ ਮੇਰੀ ਬਣਾਈ ਦਇਆ ਨਹੀਂ, ਚੇਤੇ ਰੱਖਿਓ ਆਪੋ ਧਰਮਾਂ ਦੀਆਂ ਆਪੋ ਆਪਣੀਆਂ ਦਇਆ ਦੇ, ਕੋਈ ਮੁਰਗੀ ਬਚਾਈ ਜਾਂਦਾ, ਕੋਈ ਮੁਰਗੀ ਵੱਢੀ ਜਾਂਦਾ, ਹਾਂਜੀ ਇਸ ਤਰੀਕੇ ਨਾ ਜੀ। ਉਹ ਕੋਈ ਇਸ ਕਰਕੇ ਵੱਢਦਾ ਪਿਆ ਅੱਲਾ ਖੁਸ਼ ਹੋਵੇਗਾ, ਕੋਈ ਕਹਿੰਦਾ ਨਾ ਉਹ ਬਚਾ ਲਓ ਰੱਬ ਦੇ, ਰੱਬ ਤੋਂ ਡਰੋ, ਇੱਕੋ ਚੀਜ਼ ਹੈ। ਉਹ ਕੋਈ ਦਿਆਲਤਾ ਦੇ ਵੱਖਰੇ ਅਰਥ ਹੋਏ, ਜਿਹੜੀ ਸਪਿਰਚੁਅਲ ਦਇਆ ਹੈ ਜਿਸ ਵਿੱਚੋਂ ਸਭ ਕੁਝ ਨਿਕਲ ਰਿਹਾ,
ਸੱਚ ਇਹ ਵੀ ਗੁਰੂ ਨਾਨਕ ਦਾ ਹਿਰਦਾ ਉਸ ਦਇਆ ਨੂੰ ਲੈ ਕੇ ਚੱਲਿਆ। ਉਹਨਾਂ ਪਹਿਲਾ ਸ਼ਬਦ ਹੀ ਕਿਹਾ, ਕਹਿਣ ਲੱਗੇ ਕਿ ਸੱਚ ਇਹ ਵੀ ਜੇ ਦਇਆ ਹੈ ਤਾਂ ਮੈਂ ਆਪ ਨੂੰ ਬੇਨਤੀ ਕਰਾਂ, ਕਿਹੜੀ ਚੀਜ਼ ਦੀ ਕਮੀ ਸੀ ਬਾਬਾ ਜੀ ਦੇ ਘਰ? ਠੀਕ ਹੈ, ਅਸੀਂ ਕਥਾ ਕਰਨੇ, ਕੀਰਤਨ ਕਰਨੇ, ਜਿੰਨੇ ਵੀ ਚਲੋ ਭਾਈ ਸਾਹਿਬ ਬੈਠੇ, ਮੈਂ ਸੱਚ ਇਹ ਵੀ ਕੋਈ ਟਾਵਾਂ ਟਾਵਾਂ ਜਿਹੜਾ ਅੰਦਰ ਦੇ ਫੁਰਨੇ ਤੋਂ ਬਚ ਕੇ ਚੱਲਦਾ ਹੋਵੇ, ਨਹੀਂ ਤੇ ਅਸੀਂ ਜਿੰਨੇ ਵੀ ਤੁਰਨੇ ਆ ਢਿੱਡ ਲਈ ਹੈ ਨਾ ਜੀ, ਜੇ ਭਾਵੇਂ ਸੇਵਾ ਵੀ ਕਹੀਏ ਤੇ ਇਸ ਗੱਲ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਪਰ ਗੁਰੂ ਨਾਨਕ ਸਾਹਿਬ ਨੇ ਥੋੜਾ ਸੀ ਵੀ ਕੀਰਤਨ ਕਰਨਾ ਤੇ ਭੇਟਾ ਮਿਲਣੀ, ਤਰਸ ਕੀ ਹੈ? ਗੁਰੂ ਨਾਨਕ ਸਾਹਿਬ ਇਹ ਥੋੜਾ ਸੀ ਵੀ ਕੀਰਤਨ ਕਰਨਾ ਤੇ ਲੋਕਾਂ ਜੈ ਜੈਕਾਰ ਹੋਣੇ? ਸਭ ਤੋਂ ਪਹਿਲੀ ਗੱਲ, ਪਦਾਰਥ ਲਈ ਗੁਰੂ ਨਹੀਂ ਤੁਰਿਆ, ਸਤਿਗੁਰੂ ਅੰਦਰ ਦਇਆ ਲੈ ਕੇ ਤੁਰਿਆ, ਕਿਉਂਕਿ ਤਰਸ ਤੋਂ ਬਿਨਾਂ ਮਾਨਵਤਾ ਦਾ ਭਲਾ ਨਹੀਂ ਹੋ ਸਕਦਾ। ਕਿਸ ਚੀਜ਼ ਦੀ ਕਮੀ ਸੀ? ਉਹ ਗੁਰਮੁਖੋ ਮੈਂ ਬੇਨਤੀ ਕਰਾਂ, ਜਿਹਦਾ ਬਾਪੂ ਪਟਵਾਰੀ, ਜਿਹਦੇ ਨਾਨਕੇ ਇੰਨੇ ਅਮੀਰ ਤੇ ਜਿਸ ਘਰ 'ਚ ਵਹਿਆ ਉਹ ਇੰਨੇ ਅਮੀਰ, ਉਹਨੂੰ ਕਿਸ ਚੀਜ਼ ਦੀ ਕਮੀ ਸੀ? ਪਿਆਰਿਓ ਕਿਸੇ ਚੀਜ਼ ਦੀ ਕਮੀ ਨਹੀਂ। ਜਦੋਂ ਮਹਾਰਾਜ ਸੁਲਤਾਨਪੁਰ ਤੋਂ ਤੁਰਦੇ ਆ, ਸਾਡੀ ਜਨਮ ਸਾਖੀ ਕਹਿੰਦੀ ਹੈ ਦੌਲਤ ਖਾਂ ਨੇ ਹੱਥ ਜੋੜ ਕੇ ਕਿਹਾ ਸੀ, ਨਾਨਕ ਮੈਨੂੰ ਇੱਕ ਝੌਂਪੜੀ ਦੇ ਦੇ, ਮੈਂ ਜ਼ਿੰਦਗੀ ਬਤੀਤ ਕਰ ਲਵਾਂਗਾ, ਪਰ ਮੋਦੀ ਖਾਨਾ ਛੱਡ ਕੇ ਨਾ ਜਾਏ, ਜਿਵੇਂ ਤੂੰ ਚਾਹੁੰਦਾ। ਉਹਨਾਂ ਬਾਰੇ ਭਾਈ ਸਾਹਿਬ ਨੇ ਲਿਖਿਆ, ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ। ਇੱਕ ਤੁੱਕ ਦਿੱਤੀ, ਕਿਹੜੀ ਚੀਜ਼ ਸੀ ਜੀ? ਬਾਬਾ ਜੀ ਕਹਿੰਦੇ ਮੈਂ ਰਹਿਣਾ ਨਹੀਂ, ਮੈਂ ਟਿਕਣਾ ਨਹੀਂ। ਉਹ ਕਹਿੰਦੇ ਮੈਨੂੰ ਦੱਸੋ ਜੋ ਕਹੋਗੇ ਉੱਥੇ ਦੇਖੋ ਆ ਜੇ ਦਇਆ ਦਾ ਸਰੂਪ। ਬਾਬਾ ਜੀ ਕਹਿੰਦੇ ਆ, ਦੌਲਤ ਖਾਂ ਦੁਨੀਆਂ ਨੂੰ ਅੱਗ ਲੱਗ ਗਈ ਹੈ, ਮੈਂ ਅੱਗ ਨਹੀਂ ਦੇਖ ਸਕਦਾ। ਮਹਾਰਾਜ ਅੱਗ ਕੀ? ਕਹਿੰਦੇ ਨੇ ਇੱਥੇ ਖੂਨ ਦੇ ਰਿਸ਼ਤੇ ਅੱਗ 'ਚ ਸੜ ਗਏ ਆ, ਧਰਮ ਕਮਾਉਣ ਵਾਲੇ ਤਪੇ ਪਏ ਆ, ਜੇ ਉਸ ਧਰਮ ਕਹਿੰਦੇ ਆ। ਕਹਿੰਦੇ ਸਾਰੇ ਸੰਸਾਰ ਨੂੰ ਅੱਗ ਲੱਗੀ ਹੈ, ਮੈਨੂੰ ਦੌਲਤ ਨਹੀਂ ਚਾਹੀਦੀ, ਸੁੱਖ ਨਹੀਂ ਚਾਹੀਦਾ, ਆਰਾਮ ਨਹੀਂ ਚਾਹੀਦਾ, ਮੈਂ ਚਾਹੁੰਦਾ ਵੇ ਕਿ ਰੱਬ ਨੇ ਜੋ ਮੈਨੂੰ ਦਿੱਤਾ ਮੈਂ ਸੜਦੇ ਬਲਦੇ ਲੋਕਾਂ ਨੂੰ ਠੰਡ ਦੇ ਸਕਾਂ। ਗੁਰਮੁਖੋ ਇਹ ਦਇਆ ਹੀ ਸੀ ਨਾ, ਕਿ ਬਾਬਾ ਦੇਖੈ ਧਿਆਨ ਧਨ। ਮੈਂ ਇਸ ਕਰਕੇ ਦਇਆ ਦੇ ਅਰਥ ਜਿਹੜੇ ਕਰਨ ਲੱਗਾ, ਬੜੇ ਡੂੰਘੇ ਗੁਣ ਜੇ ਧਿਆਨ ਨਾਲ ਦੇਖਦੇ ਆ। ਜਲਤੀ ਸਭ ਪ੍ਰਿਥਵੀ ਦੇ ਸਾਈ, ਸੰਸਾਰ ਸੜਿਆ ਕਿਤੇ ਗੁਰੂ ਗ੍ਰੰਥ, ਹਾਂ ਗੁਰਸਿੱਖਾਂ ਦੀ ਵਡਿਆਈ ਕੀਤੀ ਬਾਣੀ 'ਚ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਨਾਨਕ ਕਹਿਤ ਸੁਣੋ ਲੇ ਲੋਗਾ, ਹਰ ਸੰਤ ਰਸਨ ਕੋ ਵਸਈਓ ਕਿਆ। ਪਰ ਗੁਰਮੁਖੋ ਇਹ ਗੱਲ ਚੇਤੇ ਰੱਖਿਓ, ਕਿਤੇ ਨਹੀਂ ਕਿਹਾ ਜਿਹੜਾ ਮੈਨੂੰ ਮੰਨ ਰਿਹਾ ਉਹ ਬਚੇ। ਗੁਰੂ ਕਹਿੰਦਾ ਰੱਬ ਜੀ ਅੱਗ ਲੱਗੀ ਏ, ਮੈਂ ਸਿੱਧੇ ਆਈ ਦਾ ਸ਼ਬਦ ਵਰਤਾਂ, ਫਾਇਰ ਬ੍ਰਿਗੇਡ ਭਾਵੇਂ ਅਮਰੀਕਾ ਵਾਲਿਆਂ ਦਾ ਆ ਜਾਏ, ਭਾਵੇਂ ਇੰਡੀਆ ਵਾਲਿਆਂ ਦਾ ਆ ਜਾਏ, ਕਿਸੇ ਦਾ ਆ ਜਾਏ, ਪਰ ਕਿਰਪਾ ਕਰੀ ਪਾਣੀ ਦੀਆਂ ਵਿਛਾੜਾਂ ਨਾਲ ਅੱਗ ਬੁਝਾ ਦੇ। ਜਗਤ ਜਲੰਦਾ ਗੁਰਮੁਖੋ ਏਦੂ ਵੱਡਾ ਉਪਦੇਸ਼ ਕਿਤੇ ਮਿਲੇਗਾ? ਇਹ ਨਹੀਂ ਕਿਹਾ ਵੀ ਸਾਨੂੰ ਬਸ ਅਸੀਂ ਹੁਣ ਇਹ ਕੰਪੀਟੀਸ਼ਨ ਹੋ ਗਿਆ ਜੀ, ਵਾਹਿਗੁਰੂ ਜੀ ਤੁਸੀਂ ਸੋਝਵਾਨ ਬੈਠੇ ਹੋ, ਘੱਟ ਗਿਣਤੀ ਬਹੁ ਗਿਣਤੀ ਇਹ ਇਸ ਪਲੈਨਟ 'ਤੇ ਅਰਥ ਪਾ ਲਈ ਹੈ, ਇਹ ਵੀ ਇੱਕ ਰਾਜਨੀਤੀ ਕਰਨ ਹੈ, ਮੇਰੇ ਧਰਮ ਦੇ ਬੰਦੇ ਬਹੁਤ ਜ਼ਿਆਦਾ ਹੋ ਜਾਣਗੇ, ਮੈਨੂੰ ਜ਼ੁਲਮ ਕਰਨ ਵਿੱਚ ਸਹਾਇਤਾ ਮਿਲ ਜਾਏਗੀ। ਗੁਰੂ ਇਹ ਨਹੀਂ, ਗੁਰੂ ਕਹਿੰਦਾ ਇਨਸਾਨ ਪਾ, ਤੂੰ ਜਿਹਨੂੰ ਮੰਨ ਰਿਹਾ ਤੂੰ ਕਮਾ ਰਿਹਾ।
ਇਦੋ ਵੱਡਾ ਮੈਂ ਫਿਰ ਬੇਨਤੀ ਕਰਾਂ, ਗੁਰੂ ਸਾਹਿਬ ਕਹਿੰਦੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੇ ਲਿਓ ਅਭਾਰ। ਮਹਾਰਾਜ ਕਹਿੰਦੇ ਆ ਬਾਬਾ ਦੇਖੈ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸਾਈ, ਬਾਝੋਂ ਗੁਰੂ ਗੁਬਾਰ ਹੈ, ਖੈ ਖੈ ਕਰਦੀ ਸੁਣੀ ਲੁਕਾਈ, ਬਾਬੇ ਭੇਕ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਇੱਕ ਬੇਨਤੀ ਹੋਰ, ਦੇਖੋ ਜਿਹੜੇ ਨਵਾਜੇ ਹੁੰਦੇ ਆ ਨਾ ਜੀ, ਉਹਨਾਂ ਵਿੱਚ ਤੇ ਸਾਡੇ 'ਚ ਬੜਾ ਫਰਕ। ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਸਵੀਕਾਰਾਂਗਾ, ਜਿਨ੍ਹਾਂ ਨੂੰ ਥਾਪੜਾ ਦੇ ਕੇ ਰੱਬ ਤੋਰ ਦੇਣਾ, ਪਹਾੜ ਵੀ ਉਹਨਾਂ ਸਾਹਮਣੇ ਰਾਹ ਛੱਡ ਦਿੰਦੇ ਆ, ਸਮੁੰਦਰ ਰਾਹ ਦੇ ਦਿੰਦੇ ਆ। ਗੁਰੂ ਨਾਨਕ ਸਾਹਿਬ ਦਾ ਹਿਰਦਾ ਭਰ ਦਿੱਤਾ ਅਕਾਲ ਪੁਰਖ ਨੇ। ਉਸ ਦਿਨ ਮੈਂ ਕਿਹਾ ਸੀ ਬੱਦਲ ਭਰੇਗਾ, ਅਸੀਂ ਕਹਾਂਗੇ ਮੇਰੇ ਖੇਤ ਦਾ ਪਾਣੀ ਖੂਹ ਦਾ ਦੂਜੇ 'ਚ ਨਹੀਂ ਜਾਣਾ ਚਾਹੀਦਾ। ਬੱਦਲ ਨਹੀਂ ਪਰਵਾਹ ਕਰਦਾ, ਉਹ ਭਾਵੇਂ ਆਪਸ 'ਚ ਖੱਤਿਆਂ ਵਾਲੇ ਲੜਦੇ ਵੀ ਹੋਣ, ਬੱਦਲ ਸਾਰਿਆਂ 'ਤੇ ਇੱਕੋ ਜਿਹਾ ਵਰਸ ਜਾਂਦਾ। ਗੁਰੂ ਦਾ ਹਿਰਦਾ ਭਰਿਆ, ਮਹਾਰਾਜ ਦਇਆ ਲੈ ਕੇ ਤੁਰੇ ਇਸ ਫਿਰ ਇਸ ਗੱਲ ਨੂੰ। ਉਹ ਦਇਆ ਬਾਹਰ ਦੀ ਨਹੀਂ ਸੀ ਵੀ ਇਹਨੂੰ ਰੋਟੀ ਮਿਲ ਗਈ ਇਹਦਾ ਕੰਮ ਚੱਲ ਜਾਏਗਾ, ਇਹਨੂੰ ਕੱਪੜਾ ਮਿਲ ਗਿਆ। ਸਭ ਤੋਂ ਵੱਡੀ ਗੁਰੂ ਨੇ ਦਇਆ ਇਹ ਕੀਤੀ, ਜਿਹੜੀਆਂ ਆਤਮਾਵਾਂ ਕਈ ਜਨਮ ਦੀਆਂ ਸੁੱਕੀਆਂ ਤੜਪਤੀਆਂ ਵਿਛੁੰਨੀਆਂ ਸਨ, ਗੁਰੂ ਨਾਨਕ ਦੇ ਸੀਨੇ ਦੀ ਦਇਆ ਨੇ ਰੱਬ ਦੇ ਨਾਮ ਨਾਲ ਭਰਪੂਰ ਕਰ ਦਿੱਤਾ, ਜੀ ਦਾਨ ਦਿੱਤਾ ਬਾਬਾ ਜੀ। ਬਾਬਾ ਜੀ ਜਾਂਦੇ ਆ, ਮੈਂ ਇੱਕ ਦੋ ਉਦਾਹਰਨ ਆਪ ਨੂੰ ਦੇਣਾ। ਦਇਆ ਕੇਵਲ ਰੋਗੀ ਨੂੰ ਦੇਖ ਕੇ, ਆਪਾਂ ਕਹਿੰਦੇ ਇਹ ਰੋਗੀ ਦੇਖਿਆ ਮਨ ਭਾਰਾ ਆ, ਫਿਜ਼ੀਕਲ ਤੌਰ 'ਤੇ ਕੰਗਾਲ ਬੰਦਾ, ਦਰਿੱਦਰ ਬੰਦਾ, ਗਰੀਬ ਬੰਦਾ, ਅਸੀਂ ਤਰਸ ਖਾਂਦੇ ਹਾਂ, ਬਾਹਰ ਮੁਖੀ ਖਾ ਜਾਂਦੇ ਹਾਂ। ਪਰ ਗੁਰੂ ਸਾਹਿਬ ਨੇ ਦੇਖਿਆ ਜਿਹੜੇ ਫਿਜ਼ੀਕਲ ਤੌਰ 'ਤੇ ਦਰਿੱਦਰੀ ਨੇ, ਕਮਜ਼ੋਰ ਨੇ, ਰੋਗੀ ਨੇ, ਬਿਮਾਰ ਨੇ, ਉਹਨਾਂ 'ਤੇ ਵੀ ਦਇਆ ਕੀਤੀ। ਜਿਹੜੇ ਫਿਜ਼ੀਕਲ ਤੌਰ 'ਤੇ ਤੰਦਰੁਸਤ ਨੇ, ਸੁਰਤ ਦੇ ਤੌਰ 'ਤੇ ਰੋਗੀ ਹੋ ਗਿਆ, ਗੁਰੂ ਉਹਨਾਂ 'ਤੇ ਵੀ ਕਿਰਪਾ ਕੀਤੀ। ਫਿਰ ਸੁਣਿਓ ਦਇਆ, ਬਾਬਾ ਜੀ ਦੀਪਾਲਪੁਰ ਜਾਂਦੇ ਆ, ਉਸ ਕੋੜੀ ਦਾ ਨਾਮ ਨੂਰਾ ਸੀ ਜੀ, ਨੂਰੀ। ਦੋ ਕੋੜੀ ਆਉਂਦੇ ਆ ਗੁਰੂ ਦਰਬਾਰ, ਵੈਸੇ ਤਾਂ ਤਿੰਨ ਆਉਂਦੇ ਆ ਜੀ, ਇੱਕ ਆਪਣਾ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਆਉਂਦਾ, ਉਹਦਾ ਨਾਮ ਨਹੀਂ ਦਿੱਤਾ ਹਿਸਟਰੀ 'ਚ, ਇੱਕ ਨੂਰੀ ਆਉਂਦਾ, ਇੱਕ ਪ੍ਰੇਮਾ ਆਉਂਦਾ। ਪ੍ਰੇਮਾ ਆਉਂਦਾ ਗੁਰੂ ਅਮਰਦਾਸ ਵੇਲੇ, ਗੁਰੂ ਨਾਨਕ ਸਾਹਿਬ ਦੀਪਾਲਪੁਰ ਜਾਂਦੇ ਆ, ਉੱਥੇ ਕਹਿੰਦੇ ਮੈਂ ਰਾਤ ਰਹਿਣਾ। ਪਿੰਡ ਵਾਲੇ ਨੂੰ ਪੁੱਛਦੇ ਨੇ ਕੋਈ ਸਰਾਂ, ਉਹ ਟੀਚਰ ਮਜ਼ਾਕ ਕਰਦੇ ਨੇ ਬਾਹਰ ਵਾਲੇ ਪਾਸੇ ਸਰਾਂ ਹੈਗੀ ਏ, ਇੱਕ ਸ਼ਾਹੂਕਾਰ ਨੇ ਬਣਾਈ। ਗੁਰੂ ਸਾਹਿਬ ਜਾਂਦੇ ਆ, ਦਰਵਾਜ਼ਾ ਬੰਦ ਹੈ, ਦਰਵਾਜ਼ਾ ਖੜਕਾਉਂਦੇ ਆ, ਅੰਦਰੋਂ ਆਵਾਜ਼ ਆਉਂਦੀ ਕੌਣ, ਕਹਿੰਦੇ ਨੇ ਤੇਰੀ ਸਰਾਂ 'ਚ ਰਾਤ ਰਹਿਣ ਆਇਆ। ਉਸ ਆਵਾਜ਼ 'ਤੇ ਦਰਦ ਸੀ, ਕਹਿੰਦਾ ਸ਼ਾਇਦ ਤੁਹਾਨੂੰ ਮੇਰੇ ਬਾਰੇ ਜਾਣਕਾਰੀ ਨਹੀਂ, ਮੇਰੇ ਤਨ ਨੂੰ ਕੋੜ ਲੱਗਾ ਹੈ, ਮੇਰੇ ਗਲ 'ਚ ਮਿੱਟੀ ਦਾ ਭਾਂਡਾ ਬੰਨਿਆ, ਮੇਰੇ ਪਰਿਵਾਰ ਨੇ, ਮੇਰੇ ਪਿੰਡ ਨੇ, ਮੇਰੇ ਨੇੜੇ ਕੁੱਤੇ ਕਾਂ ਵੀ ਨਹੀਂ ਆਉਂਦੇ, ਬੋਡੀ ਇਹੋ ਜਿਹੀ ਗਲੀ ਪਈ ਹੈ, ਤੁਸੀਂ ਆ ਗਏ ਹੋ, ਮੇਰੇ ਤਾਂ ਗਲ 'ਚ ਬੱਜੇ ਹੋਏ ਭਾਂਡੇ 'ਚ ਰੋਟੀ ਦੇ ਟੁਕੜੇ ਸੜਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਦਰਵਾਜ਼ਾ ਖੋਲ, ਅਸੀਂ ਤੇਰੇ ਘਰ ਰਾਤ ਰਹਿਣਾ ਚਾਹੁੰਦੇ ਹਾਂ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਇਹ ਬੰਦਾ ਸੁਰਤ ਕਰਕੇ ਠੀਕ ਹੋਏਗਾ, ਪਰ ਬੋਡੀ ਕਰਕੇ ਨੂੰ ਦਇਆ ਦੀ ਲੋੜ ਸੀ, ਤਰਸ ਦੀ ਲੋੜ ਸੀ। ਉਹ ਦਰਵਾਜ਼ਾ ਖੋਲਦਾ, ਮਹਾਰਾਜ ਅੰਦਰ ਪ੍ਰਵੇਸ਼ ਕਰਦੇ ਆ, ਸੱਚਮੁੱਚ ਉਹਦੀ ਬੋਡੀ 'ਚੋਂ ਬੜੀ ਗੰਦੀ ਬਦਬੋ ਆਏ ਪਈ। ਮਹਾਰਾਜ ਨੇ ਕਿਹਾ ਮਰਦਾਨਿਆ ਤਾਰ ਸੁਰ ਕਰ। ਹਿਰਦਾ ਇੰਨਾ ਦਇਆ ਨਾਲ ਭਰ ਗਿਆ, ਜਿਹਨੂੰ ਆਪਣੀ ਬਰਾਦਰੀ, ਖੂਨ ਦਾ ਰਿਸ਼ਤਾ,
ਪਿੰਡ 'ਚ ਨਹੀਂ ਵੜਨ ਦਿੰਦਾ। ਦਇਆ ਦੀ ਗੱਲ ਕਰਨ ਵਾਲਾ ਬਾਬਾ ਸਾਰੀ ਰਾਤ ਉਹਦੇ ਕੋਲ ਬੈਠ ਕੇ ਰੱਬ ਦਾ ਕੀਰਤਨ ਕਰਦਾ। ਸਾਰੇ ਸ਼ਬਦ ਅਸੀਂ ਪੜ੍ਹਨੇ ਹਾਂ, ਜੀਓ ਤਪਤ ਹੈ ਬਾਹਰੋ ਬਾਹਰ। ਇਹ ਕੀ ਚੀਜ਼ ਸੀ ਸਮਝੋ? ਇੱਥੇ ਦਇਆ ਹੈ, ਉਹ ਅੰਦਰੋਂ ਡਿੱਗ ਚੁੱਕਾ, ਉਹਦੀ ਬਾਡੀ ਨੂੰ ਕੋਈ ਨਹੀਂ ਸਾਂਭਦਾ। ਸੱਜਣ ਠੱਗ ਦੇ ਤਾਂ ਚੋਲਾ ਬੜਾ ਚੰਗਾ ਸੀ, ਉਹ ਮੁਕਟ ਲਾਉਂਦਾ ਸੀ, ਕਲਗੀ ਵੀ ਲੱਗਦਾ ਸੀ। ਹੁਣ ਨੂਰੀ ਨੂੰ ਤੇ ਸੱਜਣ ਠੱਗ ਨੂੰ ਬਰਾਬਰ ਰੱਖ ਕੇ ਦੇਖੋ, ਇੱਕ ਬੰਦਾ ਸਰੀਰਕ ਤੌਰ ਤੇ ਇੰਨਾ ਕੁ ਡਿੱਗ ਚੁੱਕਾ ਹੈ, ਉਹਦੀ ਬਾਡੀ ਦੇ ਬਿਲਕੁਲ ਰੋਗ ਨੇ ਗਾਲ ਦਿੱਤਾ ਹੈ, ਦੂਜੇ ਤੇ ਅਤਰਬਰੇਲਾ ਲਾ ਕੇ ਬੈਠਾ ਹੈ। ਗੁਰੂ ਕੌੜੀ ਨੂੰ ਦੇਖਿਆ ਫਿਜ਼ੀਕਲ ਤੌਰ ਤੇ ਤਾਂ ਵੀ ਦਇਆ ਕੀਤੀ, ਇਹ ਦੇਖਿਆ ਫਿਜ਼ੀਕਲ ਤੌਰ ਤੇ ਹੱਟਾ ਕੱਟਾ, ਇਹ ਸੁਰਤ ਦੇ ਤੌਰ ਤੇ ਕੌੜਾ ਹੋ ਗਿਆ, ਗੁਰੂ ਉਹਦੇ ਘਰ ਵੀ ਚਲਾ ਗਿਆ। ਮੈਂ ਤਾਂ ਕਿਹਾ ਦਇਆ ਦਾ ਕਨਸੈਪਟ ਗੁਰੂ ਨਾਨਕ ਸਾਹਿਬ ਦਾ। ਮੈਂ ਕਹਿੰਦਾ ਸਿੱਖੋ ਆਪਾਂ ਚਲੋ ਬੈਠੇ ਹਾਂ, ਸਾਡੇ ਤੇ ਇੰਨੀ ਦਇਆ ਕੀਤੀ, ਬਾਬਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਾ ਦਿੱਤਾ ਹੁੰਦਾ ਸੀ ਰੁਲ ਜਾਂਦੇ, ਸਾਡੇ ਕੋਲ ਕੁਛ ਨਹੀਂ ਸੀ, ਤੁਸੀਂ ਦਇਆ ਕੀਤੀ, ਤਰਸ ਕੀਤਾ। ਜਿਹੜਾ ਜਪ ਦੇ ਵਿੱਚ ਰਸ ਹੈ ਇਹ ਦਇਆ ਕਰਕੇ ਦੇ ਗਏ ਨਾ। ਅਗਲੀ ਹੋਰ ਕਿਰਪਾ ਕੀਤੀ, ਉਹਨਾਂ ਨੇ ਅੰਦਰ ਤੋਂ ਬਾਣੀ ਬਾਹਰ ਲਿਆਂਦੀ, ਸਾਨੂੰ ਦਇਆ ਕਰਕੇ ਕਹਿੰਦੇ ਤੂੰ ਉਲਟਾ ਕੰਮ ਕਰੀ, ਤੂੰ ਬਾਹਰ ਤੋਂ ਅੰਦਰ ਨੂੰ ਬਾਣੀ ਨੂੰ ਲੈ ਜਾਈ, ਤੈਨੂੰ ਉੱਥੇ ਲੈ ਜਾਏਗੀ ਜਿੱਥੋਂ ਧੁਰ ਤੋਂ ਆਈ ਹੈ। ਇਹ ਵੀ ਇੱਕ ਦਇਆ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਸਭ ਤੋਂ ਪਹਿਲੀ ਗੱਲ ਦਇਆ। ਗੁਰਮੁਖੋ ਜਦੋਂ ਤਰਸ ਵਰਤੇ, ਸੱਚੀ ਇਹ ਵੀ ਸਰੀਰਕ ਤੌਰ 'ਤੇ ਨਹੀਂ, ਜੇ ਕੋਈ ਬੰਦਾ ਔਗਣ ਵੀ ਕਰਦਾ ਨਾ, ਥੋੜ੍ਹਾ ਜਿਹਾ ਦਇਆ ਰੱਖ ਲਈਏ, ਪਾ ਲਈਏ। ਤਰਸ ਬੜੀ ਵੱਡੀ ਚੀਜ਼ ਹੈ, ਗੁਰੂ ਨੇ ਫਿਜ਼ੀਕਲ ਤੌਰ 'ਤੇ ਵੀ। ਇੱਥੋਂ ਤੱਕ ਮੈਂ ਬੇਨਤੀ ਕਰਾਂ, ਸਿੱਧ ਨਾਥਾਂ ਨੂੰ ਤਾਂ ਕਮੀ ਨਹੀਂ ਸੀ, ਨਾ ਤਾਂ ਕੋੜੀ ਵਰਗੇ ਨੇ, ਨਾ ਉਹ ਸੱਜਣ ਠੱਗ ਵਰਗੇ ਨੇ, ਪਰ ਗੁਰੂ ਨੇ ਦੇਖਿਆ ਵੀ ਹੱਠ ਕਰਕੇ ਕਰਾਮਾਤਾਂ 'ਚ ਉਲਝ ਗਿਆ, ਮੰਜ਼ਿਲ ਤੋਂ ਖੁੰਝ ਗਿਆ, ਗੁਰੂ ਪਹਾੜ 'ਤੇ ਜਾ ਕੇ ਉੱਥੇ ਵੀ ਦਇਆ ਪਿਆ ਕਰਦਾ ਹੈ। ਮੈਂ ਤਾਂ ਬੇਨਤੀ ਕੀਤੀ, ਗੁਰੂ ਜੀ ਨੇ ਸਭ ਤੋਂ ਪਹਿਲੀ ਗੱਲ ਕਹੀ, ਦਇਆ ਹੋਣੀ ਬਹੁਤ ਜ਼ਰੂਰੀ ਹੈ, ਤਰਸ ਹੋਣਾ। ਇਸੇ ਕਰਕੇ ਦਇਆ ਵਾਲਾ ਹਿਰਦਾ, ਉਹਦੇ ਅੰਦਰ ਧਰਮ ਹੁੰਦਾ ਹੈ। ਜੇ ਮਾਂ ਹੀ ਕੋਈ ਨਹੀਂ ਤਾਂ ਪੁੱਤ ਕਦੀ ਨਹੀਂ ਜੰਮਣਾ। ਮਾਂ ਦਇਆ ਹੈ, ਧਰਮ ਪੁੱਤਰ ਹੈ। ਇਸੇ ਕਰਕੇ ਸਾਡੇ ਵਿਦਵਾਨ ਕਹਿੰਦੇ ਆ, ਜਿਸ ਦਿਨ ਗੁਰੂ ਨੇ ਪੰਜ ਪਿਆਰੇ ਸਿਰਜਿਆ, ਪਹਿਲਾ ਭਾਈ ਦਇਆ ਰਾਮ ਹੀ ਆਇਆ ਹੈ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ, ਸੰਖੇਪ ਜਿਹਾ ਦਇਆ, ਅਤੇ ਉਸ ਦਇਆ ਨੂੰ ਰੱਬ ਦੇਖਦਾ ਪਿਆ। ਤਰਸ, ਗੁਰੂ ਸਾਹਿਬ ਨੇ ਬਹੁਤ ਤਰਸ ਕੀਤਾ, ਗੁਰੂ ਨਾਨਕ ਸਾਹਿਬ ਦੀ ਜੋਤ ਨੇ। ਦੇਖੋ, ਚਲੋ ਇੱਕ ਉਦਾਹਰਨ ਆਪਾਂ ਦੇ ਦਿੰਦੇ ਹਾਂ, ਹੋਰ ਫਿਜ਼ੀਕਲ ਸੁਰਤ ਤੌਰ 'ਤੇ ਜੋ ਵੀ ਅਨੰਦਪੁਰ ਸਾਹਿਬ ਦੀ ਉਹ ਘਟਨਾ ਨੂੰ ਅਸੀਂ ਭਾਈ ਘਨੱਈਆ ਸਾਹਿਬ ਨੂੰ ਸਭ ਯਾਦ ਕਰਨੇ। ਇਹ ਵੀ ਪਤਾ ਉਹ ਭਾਈ ਘਨੱਈਆ ਸਿੰਘ ਨਹੀਂ, ਭਾਈ ਘਨੱਈਆ ਸਾਹਿਬ ਜੀ ਨੇ, ਇਸ ਤਰ੍ਹਾਂ ਨਾ ਜੀ। ਇਹ ਗੁਰੂ ਦੀ ਮੌਤ ਸੀ ਜੀ, ਮੈਂ ਫਿਰ ਬੇਨਤੀ ਕਰਾਂਗਾ, ਥਾਂ 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 'ਤੇ ਨਾ ਟੁਕਾਈਏ ਹਰ ਗੱਲ ਨੂੰ। ਉੱਥੇ ਜੰਗ ਲੱਗਾ, ਆਪ ਸਭ ਨੂੰ ਪਤਾ ਭਾਈ ਸਾਹਿਬ ਜੀ ਜਲ ਛਕਾਉਂਦੇ ਆ, ਇਹਨਾਂ ਦਾ ਪਿੰਡ ਸੋਧਰਾ ਸੀ ਜੀ, ਅੱਜ ਕੱਲ੍ਹ ਪਾਕਿਸਤਾਨ 'ਚ ਹੈ। ਪਿਤਾ ਜੀ ਬਹੁਤ ਵੱਡੇ ਵਪਾਰੀ ਸਨ, ਇਹਨਾਂ ਦੇ ਬੜੋ ਤਕੜੇ ਸਨ ਘਰੋਂ, ਪਰ ਸ਼ੁਰੂ ਤੋਂ ਹੀ ਘਰੋਂ ਨਿਕਲ ਜਾਣਾ, ਰੋਗੀਆਂ ਦੀ ਸੇਵਾ, ਪੰਡਾਂ ਚੁੱਕੀ ਜਾਣੀਆਂ। ਅਤੇ ਇੱਕ ਵਾਰੀ ਕਿਸੇ ਕਿਹਾ ਸੀ ਮਾਈ ਇਹਨਾਂ ਦੀ ਨੂੰ ਕਿ ਆਪਣੇ ਪੁੱਤਰ ਘਨੱਈਏ ਨੂੰ ਸਮਝਾ, ਇਹ ਬੇਕਾਰੀਆਂ ਦੀਆਂ ਪੰਡਾਂ ਧੋਂਦਾ। ਅਤੇ ਜਦੋਂ ਮਾਂ ਨੇ ਝਿੜਕਿਆ, ਅਤੇ ਝਿੜਕਣ ਤੋਂ ਬਾਅਦ ਕੋਲ ਬਹਿ ਕੇ ਨਾ ਕਹਿੰਦੇ, ਮਾਂ ਮੈਂ ਤੈਨੂੰ ਗੱਲ ਕਹਾਂ,
ਤੂੰ ਰੋਜ਼ ਰੋਜ਼ ਮੈਨੂੰ ਝਿੜਕੇਂਗੀ ਇੱਕ ਕੰਮ ਕਰ। ਕਹਿੰਦੀ ਦੱਸ। ਕਹਿੰਦੀ ਜਦੋਂ ਤੈਨੂੰ ਕੋਈ ਮਹੱਲੇ ਦੀ ਮਾਈ ਕਹਿੰਦੀ ਨਾ ਤੇਰਾ ਪੁੱਤਰ ਇਸ ਤਰ੍ਹਾਂ ਕਰਦਾ, ਤੂੰ ਇੱਕੋ ਗੱਲ ਕਹਿ ਦਿਆ ਕਰ, ਮੇਰੀ ਔਲਾਦ ਵਿੱਚ ਇੱਕ ਕਮਲਾ ਜੰਮ ਪਿਆ ਹੈ। ਤੇ ਉਹਨਾਂ ਦੀ ਸੰਤ ਰਤਨ ਮਾਲ 'ਚ ਮਾਈ ਤੂੰ ਕਹਿ ਦੀ ਕਮਲਾ ਜੰਮ ਪਿਆ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸੁਣ ਕੇ ਭਾਈ 99 ਸਿੱਖ ਤੇ ਉਹਨਾਂ ਨੂੰ ਜਾਗ ਲੱਗੀ ਸੀ। ਤੇ ਮਹਾਰਾਜ ਨੇ ਕਿੰਨੇ ਮਹੀਨੇ ਗੁਰੂ ਤੇਗ ਬਹਾਦਰ, ਅਸੀਂ ਗੁਰੂ ਗੋਬਿੰਦ ਸਿੰਘ ਤੱਕ ਜਾਣਦੇ ਹਾਂ ਨਾ, ਗੁਰੂ ਤੇਗ ਬਹਾਦਰ ਵੇਲੇ ਸਿੱਖ ਬਣੇ। ਮਹਾਰਾਜ ਗਾਗਰ ਮੰਗਾਉਂਦੇ ਸਨ, ਜਲ ਰੋੜ ਕੇ ਕਹਿੰਦੇ ਹਨ ਦੁਬਾਰਾ ਲਿਆ। ਜੰਗ 'ਚੋਂ ਗਏ ਆ, ਚਿੱਟਾ ਝੰਡਾ ਸੀ ਉਹਨਾਂ ਦੇ ਮੋਢੇ 'ਤੇ, ਮਸ਼ਕ ਪਾਣੀ ਦੀ ਸੀ ਤੇ ਪਾਣੀ ਪਿਲਾਉਂਦੇ ਆ। ਤੇ ਜਿਸ ਵਕਤ ਗੁੱਸਾ ਕੀਤਾ ਵੀ ਇਹ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ, ਤੇ ਭਰੇ ਦਰਬਾਰ 'ਚ ਮਹਾਰਾਜ ਜੀ ਨੇ ਜਦੋਂ ਸੱਦਿਆ ਤੇ ਸਤਿਗੁਰੂ ਨੇ ਕਿਹਾ ਤੂੰ ਦੁਸ਼ਮਣ ਨੂੰ ਪਾਣੀ ਪਿਲਾਉਣਾ? ਕਹਿੰਦਾ ਸਤਿਗੁਰੂ ਨਹੀਂ, ਮੈਂ ਤੈਨੂੰ ਪਾਣੀ ਪਿਲਾਉਣਾ। ਹੁਣ ਕੋਲ ਬੈਠਿਆਂ ਕਿਹਾ ਅਸੀਂ ਦੁਸ਼ਮਣ ਮਾਰਨੇ ਆ। ਉਹ ਅੱਗੋਂ ਕਹਿੰਦਾ ਮੈਂ ਦੁਸ਼ਮਣੀ ਮਾਰਨਾ। ਸ਼ਬਦ ਸੁਣਿਓ, ਤੁਸੀਂ ਦੁਸ਼ਮਣ ਮਾਰਦੇ ਹੋ, ਮੈਂ ਦੁਸ਼ਮਣੀ ਮਾਰਨਾ। ਜਦੋਂ ਡਿੱਗਾ ਹੋਇਆ ਹਾਏ ਪਾਣੀ ਕਹਿੰਦਾ, ਮੈਂ ਓਕ ਬਣਾ ਕੇ ਉਹਦੇ ਮੂੰਹ 'ਚ ਪਾਣੀ ਦੇਣਾ, ਮੈਂ ਉਹ ਫੁਰਨੀ ਮਾਰ ਦਿਆਂਗਾ ਜਿਹੜੇ ਗੁਰੂ ਪ੍ਰਤੀ ਨਫ਼ਰਤ ਰੱਖਦੇ ਆ। ਮੈਂ ਦੁਸ਼ਮਣੀ ਮਾਰ ਰਿਹਾ ਵਾਂ। ਇਹਨੂੰ ਸ਼੍ਰੀਮਾਨ ਭਾਈ ਵੀਰ ਸਿੰਘ ਹੋਣਾ ਨੇ ਆਪਣੀ ਰਚਨਾ ਵਿੱਚ 4 ਸਤਰਾਂ ਦਿੱਤੀਆਂ ਨੇ ਕਾਵਕ ਰੂਪ 'ਚ। ਭਾਈ ਸਾਹਿਬ ਲਿਖਦੇ ਆ ਕਿ ਮਹਾਰਾਜ ਜੀ ਨੂੰ ਭਾਈ ਘਨੱਈਆ ਜੀ ਕਹਿੰਦੇ ਆ, ਦਾਤਾ ਤੈਨੂੰ ਪਿਆ ਪਿਲਾਵਾਂ ਪਾਣੀ। ਮੈਂ ਸ਼ਬਦ ਵਰਤ ਰਿਹਾ, ਮੈਨੂੰ ਤੁਰਕ ਨਾ ਦਿਸਦਾ ਕਾਈ, ਮੈਂ ਤੈਨੂੰ ਪਾਣੀ ਪਿਲਾਉਣਾ ਪਿਆ ਵਾਂ, ਮੈਨੂੰ ਹੋਰ ਕੋਈ ਦਿਸਦਾ ਨਹੀਂ ਪਿਆ, ਤੈਨੂੰ ਪਿਆ ਪਿਲਾਉਣਾ ਪਿਲਾਵਾਂ ਪਾਈ ਪਾਣੀ। ਉਹਦੇ ਵਿੱਚ ਇੱਕ ਸਤਰ ਹੈ, ਹੱਸੇ ਤੇ ਗੱਲ ਆਇਆ ਪਿਆਰਾ, ਡੱਬੀ ਹੱਥ ਫੜਾਈ, ਕਹਿਣ ਲੱਗੇ ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਮੈਂ ਬੇਨਤੀ ਕਰਾਂਗਾ, ਤਰਸ ਵਾਲਾ ਹਿਰਦਾ ਬੜਾ ਵਿਸ਼ਾਲ ਜੇ। ਬਾਬਾ ਜੀ ਨੇ ਸਭ ਤੋਂ ਪਹਿਲਾਂ ਕਿਹਾ ਦਇਆ, ਦੂਸਰਾ ਜਿਹੜਾ ਗੁਣ ਕਿਹਾ ਸੰਤੋਖ। ਪਲੀਜ਼ ਯਾਦ ਰੱਖਿਓ, ਸੰਤੋਖ ਦਾ ਅਰਥ ਵਿਖਾਵੇ ਦਾ ਸੰਤੋਖ ਨਹੀਂ, ਕਿਉਂਕਿ ਮੈਂ ਨਿੰਦਿਆ ਨਹੀਂ ਕਿਸੇ ਦੀ ਕਰ ਰਿਹਾ ਅਤੇ ਵਾਹਿਗੁਰੂ ਕਰਾਏ ਮੈਂ ਕਦੀ ਕਰਾਂ ਵੀ ਨਾ ਐਸੀ ਗੱਲ। ਕਈ ਵਾਰੀ ਸੰਤੋਖ ਥੱਲੇ ਵੀ ਤ੍ਰਿਸ਼ਨਾ ਪਾਲੀ ਜਾਂਦੀ, ਮੈਂ ਨਿਸ਼ਕਾਮੀ ਹਾਂ ਜੀ, ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ। ਮੈਂ ਬੜੇ ਬੰਦੇ ਦੇਖੇ ਜੀ ਸੰਗਤ ਦਾ, ਇੱਕ ਇੱਕ ਪੈਸਾ ਉਹਨੂੰ ਲੱਤਾਂ ਮਾਰਦੇ ਦੇਖੇ, ਚੁੱਕ ਲਓ ਆਪਣੇ ਪੈਸੇ। ਇਹ ਉੱਥੇ ਹੋਇਆ ਮਹਾਲਠਨ ਗੁਰੂ ਘਰ, ਇੱਕ ਸੱਜਣ ਸੀ, ਉਹ ਜਦੋਂ ਕਥਾ ਕਰਨੀ ਚੁੱਕ ਲਓ ਆਪਣੇ, ਫੜ ਲਓ ਆਪਣੇ। ਇੱਕ ਦਿਨ ਫਿਰ ਸਿੰਘ ਉੱਠਿਆ, ਉਹਨੇ ਸਾਰੇ ਦੇ ਸਾਰੇ ਪਾ ਕੇ ਪਰਨੇ 'ਚ ਗੋਲਕ 'ਚ ਪਾ ਦਿੱਤੇ, ਉਸੇ ਵਕਤ ਕਥਾ ਛਿੜਕ ਗਈ। ਉਹਨੇ ਗੱਲ ਜਿਹੜੀ ਕਹੀ ਉਹ ਸੁਣਨ ਵਾਲੀ ਹੈ। ਉਹ ਕਹਿੰਦਾ ਚੇਤੇ ਰੱਖਿਓ, ਇਹ ਰਿਸ਼ਵਤ ਦਾ ਪੈਸਾ ਨਹੀਂ, ਇਹ ਬੇਈਮਾਨੀ ਦਾ ਨਹੀਂ। ਮੈਂ 20-20 ਘੰਟੇ ਜੌਬ ਕਰਕੇ ਆਉਂਦਾ ਅਤੇ ਉਸ ਕਮਾਈ 'ਚੋਂ $1 ਮੈਂ ਤੁਹਾਡੇ ਸਾਹਮਣੇ ਰੱਖਣਾ, ਇਹ ਲਾਲੋ ਦੇ ਪੈਸੇ ਨੇ, ਮਲਕ ਭਾਗੋ ਦੇ ਨਹੀਂ। ਪਰ ਉਹ ਇਹ ਸੀ, ਇੱਕ ਬਿਜ਼ਨਸ ਹੈ, ਨਿੰਦਿਆ ਨਹੀਂ, ਇੱਥੋਂ ਛੱਡ ਦਿੱਤੇ ਨੇ ਅਤੇ ਉਦੋਂ ਬਾਅਦ ਨਿਸ਼ਕਾਮਤਾ ਦੇ ਨਾਂ ਥੱਲੇ ਚੈੱਕ ਬੜਾ ਵੱਡਾ ਮਿਲ ਜਾਣਾ, ਇਹ ਕਿ ਸੰਤੋਖ ਥੋੜ੍ਹਾ। ਅਗਲੀ ਬੇਨਤੀ, ਕੇਵਲ ਪਦਾਰਥ ਨੂੰ ਛੱਡਣਾ ਸੰਤੋਖ ਨਹੀਂ। ਗੁਰੂ ਕਹਿੰਦਾ ਸੰਤੋਖ ਇੰਨੀ ਵੱਡੀ ਅੰਦਰ ਦੀ ਮਨ ਦੀ ਅਵਸਥਾ ਹੈ ਕਿ ਤੇਰੇ ਇੰਦਰੀਆਂ ਦੀ ਵਾਸ਼ਨਾ ਵਿੱਚ ਜਿਹੜੀ ਅੱਗ ਤਪੀ ਉਹਦੇ ਵਿੱਚ ਵੀ ਸੰਤੋਖ ਆ ਜਾਏ। ਮੈਂ ਫਿਰ ਬੇਨਤੀ ਕੀਤੀ, ਕੇਵਲ ਪੈਸਾ ਤਿਆਗਣਾ, ਪਦਾਰਥ ਤਿਆਗਣੇ ਨਹੀਂ। ਗੁਰੂ ਸਾਹਿਬ ਨੇ ਬਚਨ ਵਰਤਿਆ, ਤੇਰੀਆਂ ਅੱਖਾਂ 'ਚ ਸੰਤੋਖ ਆ ਜਾਏ, ਤੇਰੇ ਕੰਨਾਂ 'ਚ ਸੰਤੋਖ ਆ ਜਾਏ, ਤੇਰੀ ਜ਼ਬਾਨ 'ਚ ਸੰਤੋਖ ਆ ਗਏ,
ਫਿਰ ਬੇਨਤੀ ਕਰਾਂਗਾ, ਸੰਤੋਖ ਵੀ ਸਿਮਰਨ ਵਿੱਚੋਂ ਪੈਦਾ ਹੁੰਦਾ ਹੈ। ਸਿਮਰਨ ਚੋਂ ਨਿਕਲਿਆ ਹੋਇਆ ਸੰਤੋਖ ਕਦੀ ਬੰਦੇ ਨੂੰ ਡੋਲਣ ਨਹੀਂ ਦਿੰਦਾ। ਜਿਵੇਂ ਇੱਕ ਬਚਨ ਸੀ ਪੜ੍ਹਦੇ ਹਾਂ, ਆਖਣ ਆਖਣ ਰੱਜਿਆ ਸੁਣ ਨਾ ਰੱਜੇ ਕੰਨ, ਇਹ ਵੀ ਸੰਤੋਖ ਹੈ। ਮੂੰਹ ਬੋਲਦਾ ਰਿਹਾ ਰੱਜਿਆ ਨਹੀਂ, ਕੰਨ ਸੁਣ ਸੁਣ ਕੇ ਨਹੀਂ ਰੱਜੇ। ਆਖਣ ਆਖਣ ਰੱਜਿਆ ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾ ਕੇ ਕਵੰਨ। ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੇ ਗੁਣੀ ਸਮਾਏ। ਸੰਤੋਖ ਇੱਕ ਉਹ ਅਵਸਥਾ ਹੈ, ਸੰਤੋਖ ਵਿੱਚ ਹੀ ਭਾਣਾ ਚੰਗਾ ਲੱਗਣ ਲੱਗ ਪੈਂਦਾ। ਤ੍ਰਿਸ਼ਨਾ ਭਾਣੇ ਨੂੰ ਚੰਗਿਆ ਨਹੀਂ ਲੱਗਣ ਦਿੰਦੀ। ਜਿੱਥੇ ਗੁਰਮੁਖੋ ਸੰਤੋਖ ਆ ਜਾਏਗਾ, ਸਬਰ ਆ ਜਾਏਗਾ ਨਾ, ਗੁਰੂ ਸਾਹਿਬ ਨੇ ਕਿਹਾ ਦਇਆ ਹੋਵੇ ਤੇ ਉਹਦੇ ਵਿੱਚੋਂ ਸੰਤੋਖ ਨਿਕਲਦਾ ਹੈ। ਸੰਤੋਖ ਇੱਕ ਅੰਦਰ ਦੀ ਉਹ ਸੰਤੁਸ਼ਟੀ ਹੈ ਕਿ ਬੰਦੇ ਦਾ ਮਨ ਬਿਲਕੁਲ ਟਿਕ ਜਾਂਦਾ ਹੈ। ਉਂਝ ਵੈਸੇ ਤ੍ਰਿਸ਼ਨਾ ਦੇ ਕਈ ਰੂਪ ਨੇ ਜੀ, ਪਦਾਰਥਕ ਤ੍ਰਿਸ਼ਨਾ, ਪਰ ਇਹ ਫਿਰ ਆਉਂਦਾ ਵੀ ਇਹ ਸਭ ਕੁਝ ਬਦਲ ਜਾਂਦਾ। ਹਾਂ, ਜਦੋਂ ਸੰਤੋਖ ਆਉਂਦਾ ਹੈ ਉਦੋਂ ਮਨ ਦੇ ਜਿੰਨੇ ਫੁਰਨੇ ਬਾਹਰ ਮੁਖੀ ਭੱਜਦੇ ਸਨ ਓਨੀ ਤੇਜ਼ੀ ਨਾਲ ਅੰਤਰਮੁਖੀ ਹੁੰਦੇ ਆ। ਜਿਵੇਂ ਬਾਹਰੋਂ ਸਾਰੀ ਸ੍ਰਿਸ਼ਟੀ ਦਾ ਰਾਜ ਮਿਲਦੇ ਤੇ ਬੰਦਾ ਨਹੀਂ ਰੱਜਦਾ, ਸੰਤੋਖ ਇਹਨਾਂ ਕੋ ਪਲਟ ਦਿੰਦਾ ਹੈ। ਸਿੱਖ ਕਹਿੰਦਾ ਹੁਣ ਦਾਤਾ ਜਿੰਨੇ ਰੋਮ ਨੇ ਇੰਨੀਆਂ ਜ਼ਬਾਨਾਂ ਬਣਾ ਦੇ, ਹੁਣ ਰੱਜਦਾ ਮੈਂ ਵੀ ਨਹੀਂ ਪਿਆ। ਐਨਰਜੀ ਚੇਂਜ ਹੋ ਗਈ ਨਾ। ਹੁਣ ਜਿਵੇਂ ਸ਼ਬਦ ਵਰਤਿਆ ਆਖਣ ਆਖਣ ਰੱਜਿਆ, ਭਾਈ ਸਾਹਿਬ ਨੇ ਕਿਹਾ ਅੱਖੀ ਦੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ। ਇੱਕ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ। ਇਹ ਸਾਰੇ ਸ਼ਬਦ ਤ੍ਰਿਸ਼ਨਾ ਵਾਲੇ ਨੇ ਕਿ ਮਾਰੂ ਮੀਂਹ ਨਾ ਤ੍ਰਿਪਤਿਆ, ਜਿੰਨਾ ਮਰਜ਼ੀ ਮੀਂਹ ਪੈ ਜਾਏ ਮਾਰੂ ਥਲ ਦਾ ਰੇਤਾ ਕੁਝ ਨਹੀਂ ਰੱਜਦਾ। ਰਾਜੇ ਨੂੰ ਜਿੰਨਾ ਰਾਜ ਮਿਲਦਾ ਮਰਦੇ ਸਮੇਂ ਤੱਕ ਨਹੀਂ ਰੱਜਦਾ। ਤੇ ਪਿਆਰਿਓ ਤੁਸੀਂ ਦੱਸੋ, ਜਿੰਨਾ ਮੀਂਹ ਪੈਂਦਾ ਇਸ ਧਰਤੀ ਤੇ ਇਸ ਵੇਲੇ 24 ਘੰਟੇ ਅੱਠੇ ਪੈਰ, ਜਿੱਦਣ ਦੀ ਸ੍ਰਿਸ਼ਟੀ ਬਣਾਈ ਕਿੰਨੇ ਦਰਿਆ ਸਮੁੰਦਰ ਵਿੱਚ ਡਿੱਗਦੇ ਪਏ, ਸਮੁੰਦਰ ਕਿਹੜਾ ਰੱਜ ਗਿਆ? ਰੱਜਿਆ ਤੇ ਨਹੀਂ ਨਾ। ਜਿੰਨਾ ਮਰਜ਼ੀ ਮੀਂਹ ਪੈ ਜਾ ਆਉਂਦਾ ਆਉਣ ਦਿਓ। ਮਹਾਰਾਜ ਕਹਿੰਦੇ ਆ ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਅੱਗ ਕਦੀ ਬਾਲਣ ਰੱਜਦੀ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ। ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ, ਪੁੱਛ ਵਾਹਿਗੁਰੂ ਹੁਣ ਮੇਰਾ ਅੰਦਰ ਵੀ ਰੱਜਦਾ ਨਹੀਂ, ਮੈਨੂੰ ਇੱਕ ਇੱਕ ਸਵਾਸ ਵਿੱਚ ਵੀ ਕਰੋੜਾਂ ਜੀਵਾ ਦੇ ਦੇ। ਮੈਂ ਬੇਨਤੀ ਕਰਾਂਗਾ, ਸੰਤੋਖ ਦੇ ਅੰਤਰੀਵ ਅਰਥ ਨੇ, ਸੰਤੋਖ ਦੇ ਹੋਮੇ ਅਧੀਨ। ਫਿਰ ਸ਼ਬਦ ਸੁਣਿਓ, ਇਹ ਵੀ ਬਾਬਾ ਜੀ ਨੇ ਬਾਣੀ 'ਚ ਕਿਹਾ ਇੱਕ, ਇਹ ਚਲੋ ਜਿਹੜੀ ਮੈਂ ਵਿਆਖਿਆ ਕੀਤੀ ਨਾ ਵੀ ਵਿਖਾਵੇ ਦਾ ਸੰਤੋਖ, ਇੱਕ ਤੁੱਕ ਆਉਂਦੀ ਹੈ ਸਤੀਆਂ ਮਨ ਸੰਤੋਖ ਉਪਜੈ, ਉਹ ਸੰਤੋਖ ਨਹੀਂ। ਦਾਨੀਆਂ ਦੇ ਮਨ ਸੰਤੋਖ ਆ ਗਿਆ, ਅਤਲ ਮਤਲਬ ਪੈਸਾ ਬਚਾ ਲਿਆ ਵੀ ਮੈਂ ਦਾਨ ਕਰਾਂਗਾ। ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਬਿਜ਼ਨਸ ਹੈ। ਸਤੀਆਂ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ। ਇੱਕ ਗੁਣਾ ਦੇ ਰਿਹਾ ਹੈ, ਹਜ਼ਾਰ ਗੁਣਾ ਪ੍ਰਾਪਤੀ ਚਾਹੁੰਦਾ। ਨਾਲ ਕਹਿੰਦਾ ਸ਼ੋਭ ਕਰੇ ਸੰਸਾਰ, ਲੋਕਾਂ ਨੂੰ ਦੱਸੋ ਮੈਂ ਇੰਨਾ ਕੁਝ ਕੀਤਾ। ਬਾਬਾ ਜੀ ਕਹਿੰਦੇ ਸੰਤੋਖ ਨਹੀਂ। ਗੁਰਮੁਖੋ ਸੰਤੋਖ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਉਪਜਦਾ, ਇਹ ਵੀ ਇੱਕ ਦੈਵੀ ਗੁਣ ਹੈ। ਮੈਂ ਤੁਹਾਨੂੰ ਕਿਹਾ ਆਪ ਜੀ ਨੂੰ, ਪਹਿਲਾਂ ਦਇਆ ਫਿਰ ਧਰਮ, ਤੀਜਾ ਮਹਾਰਾਜ ਨੇ ਕਿਹਾ ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਇੱਕ ਰੂਹਾਨੀ ਉਹ ਅਵਸਥਾ ਹੈ ਜਿੱਥੇ ਸੁੱਤੇ ਸਿਰ ਜੋ ਕੁਝ ਚੱਲ ਰਿਹਾ ਤੜਫਣਾ ਨਹੀਂ। ਇਹਦਾ ਮਤਲਬ ਪਹਿਲਾ ਗੁਣ ਦਇਆ ਸਭ ਲਈ, ਹਿੰਦੂ ਲਈ, ਮੁਸਲਮਾਨ ਲਈ, ਸਿੱਖ ਲਈ, ਈਸਾਈ ਲਈ, ਜੋ ਵੀ ਹੈ। ਦੂਜਾ ਸੰਤੋਖ, ਤੀਸਰਾ ਸ਼ਬਦ ਵਰਤਿਆ ਜਤ।
ਚਲੋ ਉੱਥੇ ਜੱਜੇ ਨਾਲ ਵਰਤਿਆ, ਉਂਝ ਹਿੰਦੀ ਜੇ ਲਿਖਾਂਗੇ ਯਹੀਏ ਨਾਲ ਵਰਤਾਂਗੇ ਯਤ, ਯਤੀ ਜਿਹਨੂੰ ਕਹਿੰਦੇ। ਗੁਰੂ ਸਾਹਿਬ ਨੇ ਇਹਨੂੰ 38ਵੀਂ ਪੌੜੀ 'ਚ ਵੀ ਵਰਤਿਆ ਕਿ ਜਤ ਪਹਾਰਾ ਤੇਰੇ ਸੁਣਿਆ, ਆਪਣੀਆਂ ਇੰਦਰੀਆਂ 'ਤੇ ਸੰਯਮ ਪਾਉਣਾ। ਵਾਹਿਗੁਰੂ ਜੀ, ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਮੈਂ ਲਫ਼ਜ਼ ਕਹਿ ਦਿਆਂਗਾ ਸਟੇਜ ਤੋਂ, ਬੜੇ ਸੌਖੇ ਆ, ਬਹੁਤ ਮੁਸ਼ਕਲ ਹੈ। ਇਹ ਇਸ ਇਹਨਾਂ ਨੂੰ ਬੰਨਣਾ ਬਹੁਤ ਮੁਸ਼ਕਲ ਹੈ। ਉਸ ਦਿਨ ਕਥਾ ਕਰਦਿਆਂ ਕਿਹਾ ਸੀ, ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਸਿਰਫ 3 ਇੰਦਰੀਆਂ 'ਤੇ ਜ਼ਿਆਦਾ ਜ਼ੋਰ ਦਿੱਤਾ ਹੈ, ਤਾਂ 10 ਕਹਿੰਦੇ ਹਾਂ, ਚਲੋ 5 ਕਰਮ ਇੰਦਰੀ, 5 ਗਿਆਨ ਇੰਦਰੀ, 3 'ਤੇ ਜ਼ਿਆਦਾ ਜ਼ੋਰ ਦਿੱਤਾ ਵੀ ਆਹ ਕਾਬੂ ਕਰ। ਉਹਦੇ ਵਿੱਚ ਸਭ ਤੋਂ ਪਹਿਲਾਂ ਅੱਖਾਂ, ਦੂਸਰੀ ਜ਼ਬਾਨ ਅਤੇ 3 ਕੰਨ। ਇਹਦਾ ਜਤ ਹੋ ਜਾਏ ਨਾ ਕਿਤੇ, ਇਹਨੂੰ ਮਹਾਰਾਜ ਨੇ ਕਿਹਾ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨਾ ਸੁਣਗੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾਮ ਤਿਲ ਤਿਲ ਕਰ। ਸਿਰਫ 3 ਕਿਹਾ, ਆਨੰਦ ਸਾਹਿਬ ਵਿੱਚ ਵੀ 3 ਕਿਹਾ, ਇਹ ਰਸਨਾ ਤੂੰ ਅੰਮ੍ਰਿਤ ਸਰਾਚ ਰਹੀ, ਇਹ ਨੇਤਰੋ ਮੇਰਿਓ ਖਰ ਤੂੰ ਮੈਂ ਜੋਤ ਧਰੀ, 3 ਕਿਹਾ ਇਹ ਸਰਵਣੋ ਮੇਰਿਓ ਸਜ। ਨੱਕ ਨੂੰ ਨਹੀਂ ਕਿਹਾ, ਇਹ ਵੀ ਗਿਆਨ ਇੰਦਰਾ ਜੀ, ਨਾਸਕਾ ਸਕਿਨ ਵੀ ਗਿਆਨ ਇੰਦਰਾ। ਅਸਲ 'ਚ 3 ਦਾ ਜਤ ਕਿਤੇ ਰਹਿ ਜਾਏ ਤੇ ਮਨ ਟਿਕ ਜਾਏ। ਉੱਥੇ ਗੁਰੂ ਜੀ ਨੇ 3 ਕਿਹਾ, ਰਸਨਾ ਨੇਤਰ ਸਰਵਣ। ਸੁਖਮਨੀ ਸਾਹਿਬ ਵਿੱਚ ਵੀ 3 ਕਿਹਾ, ਮਿਥਿਆ ਨਾਹੀ ਰਸਨਾ ਪਰਸ਼ ਮਨ ਮੈਂ ਪ੍ਰੀਤ, ਦੂਜਾ ਪਰ ਤੇਰਿਆ ਰੂਪ ਨਾ ਪੇਖੈ ਦੂਜਾ ਅੱਖਾਂ, ਤੀਸਰਾ ਕਿਹਾ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਮਹਾਰਾਜ ਕਹਿੰਦੇ ਯਤ ਸੱਚ ਇਹ ਵੇ, ਇਹ 10 ਬਘਿਆੜੀਆਂ ਨੇ ਮਹਾਰਾਜ ਸ਼ਬਦ ਨੇ ਵਰਤਿਆ, ਇੰਦਰੀਆਂ ਵਾਲੀ ਸੀ 10 ਬਘਿਆੜੀਆਂ ਨੇ। ਪਰ ਮੈਂ ਫਿਰ ਵੀ ਬੇਨਤੀ ਕਰਾਂ, ਇਹਨਾਂ ਨੂੰ ਗੁਰੂ ਨੇ ਮੋਰੀਆਂ ਵੀ ਕਿਹਾ, ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤਖ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ। ਇਹਨੂੰ ਗੁਰੂ ਜੀ ਨੇ ਕਿਹਾ ਯਤ ਕਿ ਆਪਣੀਆਂ ਇੰਦਰੀਆਂ ਦਾ ਸੰਯਮ, ਪਰ ਇਹ ਤਾਂ ਕੰਟਰੋਲ ਫਿਰ ਚੇਤੇ ਰੱਖਿਓ, ਹੱਠ ਕਰਕੇ ਨਹੀਂ, ਹੱਠ ਕਰਕੇ ਜਿੰਨਾ ਬੰਦਾ ਐਨਰਜੀ ਨੂੰ ਦਬਾਉਂਦਾ ਉਦੋਂ ਵੱਧ ਪਸਪੋਰਟ ਹੁੰਦਾ ਹੈ, ਇਹਨੂੰ ਕਨਵਰਟ ਕਿਤੇ ਗੁਰੂ ਸ਼ਬਦ ਵਿੱਚ ਕਰਦਾ ਅਤੇ ਅੰਦਰ ਟਿਕ ਜਾਂਦਾ। ਮਹਾਰਾਜ ਨੇ ਕਿਹਾ ਪਹਿਲੀ ਦਇਆ, ਦੂਜਾ ਸੰਤੋਖ, ਮੈਂ ਸਿਰਫ ਅੱਜ ਸੰਖੇਪ ਜਾ ਕਿਹਾ, ਤੀਸਰਾ ਯਤ, ਚੌਥਾ ਸ਼ਬਦ ਵਰਤਿਆ ਸੱਤ, ਸੱਤ ਅਖੀਰ 'ਤੇ ਰੱਖਿਆ, ਕਿਉਂਕਿ ਸਿਮਰਨ ਤਾਂ ਚੱਲੇਗਾ ਜੇ ਐਸੀ ਬਖਸ਼ਿਸ਼ ਹੋ ਜਾਏਗੀ। ਤਾਂ ਗੁਰੂ ਸਾਹਿਬ ਕਹਿੰਦੇ ਉਹ ਸੱਚ ਸਿਮਰਨ ਹੈ, ਉਸ ਸੱਚ ਵਿੱਚੋਂ ਨਿਕਲਿਆ ਹੋਇਆ ਸੱਚ ਫਿਰ ਸਦੀਵ ਕਾਲ ਸੱਚ ਹੈ। ਠੀਕ ਹੈ, ਮੈਨੂੰ ਪਤਾ ਹੈ ਜੀ, ਅਸੀਂ ਕਹਿੰਦੇ ਹਾਂ ਮੈਂ ਵਕਤੀ ਤੌਰ 'ਤੇ ਆਹ ਗੱਲ ਸੱਚ ਹੈ, ਅਤੇ ਇੱਕ ਦਿਨ ਮੈਂ ਕਿਹਾ ਸੀ ਗੁਰਮੁਖੋ, ਇੱਕ ਸ਼ਰਈ ਸੱਚ ਹੈ, ਇੱਕ ਇਖਲਾਕੀ ਜਿਹਨੂੰ ਕਹਿੰਦੇ ਆ, ਇੱਕ ਸੰਸਾਰਕ ਸੱਚ ਹੈ, ਇੱਕ ਉਹ ਸੱਚ ਜਿਹੜਾ ਅਬਦਲ ਹੈ। ਜਿਹੜੇ ਸ਼ਰਈ ਸੱਚ ਹੈ ਉਹ ਵੀ ਅਬਦਲ ਨਹੀਂ, ਉਹ ਬਦਲਦਾ। ਮੇਰੀ ਸ਼ਰ੍ਹਾਂ ਕਹਿੰਦੀ ਸੱਚ ਸਿੱਖ ਸਾਬਤ ਸੂਰਤ ਚਾਹੀਦਾ, ਹਿੰਦੂ ਕਹਿੰਦਾ ਇਕੱਠੇ ਹੋਏ ਮੇਰੇ ਬੱਚੇ ਦਾ ਮੁੰਡਨ ਹੈ। ਇਸ ਤਰ੍ਹਾਂ ਹੀ ਹੈ ਨਾ, ਉਹ ਸੱਚ ਵੱਖਰਾ ਵੱਖਰਾ ਦਿਸ ਰਿਹਾ। ਹੁਣ ਅਸੀਂ ਬੈਠੇ ਹਾਂ, ਜਿੰਨੇ ਬਾਹਰੋਂ ਆਏ ਹਾਂ ਅਸੀਂ ਕਹਿੰਦੇ ਸਾਰੇ ਕਹਾਂਗੇ ਬਾਹਰ ਧੁੱਪੇ, ਇਹ ਸੱਚ ਹੈ, ਅਤੇ ਹੁਣ ਤੋਂ 10 ਘੰਟੇ ਬਾਅਦ ਇਹ ਸੱਚ ਨਹੀਂ ਰਹਿਣਾ, 12 ਘੰਟੇ ਬਾਅਦ ਇਹ ਬਾਹਰ ਝੂਠ ਹੋਣ ਵਾਲਾ, ਇੱਥੇ ਹਨੇਰਾ ਹੋ ਜਾਏਗਾ। ਇਹ ਸੱਚ ਬਦਲਦਾ। ਹੁਣ ਮੇਰੇ ਕੇਸ ਚਿੱਟੇ ਨੇ, ਕੁਛ ਕਾਲੇ ਨੇ, ਇਹ ਸੱਚ ਹੈ, ਪਰ ਅਗਲੇ ਸਾਲ ਇਹ ਸੱਚ ਸੱਚ ਨਹੀਂ ਰਹੇਗਾ, ਕਾਲੇ ਸ਼ਵੇਤ ਹੋ ਜਾਣਗੇ। ਜਿਹੜਾ ਬਾਅਦ ਦਾ ਸੱਚ ਗੁਰਮੁਖ ਬਦਲਦਾ ਹੈ। ਮੈਂ ਇਸੇ ਕਰਕੇ ਕਿਹਾ ਵੀ
ਵੇਖੋ ਇਹ ਨਹੀਂ ਵੀ ਆਪਾਂ ਬਾਹਰ ਦੇ ਸੱਚ ਨੂੰ ਧਾਰਨ ਨਹੀਂ ਕਰਨਾ, ਇਹ ਇੱਕ ਬਦਲਦੀ ਹੋਈ ਰੱਬ ਦੀ ਖੇਡ ਹੈ। ਇਹ ਅੱਜ ਸੱਚ ਹੈ, ਕੱਲ ਨੂੰ ਝੂਠ ਹੁੰਦਾ ਪਿਆ, ਅੱਜ ਵਜੂਦ ਹੈ ਕੱਲ ਨੂੰ ਨਹੀਂ। ਪਰ ਇੱਕ ਉਹ ਸੱਤ ਹੈ ਜਿਹਨੂੰ ਵਿਆਖਿਆ ਦੀ ਲੋੜ ਨਹੀਂ ਪੈਂਦੀ, ਜਿਹੜਾ ਸਦੀਵ ਕਾਲ ਇੱਕ ਹੋ ਜਾਂਦਾ ਹੈ। ਬਾਬਾ ਜੀ ਕਹਿੰਦੇ ਆ, ਦਇਆ ਹੋਵੇ, ਸੰਤੋਖ ਹੋਵੇ, ਜਤ ਹੋਵੇ, ਫਿਰ ਸੱਤ ਨਿਕਲਦਾ। ਉਹਦੇ ਲਈ ਗੁਰੂ ਜੀ ਦਾ ਇੱਕ ਪੂਰਾ ਸ਼ਲੋਕ ਹੈ, ਸੱਚ ਤਾਂ ਪਰ ਜਾਣੀਐ ਜਾਂ ਰਿਦੈ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ। ਤੋ ਇਹ ਸਾਰੀ ਪੌੜੀ 'ਚ ਅੱਗੇ ਮਹਾਰਾਜ ਕੀਰ ਤੇ ਕਹਿੰਦੇ ਆ, ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ, ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਜਿਹਦੇ ਪੱਲੇ ਸੱਚ, ਮੈਂ ਜਿੰਨੀ ਕੁ ਬਾਣੀ ਪੜ੍ਹੀ ਜੀ ਮੈਨੂੰ ਇੱਕੋ ਗੱਲ ਦੀ ਸਮਝ ਪਈ, ਮਹਾਰਾਜ ਵਾਰ ਵਾਰ ਚਾਰ ਗੱਲਾਂ ਕਹਿੰਦੇ ਆ, ਅਤੇ ਇਹ ਚਾਰ ਗੱਲਾਂ ਉਹ ਸੱਚਾਈ ਹੈ ਜਿਹੜੀ ਦੁਨੀਆਂ ਦੇ ਹਰ ਕਮਿਊਨਿਟੀ ਉੱਤੇ ਟੁਕੇਗੀ। ਕਿਸੇ ਗੋਰੇ ਨੂੰ ਕਹੋ ਤਰਸ ਕਰ, ਉਹ ਕਹੇਗਾ ਗਲਤ ਗੱਲ ਹੈ। ਸਬਰ ਦੀ ਗੱਲ ਕਰਾਂਗੇ, ਜੱਤ ਦੀ ਗੱਲ ਕਰਾਂਗੇ। ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਅਰਦਾਸ ਕਰੀਏ, ਦਾਤਾ ਇਹ ਚਾਰ ਦੈਵੀ ਗੁਣ ਜਿਹੜੇ ਰੂਹਾਨੀ ਗੁਣ ਨੇ, ਮੈਂ ਵਾਹਿਗੁਰੂ ਜੀ ਇਹਨੂੰ ਮੈਂ ਸਰੀਰਕ ਗੁਣ ਨਹੀਂ ਕਹਿ ਰਿਹਾ, ਮੈਂ ਰੂਹਾਨੀ ਵਰਤੇ। ਜੇ ਰੂਹਾਨੀ ਨਾ ਹੁੰਦੇ ਤਾਂ ਬਾਬਾ ਜੀ ਕਿਉਂ ਕਹਿੰਦੇ ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਕੱਤ। ਵੇਖੋ ਗੁਣ ਤੇ ਚਾਰ ਨੇ, ਜਨੇਊ ਚਾਰਾਂ ਨਾਲ ਬਣਿਆ, ਕਪਾਹ ਨਾਲ ਬਣਿਆ, ਸੂਤ ਨਾਲ ਬਣਿਆ, ਗੰਢਾਂ ਤੇ ਵੱਟ ਨਾਲ ਬਣਿਆ, ਉਹਨੂੰ ਇੱਕ ਹੀ ਲਫ਼ਜ਼ ਵਰਤਿਆ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਟ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਉਹ ਜਲੈ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਉਹਨਾਂ ਕਿਹਾ ਜੀ ਆ ਜਿਹੜਾ ਬਾਪੂ ਜੀ ਗੁੱਸੇ ਹੋ ਗਏ, ਜਿਹੜਾ ਅਸੀਂ ਲੈ ਕੇ ਆਏ ਹਾਂ, ਤੁਸੀਂ ਨਵੀਂ ਗੱਲ ਕੱਢ ਮਾਰੀ, ਪੰਡਿਤ ਬੜੇ ਇਕੱਠੇ ਸਨ। ਮਹਾਰਾਜ ਕਹਿੰਦੇ ਤੁਹਾਡਾ ਧਿਆਨ ਤਾਂ ਸਾਰਿਆਂ ਦਾ ਉੱਧਰ ਹੈ, ਦੇਗ 'ਚ ਬੱਕਰਾ ਰਿੱਝਦਾ ਪਏ, ਤੁਸੀਂ ਕਹਿੰਦੇ ਫਟਾਫਟ ਕੰਮ ਨਬੇੜ ਖਾਈਏ, ਕਹੋ ਬੱਕਰਾ ਰਨ ਖਾਇਆ ਸਭ ਕੋ ਆਖੈ, ਉਹੀ ਸਲੋਕ 'ਚ ਨਾ ਉਹ ਨਾਲੇ ਮਾਰੇ ਕਹਿੰਦੇ ਸਵਾਦ ਲੈ ਖਾਂਦੇ, ਨਾਲੇ ਕਹਿੰਦੇ ਕਾਲੂ ਵਧਾਈ ਹੋਵੇ ਵੀ ਤੇਰੇ ਮੁੰਡੇ ਨੇ ਪਾ ਲਿਆ ਜਨੇਊ, ਕਹਿੰਦੇ ਤੁਸੀਂ ਉਹਦੀ ਇੰਤਜ਼ਾਰ ਕਰ ਰਹੇ ਹੋ ਸਭ ਕੋ ਆਖੇ ਪਾਏ। ਉੱਥੇ ਮਹਾਰਾਜ ਕਹਿੰਦੇ ਆ, ਨਹੀਂ ਸੱਜਣਾ, ਜਿਹੜਾ ਤੂੰ ਲਿਆਂਦਾ ਨਾ ਇਹ ਚਾਰ ਕੌਡੀਆਂ ਦਾ ਹੱਟੀ ਤੋਂ ਮਿਲਦਾ, ਧਰਮ ਚਾਰ ਕੌਡੀਆਂ ਦਾ ਨਹੀਂ ਮਿਲਦਾ, ਧਰਮ ਰੱਬ ਦੀ ਬਖਸ਼ਿਸ਼ ਨਾਲ ਮਿਲਦਾ। ਚੌਕੜ ਮੁੱਲ, ਚੌਕੜ ਨਹੀਂ ਜੀ ਚਾਰ ਕੌਡੀਆਂ, ਚੌਕੜ ਮੁੱਲ ਅਨਾਇਆ ਬਹਿ ਚੌਕੇ ਪਾਇਆ, ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਝੜ ਪਿਆ ਵੇਤੱਗਾ ਗਿਆ, ਤਗ ਕਪਾਹੋਂ ਕੱਤੀਏ ਬਾਹਮਣ ਵੱਟੇ ਆਏ, ਕਹੋ ਬਕਰਾਰੇ ਨਖਾਇਆ ਸਭ ਕੋ ਆਖੇ ਪਾਏ। ਮੈਂ ਬੇਨਤੀ ਕਰਾਂਗਾ, ਇਹ ਚਾਰੋ ਐਸੇ ਗੁਣ ਨੇ, ਮੈਂ ਫਿਰ ਵੀ ਅਰਜ਼ ਕਰਾਂ, ਮੰਨ ਲਓ ਸਾਨੂੰ ਕੋਈ ਪੁੱਛਦਾ ਗੁਰੂ ਨਾਨਕ ਸਾਹਿਬ ਦਾ ਫਿਲਾਸਫੀ ਕੀ ਹੈ, ਹੁਣ ਆਪਾਂ ਇਹ ਗੋਰੇ ਕਾਲੇ ਨੂੰ ਇਹ ਕਹਿ ਲੈ ਕੇ ਸ਼ਰਾਧ ਨਹੀਂ ਕਰਨੇ, ਅਗਲੇ ਜਾਣੇ ਬਲਾ ਸ਼ਰਾਧ ਕੀ ਹੁੰਦਾ, ਇਹ ਤਾਂ ਆਪਾਂ ਉਹਨਾਂ ਨੂੰ ਕਹਿ ਸਕਾਂਗੇ ਜਿਹੜੇ ਪਿਛੋਕੜ ਉੱਥੇ ਸੂਤਕ ਪਾਤਕ ਨਹੀਂ ਕਰਨਾ, ਉਹਨੂੰ ਵੀ ਪਤਾ। ਮੈਂ ਇੱਕ ਬੇਨਤੀ ਕਰਾਂਗੇ, ਜੇ ਚੰਗੀ ਲੱਗੇ ਚਾਰ ਗੱਲਾਂ ਚੇਤੇ ਰੱਖ ਲਓ ਬਾਬਾ ਜੀ ਨੇ, ਉਹ ਜੇ ਅਸੀਂ ਤਿੰਨ ਕਹਿੰਦੇ ਹਾਂ ਨਾ ਨਾਮ ਜਪੋ ਕਿਰਤ ਕਰੋ, ਇੱਥੇ ਬਾਬਾ ਜੀ ਨੇ ਕਿ ਚਾਰ ਬਚਨ ਚੇਤੇ ਰੱਖ, ਦਇਆ ਸੰਤੋਖ ਜਤ ਅਤੇ ਸਤ, ਇਹ ਉਹ ਰੂਹਾਨੀ ਗੁਣ ਨੇ ਜਿਹੜੇ ਸਰੀਰ ਨਾਲ ਕਮਾਏ ਜਾਂਦੇ ਆ, ਪਰ ਸਰੀਰ ਸੜਨ ਤੋਂ ਬਾਅਦ ਆਤਮਾ ਦੇ ਨਾਲ ਜਾਂਦੇ ਆ।
ਕਮਾਏ ਬੋਡੀ ਨਾਲ ਹੀ ਜਾਣੇ ਨੇ ਕਿਉਂਕਿ ਸੰਸਾਰ 'ਚ ਰਹਿੰਦੇ, ਪਰ ਜਾਣਗੇ ਉੱਥੇ ਜਿੱਥੇ ਪਰਮਾਤਮਾ ਦੇ ਘਰ 'ਚ ਇਤਨੀ ਥਾਂ ਬਣੇਗੀ। ਆਪ ਨੂੰ ਪਤਾ ਹੋਵੇ ਬਾਬਾ ਫਰੀਦ ਨੇ ਨਾ ਜਦੋਂ ਦਇਆ ਦੀ ਗੱਲ ਕੀਤੀ, ਮੈਂ ਇਹ ਸਮਾਪਤੀ ਕਰਨ ਲੱਗਾ, ਉਹ ਕਹਿੰਦੇ ਨੇ ਮੈਂ ਸੋਚਣਾ ਜਦੋਂ ਕਿਸੇ ਨੂੰ ਕੋਈ ਲਫ਼ਜ਼ ਬੋਲੋ, ਅੱਗੇ ਕਹਿੰਦੇ ਇਹਨੇ ਗੱਲ ਕਰਕੇ ਮੇਰਾ ਦਿਲ ਤੋੜ ਦਿੱਤਾ, ਕਹਿੰਦੇ ਇੰਨਾ ਕੋਮਲ ਸ਼ਬਦ ਕਹਿ ਤੇ ਟੁੱਟ ਜਾਂਦਾ ਹੈ, ਅਤੇ ਜਿਹੜਾ ਦਿਲ ਵਿੱਚ ਬੈਠਾ ਹੋਇਆ ਉਹ ਕਿੰਨਾ ਕੁ ਕੋਮਲ ਹੋਵੇਗਾ। ਸਭਨਾ ਮਨ ਮਾਣਕ ਠਾਣ ਮੂਲ ਮਚਾਂਗਵਾ, ਜੇ ਤਉ ਪਿਰਿਆ ਦੀ ਸਿੱਖ ਤਾਂ ਹਿਆਉ ਨਾ ਠਾਹੇ ਕਹੀਦਾ। ਮਹਾਰਾਜ ਕਹਿੰਦੇ ਨੇ ਇੰਨਾ ਕੋਮਲ ਹੈ ਉਹ, ਗੁਰੂ ਸਾਹਿਬ ਕਿਰਪਾ ਕਰਨ, ਉਹ ਆਪ ਦਿਆਲੂ ਹੈ, ਸਾਡੇ ਅੰਦਰ ਇਹ ਬਿਰਤੀ ਪੈਦਾ ਕਰ ਦੇਣ। ਆਪ ਸਮੂਹ ਸੰਗਤ ਦਾ, ਸਮੁੱਚੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤ ਨੇ ਇਹਦੇ ਦਿਨ ਦਸ ਤਕਰੀਬਨ ਅੱਜ ਮੈਨੂੰ 12 ਦਿਨ ਹੋ ਗਏ ਨੇ ਜੀ ਇਸ ਤੁਹਾਡੀ ਇਸ ਫਰਿੱਜ ਨੂੰ ਦੇ ਚਾਰ ਚੁਫੇਰੇ ਕਥਾ ਕਰਦਿਆਂ। ਅੰਤਲਾ ਦੀਵਾਨ ਇੱਥੇ ਹੈ, ਆਪ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਉਸ ਨੂੰ ਘਰ ਮਿਲ ਗਏ। ਔਰ ਜਿਸ ਪਰਿਵਾਰ ਨੇ ਮਾਤਾ ਜਗਦੀਸ਼ ਕੌਰ ਦਾ ਜ਼ਿਕਰ ਕਰ ਰਹੇ ਸਨ, ਉਸ ਪਰਿਵਾਰ ਦਾ ਵੀ ਧੰਨਵਾਦ ਜੀ। ਔਰ ਆਪਣੇ ਵੀਰ ਭਾਈ ਸਤਨਾਮ ਸਿੰਘ ਜੀ ਪਾਬਲਾ, ਜਿਹੜੇ ਹਰ ਸਾਲ ਕਈ ਸਾਲਾਂ ਤੋਂ ਇਹ ਸਾਰੀ ਸੇਵਾ ਨਿਭਾ ਰਹੇ ਹਨ, ਇਹਨਾਂ ਦਾ ਧੰਨਵਾਦ। ਮੈਂ ਦੇਖ ਰਿਹਾ ਸੰਗਤ ਤਕਰੀਬਨ ਦਾਸ ਭਾਈ ਤਰਸੇਮ ਸਿੰਘ ਬੈਠੇ ਆ, ਭਾਈ ਖੁਸ਼ਪਾਲ ਸਿੰਘ, ਹੋਰ ਸੰਗਤ, ਇਹ ਸਾਰੇ ਪਰਿਵਾਰ ਤਕਰੀਬਨ ਜਿੱਥੇ ਵਿਚਾਰ ਕੀਤੇ। ਹਾਂ ਇੱਕ ਗੱਲ ਮੈਨੂੰ ਲੱਗੀ ਵੀ 10-12 ਦਿਨਾਂ 'ਚ ਲੜੀਵਾਰ ਕਥਾ ਹੋ ਸਕਦੀ ਹੈ ਇੱਥੇ, ਕਿਉਂਕਿ ਸੰਗਤ ਫਿਰ ਨਾਲ ਚੱਲੇ, ਕਿਸੇ ਬਾਣੀ ਦੀ ਵਿਚਾਰ ਹੋ ਸਕਦੀ ਹੈ। ਆਪ ਸਭ ਦਾ, ਜਿੰਨੇ ਜਿੰਨੇ ਕਦਮ ਆਪ ਜੀ ਚੱਲੇ, ਆਪ ਦਾ ਧੰਨਵਾਦ। ਭਾਈ ਮੰਗਲ ਸਿੰਘ ਜੀ ਆਏ ਨੇ, ਭਾਈ ਤਰਸੇਮ ਸਿੰਘ, ਸਭ ਦਾ ਆਪ ਦਾ ਬਹੁਤ ਬਹੁਤ ਧੰਨਵਾਦ ਜੀ। ਔਰ ਅੱਜ ਭਾਈ ਸਤਨਾਮ ਸਿੰਘ, ਉਹਨਾਂ ਦੀ ਬੇਟੀ ਦਾ ਜਨਮ ਦਿਨ ਵੀ ਸੀ, ਗੁਰਸਿਮਰਨ ਕੌਰ, ਉਹਦੇ ਲਈ ਵੀ ਅਰਦਾਸ ਬੇਨਤੀ। ਸਤਿਗੁਰੂ ਇੱਕ ਬੇਨਤੀ ਹੈ, ਦਾਤਾ ਇਹ ਦਰ ਘਰ ਬਹੁਤ ਛੇਤੀ ਬਣੇ, ਬਸ ਇਹੀ ਵੇਖੋ ਮੇਰੀ ਬੇਨਤੀ ਹੈ। ਆਪਾਂ ਹੈ ਹਾਂ, ਕੱਲ੍ਹ ਨੂੰ ਤੁਰ ਜਾਣਾ, ਕੇਸਰੀ ਨਿਸ਼ਾਨ ਉਨੀ ਦੇਰ ਤੱਕ ਝੂਲਦਾ ਰਹੇਗਾ ਜਿੰਨੀ ਦੇਰ ਤੱਕ ਧਰਤੀ ਹੈ। ਪਲੀਜ਼ ਮੇਰੀ ਬੇਨਤੀ ਹੈ, ਮੈਂ ਸੱਚੀ ਲਵਾਂ, ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ, ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ, ਪਰ ਮੇਰੀ ਇੱਛਾ ਹੈ ਕਿ ਗੁਰੂ ਸਾਹਿਬ ਜੀ ਤੇਰਾ ਇਹ ਘਰ ਬਹੁਤ ਛੇਤੀ ਬਣੇ, ਇੱਥੇ ਲਾਗ ਅਤੇ ਦੀਵਾਨ ਰਹੇ, ਗਾਵ ਅਤੇ ਸੁਜਾਨ ਰਹੇ, ਜੋਲ ਅਤੇ ਨਿਸ਼ਾਨ ਰਹੇ, ਗੁਰੂ ਪੰਥ ਮਹਾਰਾਜ ਕੇ ਸਤਿਗੁਰੂ ਦੇ ਦੀਵਾਨ ਲੱਗਣ, ਇੱਥੇ ਸਾਰੀ ਮਰਿਆਦਾ ਨਿਭੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। 12 ਦਿਨਾਂ 'ਚ ਮੇਰੇ ਤੋਂ ਬਹੁਤ ਲਫ਼ਜ਼ ਤਲਫ਼ਜ਼ ਬਹੁਤ ਕੁਝ ਬੋਲਿਆ ਹੋਵੇਗਾ, ਸਾਧ ਸੰਗਤ ਆਪ ਬਖਸ਼ ਦਿਓ। ਹਾਂ ਆਪ ਜੀ ਦੇ ਸਨਮੁਖ ਹਾਂ ਮੈਂ, ਜੀਵਨ ਮੇਰਾ ਖੁੱਲ੍ਹੀ ਕਿਤਾਬ ਹੈ, ਪਰ ਇਹ ਗੱਲ ਹੈ ਕਿਸੇ ਨਿੰਦਕ ਬੰਦੇ ਦਾ ਉੱਤਰ ਨਹੀਂ ਦਿੱਤਾ ਜਾ ਸਕਦਾ। ਅਗਲੀ ਗੱਲ, ਸਿਆਣੇ ਕਹਿੰਦੇ ਸਨ ਸੌਂ ਦਈਏ ਜੀ ਦੀ ਨਾ ਪੁੱਤ ਦੀ ਨਾ ਧੀ ਦੀ। ਸਤਿਗੁਰੂ ਕਿਰਪਾ ਕਰੇ ਮੈਂ ਭਾਵਨਾ ਸਹਿਤ ਇੱਥੇ ਉੱਥੇ ਤੁਹਾਡੀ ਸੇਵਾ ਕਰਦਾ ਰਹੇ, ਦਾ ਮਤਲਬ ਦੇਸ਼ ਵਿੱਚ ਵੀ ਜਾਣਾ, ਮੈਨੂੰ ਹਰ ਥਾਂ 'ਤੇ ਜਾਣਾ ਪੈਂਦਾ, ਮੇਰੀ ਸਿਚੁਏਸ਼ਨ ਦੇ ਸਮਝੋ। ਜੇ ਪਟਨਾ ਸਾਹਿਬ ਕਹੇ ਮੈਂ ਕੀ ਲੈਣਾ, ਕਮੇਟੀ ਕਿਹੜੀ ਹੈ, ਮੈਂ ਕਥਾ ਕਰਕੇ ਆਉਣੀ, ਯਾਰ ਉਹ ਕਿਰਾਇਆ ਵੀ ਆਪਣਾ ਲਾ ਕੇ ਜਾਈਦਾ। ਮੈਨੂੰ ਇਹ ਗੱਲਾਂ, ਵੈਸੇ ਪ੍ਰਚਾਰਕ ਨੇ ਗੱਲਾਂ ਸਟੇਜ 'ਤੇ ਕਰਨੀਆਂ ਸ਼ਰਮਨਾਕ ਨੇ, ਕਿਉਂਕਿ ਸਿੱਖਾਂ 'ਚ ਸ਼ੱਕ ਹੀ ਇੰਨਾ ਕੁ ਪੈਦਾ ਹੋ ਚੁੱਕਾ, ਭਰੋਸਾ ਪੈਦਾ ਕਰਨ ਲਈ ਕਈ ਵਾਰੀ ਬੋਲਣਾ ਪੈਂਦਾ। ਮਹਾਰਾਜ ਕਿਰਪਾ ਕਰਨ, ਮੈਂ ਰਾਤ ਵੀ ਕਿਹਾ ਸੀ ਜੀ, ਉਹ ਬਾਬਾ ਜੀ ਕਿੰਨੇ ਕੁ ਅਸਾਂ ਆਉਣ ਵਾਲੇ ਸਮੇਂ 'ਚ ਸਿੱਖੋ ਇੱਥੇ ਉੱਥੇ ਤੁਸੀਂ ਤਾਂ ਬਚਣਾ ਜੇ ਤੁਹਾਡੀ ਯੂਨਿਟੀ ਹੋਵੇਗੀ।
ਨਹੀਂ ਤੇ ਕੋਈ ਨਹੀਂ ਜੇ ਬਚਾ ਸਕਦਾ। ਲੱਖ ਧੜੇ ਹੋਣ ਉੱਥੇ 84 ਚ ਉਹਨਾਂ ਨੇ ਦੇਖਿਆ ਕਾਂਗਰਸ ਤੇ ਕਾਂਗਰਸੀ, ਉਹਨਾਂ ਵੇਖਿਆ ਪਗੜੀ ਵਾਲਾ ਗਰਾਉ ਸਰਦਾਰ ਕੋ, ਉਹਨਾਂ ਕਾਂਗਰਸੀ ਵੀ ਸਾੜੇ, ਉਹਨਾਂ ਕਾਮਨਿਸਟ ਵੀ ਸਾੜੇ, ਉਹਨਾਂ ਦੂਜੇ ਵੀ ਸਾੜੇ। ਮੈਂ ਪਿਛਲੇ ਦਿਨ ਕਿਹਾ ਸੀ ਪੱਗ ਤੇ ਦਾੜੀ ਤੁਹਾਡੀ ਪਹਿਚਾਣ ਹੈ। ਸਤਿਗੁਰੂ ਅੱਗੇ ਅਰਦਾਸ ਹੈ ਦਾਤਾ ਇੰਨੀ ਕੁ ਤਰੱਕੀ ਕਰੇ ਇਹ ਕੌਮ ਪਰ ਭਲਾ ਸਰਵਾਧਾ ਮੰਗੇ। ਮੈਂ ਨਹੀਂ ਕਹਿ ਰਿਹਾ ਵੀ ਕਿਸੇ ਦਾ ਬੁਰਾ ਅਸੀਂ ਕਰ ਰਹੇ, ਤੁਹਾਡੇ ਸਾਹਮਣੇ ਜੂਸ਼ ਨੇ ਉਹ ਪਿਆਰੇ, ਉਹ ਕਿੰਨੀ ਗਿਣਤੀ ਕਿੰਨਾ ਜ਼ੁਲਮ ਖਾਧਾ ਸਹਿਆ ਉਹਨਾਂ ਨੇ। ਅੱਜ ਸਾਰੀ ਧਰਤੀ ਨੂੰ ਪਲੈਨਟ ਉਹਨਾਂ ਦੇ ਸਭ ਕੁਝ ਕਾਬਜ਼ ਨੇ। ਇਸ ਕਰਕੇ ਜੇ ਆਪਸ ਪਿਆਰ ਕਰਾਂਗੇ, ਨਫ਼ਰਤ ਖੂਨ ਨਾਲ ਕਦੀ ਖੂਨ ਨਹੀਂ ਧੁੱਪੇ, ਜ਼ੋਰ ਲਾ ਲਓ ਕਦੀ ਖੂਨ ਨਾਲ ਖੂਨ ਨਹੀਂ ਧੁੱਪਦੇ, ਖੂਨ ਦੇ ਧੱਬੇ ਪਾਣੀ ਨਾਲ ਹੀ ਧੁੱਪਦੇ ਹੁੰਦੇ। ਨਫ਼ਰਤ ਨਾਲ ਕਦੀ ਨਫ਼ਰਤ ਖਤਮ ਨਹੀਂ ਹੁੰਦੀ, ਪਿਆਰ ਹੀ ਨਫ਼ਰਤ ਨੂੰ ਖਤਮ ਕਰਦਾ ਹੈ। ਗੁਰੂ ਸਾਹਿਬ ਜੀ ਸਾਡੇ 'ਤੇ ਸਭ 'ਤੇ ਕਿਰਪਾ ਕਰੋ, ਸਾਨੂੰ ਇਹ ਗੁਣ ਦੇ ਦਿਓ ਜਿਹੜੇ ਆਪ ਜੀ ਨੇ ਕਹਿ ਦਾਸ ਨੇ ਆਰੰਭਤਾ 'ਚ ਕਿਹਾ ਸੀ। ਮੈਂ ਜਾਣਾ ਹੈ ਅੱਗੇ, ਫਲਾਈਟ ਫੜਨੀ ਹੈ, 2-3 ਘੰਟੇ ਸਫ਼ਰ ਵੀ ਹੈ, ਇਸ ਕਰਕੇ ਮੈਂ ਪ੍ਰਬੰਧਕ ਵੀਰਾਂ ਤੋਂ ਪਹਿਲਾਂ ਖਿਮਾ ਮੰਗਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।